ਸਲਾਮ ਨਮਸਤੇ ਐਂਡ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ ਔਰ ਤੁਸੀਂ ਦੇਖ ਰਹੇ ਹੋ ਔਰ ਸੁਣ ਰਹੇ ਹੋ ਮਾਈ ਟੀਵੀ ਰੇਡੀਓ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਅੱਜ ਸਾਡੇ ਜਿਹੜੇ ਗੈਸਟ ਨੇ ਉਹ ਵੀ ਮਿਸਟਰ ਐਂਡ ਮਿਸਿਸ ਨੇ ਸੋ ਬਹੁਤ ਸਾਰੇ ਅਸੀਂ ਸਿੰਗਰਸ ਲੈ ਸਿੰਗਲ ਲੈ ਗਰੁੱਪਸ ਲੈ ਕਵਾਲ ਲੈ ਲੇਕਿਨ ਅੱਜ ਦੀ ਜਿਹੜੀ ਜੋੜੀ ਹੈ ਉਹ ਬਹੁਤ ਹੀ ਕਮਾਲ ਜੋੜੀ ਹੈ ਕਿੰਨੀ ਕੁ ਸੁਰੀਲੀ ਹੈ ਇਸ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਜੀ ਲੇਕਿਨ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਮੇਰੀ ਤਰਫੋਂ ਇੰਟਰੋਡਕਸ਼ਨ ਦੇਣਾ ਚਾਹਾਂਗੀ ਕਿਉਂਕਿ ਮੈਂ ਸੋਚਦੀ ਹਾਂ ਕਿ ਜਿਹੜੀ ਫੀਮੇਲ ਹੈ ਜਿਹੜੀ ਫੀਮੇਲ ਨੂੰ ਇੰਨਾ ਕਈ ਵਾਰ ਤਾਂ ਬਹੁਤ ਜ਼ਿਆਦਾ ਮਿਲਦਾ ਅਗਰ ਹੌਟ ਐਂਡ ਸੈਕਸੀ ਹੋਵੇ ਤਾਂ ਬੜੀ ਜਲਦੀ ਉਹਨੂੰ ਮੌਕਾ ਮਿਲਦਾ ਹੈ ਲੇਕਿਨ ਸਿੰਪਲ ਐਂਡ ਸੋਬਰ ਹੋਵੇ ਤਾਂ ਉਹਨਾਂ ਨੂੰ ਬਹੁਤ ਘੱਟ ਮੌਕਾ ਮਿਲਦਾ ਹੈ ਔਰ ਮੈਂ ਉਹਨਾਂ ਦਾ ਇੰਟਰੋਡਕਸ਼ਨ ਦੇਣਾ ਚਾਹਾਂਗੀ ਰੂਬੀ ਖਾਨ ਔਰ ਉਹਨਾਂ ਨੇ ਉਹਨਾਂ ਦੀ ਆਵਾਜ਼ ਔਰ ਉਹਨਾਂ ਦੀ ਪਹਿਚਾਣ ਹੀ ਉਹਨਾਂ ਦੀ ਵੋਇਸ ਹੈ ਉਹਨਾਂ ਦਾ ਟੈਲੈਂਟ ਹੈ ਜਦੋਂ ਟੈਲੈਂਟ ਦੀ ਗੱਲ ਕਰਦੇ ਹਾਂ ਐਜ ਸਾਡੀ ਆਡੀਅੰਸ ਤੁਹਾਨੂੰ ਪਤਾ ਅਸੀਂ ਸਾਰੇ ਮਿਊਜ਼ੀਕਲ ਘਰਾਂ ਤੋਂ ਬਿਲੋਂਗ ਕਰਦੇ ਹਾਂ ਜਦੋਂ ਮੈਂ ਟੈਲੈਂਟ ਦੀ ਗੱਲ ਕਰਦੀ ਹਾਂ ਤਾਂ ਰੀਅਲ ਟੈਲੈਂਟ ਜੀ ਇਸ ਬੁਲੰਦ ਆਵਾਜ਼ ਨੂੰ ਮੈਂ ਲਫਜ਼ਾਂ ਦੇ ਵਿੱਚ ਬਿਆਨ ਕਰਨਾ ਮੇਰੇ ਲਈ ਬੜਾ ਮੁਸ਼ਕਲ ਹੈ ਕਿਉਂਕਿ ਉਹਨਾਂ ਦੀ ਵੋਇਸ ਇੱਕ ਐਸਾ ਟੈਕਸਚਰ ਹੈ ਜਿਹੜਾ ਕਿ ਬਹੁਤ ਸਦੀਆਂ ਬਾਅਦ ਆਉਂਦੀ ਹੈ ਐਸੀ ਵੋਇਸ ਟੈਕਸਚਰ ਸਟਰੋਂਗ ਭਰਮੀ ਆਵਾਜ਼ ਔਰ ਉਹਦੇ ਵਿੱਚ ਫਿਰ ਲਹਿਕ ਆ ਰਹੀ ਸੁਰਦਾਰੀ ਹੋਵੇ ਰੂਹਦਾਰੀ ਹੋਵੇ ਤੇ ਕਿਆ ਹੀ ਬਾਤ ਸੋਨੇ ਪੇ ਸੁਹਾਗਾ ਹੋ ਜਾਂਦਾ ਹੈ ਸੋ ਬਹੁਤਾ ਸਸਪੈਂਸ ਨਾ ਪਾਉਂਦੇ ਹੋਏ ਮੈਂ ਸਵਾਗਤ ਕਰਦੀ ਹਾਂ ਡੂਓ ਜੋੜੀ ਹਿਮਾਂਸ਼ੂ ਸਾਹਿਬ ਬਾਰੇ ਵੀ ਬੋਲਣਾ ਚਾਹੂੰਗਾ ਕਿ ਕਈ ਵਾਰੀ ਇਨਸਾਨ ਜਿਹੜਾ ਕਾਮਯਾਬ ਹੁੰਦਾ ਹੈ ਨਾ ਉਹਦੇ ਨਾਲ ਲਾਈਫ ਪਾਰਟਨਰ ਵੀ ਬਹੁਤ ਅੱਛਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਰਾ ਕ੍ਰੈਡਿਟ ਹਿਮਾਂਸ਼ੂ ਨੂੰ ਜਾਂਦਾ ਔਰ ਹਿਮਾਂਸ਼ੂ ਜੀ ਦੀ ਮੈਂ ਵੀ ਬੜੀ ਵੱਡੀ ਫੈਨ ਰਹੀ ਹਾਂ ਕਿਉਂਕਿ ਜਦੋਂ ਹਿਮਾਂਸ਼ੂ ਜੀ ਸਾਡੇ ਨਾਲ ਜੁੜੇ ਨੇ ਕੰਪੀਟੀਸ਼ਨ ਦੇ ਜ਼ਰੀਏ ਸਾਰੇ ਗਾਮਾ ਪਾ ਤੇ ਉਦੋਂ ਹੀ ਮੈਨੂੰ ਲੱਗਦਾ ਸੀ ਕਿ ਇਹ ਮੁੰਡਾ ਜ਼ਰੂਰ ਕੋਈ ਕਮਾਲ ਕਰੇਗਾ ਬਾਏ ਦਾ ਵੇ ਆਈ ਹੈਵ ਵੋਟਡ ਫੋਰ ਹਿਮ ਸੋ ਬਹੁਤ ਹੀ ਸਸਪੈਂਸ ਨਾ ਪੈਦਾ ਕਰਦੇ ਹੋਏ ਲੋ ਜੀ ਸਵਾਗਤ ਕਰਦੇ ਹਾਂ ਸਾਡੀ ਡੂਓ ਜੋੜੀ ਮਿਸਟਰ ਐਂਡ ਮਿਸਿਸ ਰੂਬੀ ਖਾਨ ਐਂਡ ਹਿਮਾਂਸ਼ੂ ਹਿਮਾਂਸ਼ੂ ਜੀ ਐਂਡ ਰੂਬੀ ਖਾਨ ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਤੇ ਨਮਸਕਾਰ ਆਦਾਬ ਸਾਡੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਸੀ ਅਸੀਂ ਇੰਨੀ ਤਾਰੀਫਾਂ ਦੇ ਪੁੱਲ ਬੰਨੇ ਨੇ ਜਿਹੜੇ ਬਿਲਕੁਲ ਜੀ ਤਾਰੀਫ ਕਿਹਨੂੰ ਨਹੀਂ ਸੁਣਦੀ ਹੋਰ ਕੋਈ ਗੱਲ ਸੁਣੇ ਨਾ ਸੁਣੇ ਤਾਰੀਫ ਤਾਂ ਜ਼ਰੂਰ ਸੁਣ ਜਾਂਦੀ ਹੈ ਕਿਤੇ ਵੀ ਹੋਏ ਬਹੁਤ ਅੱਛੀ ਗੱਲ ਹੈ ਔਰ ਐਕਚੁਅਲੀ ਇਹ ਬਹੁਤ ਛੋਟੇ ਲਫ਼ਜ਼ ਨੇ ਤੁਹਾਡੇ ਵਾਸਤੇ ਆਈ ਵਿਸ਼ ਕਿ ਅਸੀਂ ਆਪਣਾ ਸੀਨਾ ਪਾੜ ਕੇ ਦਿਖਾ ਸਕੀਏ ਦਿਲ ਖੋਲ ਕੇ ਵਿਖਾ ਸਕੀਏ ਕਿ ਮਿਊਜ਼ਿਕ ਵਾਸਤੇ ਜਾਂ ਅਸੀਂ ਤਾਂ ਮਿਊਜ਼ਿਕ ਲਿਸਨਰ ਆ ਤੇ ਸਾਨੂੰ ਜਿਹੜਾ ਮਿਊਜ਼ਿਕ ਦੇ ਨਾਲ ਵਿੱਚ ਭਿਉਂਦਾ ਆਪਣੇ ਰਸ ਦੇ ਵਿੱਚ ਉਹ ਤੁਸੀਂ ਲੋਕ ਹੋ ਆਰਟਿਸਟ ਲੋਕ ਹੋ ਤੇ ਥੈਂਕ ਯੂ ਸੋ ਮਚ ਤੁਹਾਡੇ ਦੋਹਾਂ ਦਾ ਕਿਉਂਕਿ ਇਹ ਜੋੜੀ ਜੀ ਮੈਂ ਜਿਹੜੀ ਸਾਡੀ ਆਡੀਅੰਸ ਉਹਨਾਂ ਨੂੰ ਦੱਸ ਦੇਵਾਂ ਕਿ ਬਹੁਤ ਟਾਈਮ ਬਾਅਦ ਇੱਕ ਐਸੀ ਸੁਰੀਲੀ ਜੋੜੀ ਆਈ ਹੈ ਜਿਹੜੀ ਕਿ ਮੈਂ ਜਿਹਨੂੰ ਜਗਜੀਤ ਸਿੰਘ ਚਿਤਰਾ ਸਿੰਘ ਦੇਖ ਲਓ ਜਾਂ ਫਿਰ ਬਹੁਤ ਪੁਰਾਣੀ ਇੱਕ ਜੋੜੀ ਦੀ ਮੈਂ ਗੱਲ ਕਰਾਂਗੀ ਐਜ਼ ਏ ਹਸਬੈਂਡ ਵਾਈਫ ਨਹੀਂ ਐਜ਼ ਏ ਸਿੰਗਿੰਗ ਜੋੜੀ ਗੁਲਾਮ ਅਲੀ ਖਾਨ ਸਾਹਿਬ ਐਂਡ ਹਫਸ਼ਾ ਜੀ ਤੇ ਜਦੋਂ ਹਫਸ਼ਾ ਜੀ ਦੀ ਗੱਲ ਆਉਂਦੀ ਹੈ ਤੇ ਅਸੀਂ ਸਾਡੀ ਜਿਹੜੀ ਬਰਾਦਰੀ ਬੜੀ ਵੱਡੀ ਫੈਨ ਹੈ ਉਹਨਾਂ ਦੀ ਔਰ ਮੇਰੇ ਖਿਆਲ ਨਾਲ ਰੂਬੀ ਜੀ ਨੇ ਆ ਕੇ ਉਹਨਾਂ ਨੂੰ ਬਹੁਤ ਅੱਛਾ ਰਿਪਰੈਜ਼ੈਂਟ ਕੀਤਾ ਦੁਬਾਰਾ ਫਰੈਸ਼ਨੈਸ ਲੈ ਕੇ ਆਏ ਰੂਬੀ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਜੀ ਬਹੁਤ ਮਿਹਰਬਾਨੀ ਔਰ ਮੈਂ ਤੁਸੀਂ ਸਾਰੇ ਸੁਰੀਲੇ ਲੋਕ ਹੋ ਔਰ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਸਾਨੂੰ ਇਨਵੀਟੇਸ਼ਨ ਦਿੱਤਾ ਕੁਲਦੀਪ ਗਿੱਲ ਜੀ ਦਾ ਔਰ ਤੁਹਾਡਾ ਮੋਨੀ ਗਿੱਲ ਜੀ ਦਾ ਔਰ ਜਿੰਨੇ ਵੀ ਆਪਣੇ ਪਿੰਕੀ ਪਾਰਸ ਜੀ ਔਰ ਮਤਲਬ ਸਾਰਿਆਂ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਰਸ਼ਾਦ ਭਾਈ ਜੀ ਦੀ ਕਿਉਂਕਿ ਉਹਨਾਂ ਦਾ ਮੈਨੂੰ ਜਦੋਂ ਕਾਲ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਤੁਹਾਡਾ ਲਾਈਵ ਕਰਨਾ ਚਾਹੁੰਦੇ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿਉਂਕਿ ਅੱਛੇ ਗਾਣੇ ਵਾਲੇ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਘੱਟ ਨੇ ਤੇ ਜਿਹੜੇ ਹੈ ਨੇ ਉਹ ਫਿਰ ਕਮਾਲ ਹੀ ਨੇ ਤੇ ਇਸ ਕਰਕੇ ਵੀ ਮੈਂ ਤੁਹਾਡੀ ਬਹੁਤ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਨਵਾਈਟ ਕੀਤਾ ਸਾਨੂੰ ਮੌਕਾ ਦਿੱਤਾ ਮੈਨੂੰ ਬਹੁਤ ਅੱਛਾ ਲੱਗਿਆ ਥੈਂਕ ਯੂ ਜੀ ਤੇ ਰੂਬੀ ਜੀ ਨਾਲ ਤੁਸੀਂ ਕੋਈ ਕੁਐਸਚਨ ਕਰਨਾ ਚਾਹੋਗੇ ਕੁਐਸਚਨ ਤੇ ਨਹੀਂ ਮੈਂ ਤੇ ਹਮੇਸ਼ਾ ਸੁਣ ਕੇ ਦੱਸਣਾ ਹੁੰਦਾ ਕਿ ਕੀ ਹੋ ਰਿਹਾ ਹੈ ਕੀ ਬਾਤ ਲੇਕਿਨ ਮੈਂ ਤੁਹਾਡੀ ਥੋੜੀ ਬਹੁਤ ਬਾਈਟਸ ਸੁਣੀਆਂ ਨੇ ਬਹੁਤ ਸੁਰੀਲੇ ਸਾਨੂੰ ਸ਼ਾਇਦ ਹੋਰ ਕੁਝ ਆਂਦਾ ਨਾ ਹੋਵੇ ਸੁਰ ਨੂੰ ਪਛਾਣਨਾ ਜ਼ਰੂਰ ਆਂਦਾ ਉਹ ਸੁਰੀਲੇ ਆਰਟਿਸਟ ਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਜ਼ਰੂਰ ਆਂਦਾ ਸਾਨੂੰ ਵਾਹ ਵਾਹ ਤੇ ਇਹ ਗੱਲ ਵੱਡੀ ਹੈ ਵੱਡੀ ਹੈ ਹਾਂਜੀ ਬਿਲਕੁਲ ਇਹ ਗੱਲ ਵੱਡੀ ਹੈ ਕਿਉਂਕਿ ਫਨਕਾਰ ਹੋਣਾ ਤੇ ਇੱਕ ਹੈ ਹੀ ਗੱਲ ਵੱਡੀ ਹੈ ਪਰ ਉਸ ਤੋਂ ਵੱਡੀ ਗੱਲ ਸੁਣਕਾਰ ਹੋਣਾ ਕਿਉਂਕਿ ਸੁਣਨਾ ਉਸ ਨੂੰ ਜੱਜ ਕਰਨਾ ਹੈ ਨਾ ਗੋਲ ਹੈ ਔਰ ਇਹੀ ਸਾਡੇ ਆਉਣ ਵਾਲੇ ਜਿੰਨੇ ਸਾਡੇ ਸੁਰੀਲੇ ਆਰਟਿਸਟ ਨੇ ਉਹਨਾਂ ਦਾ ਵੀ ਇਹੀ ਗੋਲ ਹੈਗਾ
ਚਲੋ ਜੀ, ਮੈਂ ਕੁਲਦੀਪ ਨੂੰ ਚਾਰ ਪੰਜ ਲਾਈਨਾਂ ਇਕੱਠੀਆਂ ਦਿੱਤੀਆਂ ਬੋਲਣ ਵਾਸਤੇ, ਹੁਣ ਪੂਰਾ ਪੂਰੇ ਸ਼ੋਅ 'ਚ ਮੈਨੂੰ ਬੋਲਣ ਨਹੀਂ ਦੇਣਾ। ਬਸ ਠੀਕ ਹੈ। ਔਰ ਜੀ ਮੈਂ ਸਾਊਂਡ ਵੀ ਟੈਸਟ ਕਰ ਲਿੱਤਾ, ਬਹੁਤ ਅੱਛੀ ਆਵਾਜ਼ ਆ ਰਹੀ ਹੈ, ਕਿਉਂਕਿ ਹੁਣ ਕਰੋਨਾ ਵਾਇਰਸ ਚੱਲ ਰਹੀ ਹੈ। ਜਿਹੜੀ ਸਾਡੀ ਆਡੀਅੰਸ, ਉਹਨਾਂ ਨੂੰ ਵੀ ਦੱਸ ਦਈਏ ਕਿ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪ ਹੀ ਸਾਰੇ ਸੈਟਅਪ ਕਰ ਸਕੀਏ, ਤਾਂ ਕਿ ਬਾਹਰਲਾ ਕੋਈ ਬੰਦਾ ਅਸੀਂ ਯੂ ਨੋ ਘਰ ਦੇ ਅੰਦਰ ਜਾਂ ਸਟੂਡੀਓ ਦੇ ਅੰਦਰ ਨਾ ਲੈ ਕੇ ਆਈਏ। ਅਸੀਂ ਹਲੇ ਵੀ ਰੂਲਸ ਫਾਲੋ ਕਰ ਰਹੇ ਹਾਂ ਔਰ ਬਹੁਤ ਸੇਫ ਹਾਂ। ਹਸਬੈਂਡ ਵਾਈਫ ਇਸ ਕਰਕੇ ਮਾਸਕ ਪਾਉਣ ਦੀ ਲੋੜ ਨਹੀਂ, ਔਰ ਉੱਧਰ ਵੀ ਹਸਬੈਂਡ ਵਾਈਫ ਨੇ, ਉਹਨਾਂ ਨੂੰ ਵੀ ਮਾਸਕ ਪਾਉਣ ਦੀ ਲੋੜ ਨਹੀਂ, ਲੇਕਿਨ ਜ਼ਰੂਰ ਇਹਤਿਆਤ ਵਰਤੋ। ਜਿਹੜੇ ਵੀ ਸਾਡੇ ਵੇਖ ਰਹੇ ਨੇ ਉਹ ਜ਼ਰੂਰ ਇਹਤਿਆਤ ਵਰਤਣ, ਕਿਉਂਕਿ ਬੜੀ ਤੇਜ਼ੀ ਨਾਲ ਕਰੋਨਾ ਵਾਇਰਸ ਫੈਲ ਰਹੀ ਹੈ, ਇੰਡੀਆ 'ਚ ਵੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਹੈ ਨਾ ਜੀ। ਤੇ ਹੁਣ ਤੁਹਾਡੇ ਪਿੱਛੇ ਗਣੇਸ਼ ਜੀ ਨੇ, ਕਿਉਂ ਨਾ ਆਪਾਂ ਸ਼੍ਰੀ ਗਣੇਸ਼ ਕਰੀਏ ਫਿਰ ਸੁਰਾਂ ਨਾਲ। ਜੀ ਹਾਂ ਜੀ ਬਿਲਕੁਲ। ਅੱਜ ਦੀ ਸ਼ੁਰੂਆਤ ਤੁਸੀਂ ਕਿਹੜੀ ਕਿਹੜੀ ਕਿਸ ਗਾਇਕੀ ਦੇ ਨਾਲ ਕਰੋਗੇ, ਕਿਹੜੇ ਰਸ ਦੇ ਨਾਲ ਕਰੋਗੇ? ਵੈਸੇ ਤੇ ਲੇਡੀਜ਼ ਕਹਿੰਦੇ ਫਸਟ ਹੁੰਦਾ, ਪਰ ਮੈਂ ਹਿਮਾਂਸ਼ੂ ਜੀ ਨੂੰ ਮੌਕਾ ਦੇ ਰਹੀ ਹਾਂ। ਸ਼ੁਕਰੀਆ ਅਦਾ ਕਰਦਾ ਕਿ ਇਹ ਮੈਨੂੰ ਪਹਿਲ ਦੇ ਰਹੀ ਜੀ। ਚਲੋ ਮੈਂ ਅੱਜ ਦੀ ਸ਼ੁਰੂਆਤ ਕਰਦਾ ਜੀ। ਖਾਨ ਸਾਹਿਬ ਦੀ ਇੱਕ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੀ ਚੀਜ਼ ਦੇ ਨਾਲ ਕੀ ਬਾਤ ਹੈ। ਸ਼ੁਰੂਆਤ ਕਰਦੇ ਗੁਲਾਮ ਅਲੀ ਖਾਨ ਸਾਹਿਬ, ਤੁਹਾਨੂੰ ਵੀ ਨਮਸਕਾਰ। ਸਜਣਾ ਤੇਰਾ ਮੇਰਾ ਸਜਣਾ ਤੇਰਾ ਮੇਰਾ ਪਿਆਰ ਝੜਕ ਦਿਲ ਤੇਰਾ ਇੰਤਜ਼ਾਰ ਕਹਿਣਾ ਲੱਖ ਵਾਰ ਸਜਣਾ ਤੇਰਾ ਮੇਰਾ ਪਿਆਰ ਜਿਹੜਾ ਦਿਲ ਤੇਰਾ ਇੰਤਜ਼ਾਰ ਕਹਿਣਾ ਲੱਖ ਵਾਰ ਸਜਣਾ ਤੇਰਾ ਮੇਰਾ ਚੰਨ ਸੁਣਾ ਤਾਰੇ ਸਾਰੇ ਹੋਈ ਮੈਨੂੰ ਤੇਰੇ ਪਿਆਰ ਦੀ ਪਛਾਣ ਸੀ ਚੰਨ ਸਿੰਘ ਤਾਰੇ ਸਾਰੇ ਦੁਨੀਆ ਮੇਰਾ ਸੀ ਉਦੋਂ ਹੋਈ ਮੈਨੂੰ ਤੇਰੇ ਪਿਆਰ ਦੀ ਪਛਾਣ ਸੀ ਜ਼ਿੰਦਗੀ ਤੇਰੇ ਨਾਲ ਸਜਦੀ ਵਾਰ ਕਹਿਣਾ ਲੱਗ ਵਾਰ ਸਜਣਾ ਬਹੁਤ ਕਿਆ ਬਾਤ ਹੈ, ਮਜ਼ਾ ਆ ਗਿਆ। ਥੈਂਕ ਯੂ ਸੋ ਮਚ।
ਗੁਲਾਮ ਅਲੀ ਖਾਨ ਸਾਹਿਬ ਨੂੰ ਗਾਣਾ ਕੋਈ ਆਸਾਨ ਨਹੀਂ ਹੈਗਾ ਸਰ। ਬਹੁਤ ਮੁਸ਼ਕਲ ਹੈ ਉਹਨਾਂ ਨੂੰ ਗਾਣਾ। ਸਾਡੀ ਆਵਾਜ਼ ਸਹੀ ਆ ਰਹੀ ਹੈ ਮਨਸ਼ੂ ਜੀ? ਬਿਲਕੁਲ ਠੀਕ ਆ ਰਹੀ ਹੈ। ਔਰ ਬੜੇ ਸਾਰੇ ਆਡੀਅੰਸ ਸਾਨੂੰ ਦੇਖ ਵੀ ਰਹੇ ਨੇ, ਪਿੰਕੀ ਪਾਰਸ ਜੀ ਦੇਖ ਰਹੇ ਨੇ, ਤਾਨੀਆ ਆਫ ਕੋਰਸ, ਤਾਨੀਆ ਰੂਬੀ ਖਾਨ ਇਜ਼ ਵਾਚਿੰਗ। ਇਹ ਵੀ ਬਹੁਤ ਅੱਛੇ ਸਿੰਗਰ ਨੇ, ਤਾਨੀਆ ਰੂਬੀ ਖਾਨ ਜੀ, ਡਾਟਰ ਆਫ ਰੂਬੀ ਖਾਨ। ਔਰ ਪਿੰਕੀ ਵਾਹ ਹਿਮਾਂਸ਼ੂ। ਸੁਨੀਤਾ ਰਾਏ ਜੀ ਕਹਿੰਦੇ ਨੇ ਅੱਛਾ ਵਾਹ ਆਸਮ ਨੀ ਆਹਾ ਵਾਹ। ਜੀ ਪਿੰਕੀ ਜੀ ਥੈਂਕ ਕਹਿੰਦੇ ਯੂ। ਵਾਹ ਕਿਆ ਖੂਬ। ਅਜੇ ਜੀ ਕਹਿੰਦੇ ਨੇ ਵਾਹ ਵਾਹ ਜੀ ਕਿਆ ਬਾਤ ਹੈ, ਰੂਹ ਖੁਸ਼ ਕਰ ਦਿੱਤੀ ਭਾਈ ਜੀ। ਹਿੰਦੀ ਚ ਲਿਖਿਆ ਬਾਈ ਦੇ ਵੇ, ਔਰ ਮੇਰੀ ਹਿੰਦੀ ਮੈਂ ਸ਼ੁਕਰ ਹੈ ਮੈਂ ਭੁੱਲੀ ਨਹੀਂ ਆ। ਮਿਹਰਬਾਨੀ ਸਰ। ਸਰੀਤਾ ਰਾਏ ਜੀ ਕਿਆ ਬਾਤ ਹੈ, ਬੜੇ ਸਾਰੇ ਤਾਲੀਆਂ। ਬਲਵਿੰਦਰ ਸਿੰਘ ਜੀ ਕਿਆ ਬਾਤ ਹੈ। ਰੈਨਾ ਰਾਹੁਲ ਜੀ ਆਲ ਦਾ ਵੇ ਫਰੋਮ ਵੈਸ਼ਨੋ ਦੇਵੀ, ਵੈਸ਼ਨੋ ਦੇਵੀ ਸਦਾ ਵੀ ਮੱਥਾ ਟੇਕਿਓ ਜੀ। ਔਰ ਕਹਿੰਦੇ ਨੇ ਸਟਾਰਟ ਹੀ ਬਹੁਤ ਵਧੀਆ ਹਿਮਾਂਸ਼ੂ ਜੀ, ਮਾਤਾ ਰਾਣੀ ਮਿਹਰ ਕਰਨ ਜੀ, ਥੈਂਕ ਯੂ ਜੀ ਆਪਤੇ। ਔਰ ਹਮੇਸ਼ਾ ਰਾਹੁਲ ਜੀ ਤੁਸੀਂ ਹਮੇਸ਼ਾ ਬਹੁਤ, ਜਿੰਨੇ ਵੀ ਆਰਟਿਸਟ ਆਏ ਨੇ ਸਾਰਿਆਂ ਨੂੰ ਬੜਾ ਸਹਾਰਿਆ ਤੁਸੀਂ, ਔਰ ਮੈਨੂੰ ਲੱਗਦਾ ਹੈ ਕਿ ਯੂ ਆਰ ਅ ਗੁੱਡ ਲਿਸਨਰ। ਤੇ ਹੁਣ ਮੈਂ ਜਿਵੇਂ ਹਿਮਾਂਸ਼ੂ ਜੀ ਨੇ ਸੁਣਿਆ ਤੇ ਜੋੜੀਆਂ ਦੀ ਗੱਲ ਆਈ ਤੇ ਦੋ ਪੰਜਾਬ ਦੀਆਂ ਐਸੀ ਜੋੜੀਆਂ ਨੇ ਜਿਨ੍ਹਾਂ ਦਾ ਨਾਂ ਨਾ ਲਿਆ ਜਾਏ ਤੇ ਤੋਹੀਨ ਹੋਏਗੀ ਸ਼ੋਅ ਦੀ। ਇੱਕ ਨੇ ਸਰਦੂਲ ਸਿਕੰਦਰ ਤੇ ਨੂਰੀ ਜੀ, ਉਹ ਵੀ ਸੁਣਨ ਵਾਲੇ ਬਹੁਤ ਸੁਰੀਲੇ ਨੇ ਸੁਰਦਲ ਜੀ, ਔਰ ਦੂਜੇ ਜਿਹੜੇ ਨੇ ਸਾਡੇ ਬਹੁਤ ਹੀ ਖਾਸ, ਬਹੁਤ ਹੀ ਪਿਆਰੇ, ਬਹੁਤ ਹੀ ਆਪਣੇ ਕੁਲਵਿੰਦਰ ਕੈਲੀ ਤੇ ਗੁਰਲੇਸ਼ ਬਾਬੀ ਜੀ, ਉਹ ਵੀ ਬਹੁਤ ਕਮਾਲ ਦੀ ਜੋੜੀ ਹੈ। ਤੇ ਇਨਫੈਕਟ ਅੱਜ ਉਹਨਾਂ ਦੇ ਬੇਟੇ ਦੀ ਪਹਿਲੇ ਸ਼ਬਦ ਦੀ ਕੈਸਟ ਰਿਲੀਜ਼ ਹੋਈ ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕ ਹੋਵੇ ਉਹਨਾਂ ਨੂੰ, ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ। ਔਰ ਹੁਣ ਗੱਲ ਆਉਂਦੀ ਹੈ ਰੂਬੀ ਜੀ, ਰੂਬੀ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿਹੜੀ ਉਮਰ ਤੋਂ ਗਾਉਂਦੇ ਆ ਰਹੇ ਹੋ? ਮੈਂ ਤਾਂ ਜੀ ਬਚਪਨ ਤੋਂ ਹੀ ਗਾ ਰਹੀ ਹਾਂ। ਤੇ ਕੋਈ ਗੁਰੂ ਤਾਂ ਆ ਰਿਹਾ ਥੋੜੀ ਜਿਹੀ, ਮੈਂ ਬੈਕਗ੍ਰਾਉਂਡ ਇਸ ਕਰਕੇ ਜਿਹੜੀ ਸਾਡੀ ਆਡੀਅੰਸ ਹੈ ਉਹ ਜ਼ਿਆਦਾ ਰਿਲੇਟ ਕਰ ਪਾਉਂਦੀ ਹੈ। ਤੇ ਇਹ ਦੱਸੋ ਕਿ ਕਿੱਦਾਂ ਤੁਹਾਡੀ 뮤직 ਜਰਨੀ ਕਿੱਦਾਂ ਸ਼ੁਰੂ ਹੋਈ? ਬਲੱਡ ਦੇ ਵਿੱਚ ਸੀ, ਮੰਮੀ ਗਾਉਂਦੇ ਸੀ, ਫਾਦਰ ਗਾਉਂਦੇ ਸੀ, ਦਾਦਾ ਦਾਦੀ, ਇੱਦਾਂ ਪਿਛੋਕੜ ਕਿਤੋਂ ਆਈ ਹੈ, ਥੋੜੀ ਜਿਹੀ ਬੈਕਗ੍ਰਾਉਂਡ ਦੱਸੋ ਜੀ। ਗਾਣਾ ਮੈਨੂੰ ਵਿਰਾਸਤ ਵਿੱਚੋਂ ਹੀ ਮਿਲਿਆ, ਮੈਨੂੰ ਘਰ 'ਚੋਂ ਹੀ ਗਾਣਾ ਮਿਲਿਆ। ਮੇਰੇ ਮਦਰ ਬਹੁਤ ਸੁਰੀਲੇ ਫਨਕਾਰ ਨੇ, ਉਹ ਇੱਕ ਹਾਊਸ ਵਾਈਫ ਹੈ, ਪਰ ਉਹ ਇੰਨੇ ਕੁ ਜ਼ਿਆਦਾ ਸੁਰੀਲੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੁਸੀਂ ਇਹਨਾਂ ਨੂੰ ਜ਼ਰੂਰ ਸੁਣਿਓ, ਇਨਸ਼ਾਅੱਲਾ ਕਦੀ ਮੌਕਾ ਲੱਗਿਆ ਤੇ ਮੈਂ ਤੁਹਾਨੂੰ ਉਹਨਾਂ ਦਾ ਗਾਣਾ ਜ਼ਰੂਰ ਸੁਣਾਵਾਂਗੀ। ਬਿਲਕੁਲ। ਤੇ ਪਹਿਲੀ ਗੁਰੂ ਜਿਹੜੀ ਉਹ ਮੇਰੀ ਮੇਰੀ ਮਾਂ ਹੀ ਹੈ। ਕਿਆ ਬਾਤ ਹੈ। ਮੈਂ ਅੱਜ ਜੋ ਕੁਛ ਵੀ ਹਾਂ, ਜਿੰਨਾ ਵੀ ਗਾ ਰਹੀ ਹਾਂ ਜਾਂ ਮੈਂ ਅੱਜ ਇੱਥੇ ਬੈਠੀ ਹਾਂ, ਇਹ ਸਿਰਫ ਮੈਂ ਆਪਣੀ ਮਾਂ ਦੀ ਬਦੌਲਤ ਬੈਠੀ। ਕਿਆ ਬਾਤ ਹੈ। ਤੇ ਆਪਣੀ ਮਾਤਾ ਜੀ ਦਾ ਨਾਮ ਵੀ ਦੱਸੋ। ਬਿਮਲਾ। ਬਿਮਲਾ। ਬਿਮਲਾ ਜੀ ਤੁਹਾਨੂੰ ਬਹੁਤ ਜਲਦ, ਉਹਨਾਂ ਦਾ ਵੈਸੇ ਘਰ 'ਚ ਨਾਮ ਬਿੰਬੋ ਕਹਿੰਦੇ ਨੇ ਉਹਨਾਂ ਨੂੰ, ਤੇ ਵੈਸੇ ਉਹਦਾ ਨਾਮ ਬਿਮਲਾ ਹੈ। ਤੇ ਬਿੰਬੋ ਕੌਣ ਕਹਿੰਦਾ ਸੀ ਉਹਨਾਂ ਨੂੰ? ਪਿਆਰ ਨਾਲ ਬਿੰਬੋ ਮੇਰੇ ਫਾਦਰ ਸਾਹਿਬ ਕਹਿੰਦੇ ਸੀ। ਤਾਂ ਉਹ ਹੀ ਕਹਿ ਸਕਦਾ, ਬਿਮਲਾ ਬਿਮਲਾ ਉਹਨਾਂ ਨੂੰ ਜ਼ਿਆਦਾ ਵੱਡਾ ਲੱਗਦਾ ਸੀ ਸ਼ਾਇਦ। ਸਾਡੇ ਨਾਮ ਬੜੇ ਵੱਡੇ ਵੱਡੇ ਹੁੰਦੇ ਨੇ, ਤੇ ਉਹ ਜਦੋਂ ਅਸੀਂ ਹੁਣ ਅਮੈਰੀਕਾ ਆ ਗਏ ਔਰ ਸੁਬਹ ਸੋਸ਼ਲ ਮੀਡੀਆ ਤੇ ਜਦੋਂ ਸਾਨੂੰ ਰਿਸ਼ਤੇਦਾਰ ਜੁੜਦੇ ਨੇ ਤੇ ਫਲਾਂ ਦਾ ਨਾਮ ਫਲਾਂ ਲਿਖਿਆ ਹੁੰਦਾ, ਗੁਰਪ੍ਰੀਤ ਸਿੰਘ, ਤਨਪ੍ਰੀਤ ਸਿੰਘ, ਤਾਂ ਸੋਚਦੇ ਇਹ ਖੂਨ ਹੈ, ਇਹ ਖੂਨ ਹੈ, ਫਿਰ ਸ਼ਕਲ ਤੋਂ ਅੰਦਾਜ਼ਾ ਲਾਈਦਾ, ਅੱਛਾ ਇਹ ਬਬਲੂ ਹੈ, ਇਹ ਚਿੰਟੂ ਹੈ, ਤੇ ਇਸ ਤਰ੍ਹਾਂ ਆਈਡੀਆ ਲਾਈਦੇ ਨੇ। ਤੇ ਵਾਪਸ ਅਸੀਂ ਮੁੱਦੇ ਤੇ ਵਾਪਸ ਆਉਂਦੇ ਹਾਂ ਰੂਬੀ ਜੀ, ਇੱਕ ਤਾਂ ਪਹਿਲੀ ਗੱਲ ਕੁਛ ਰੂਹਦਾਰੀ ਹੋ ਜਾਏ, ਤੁਹਾਡੇ ਤੋਂ ਵੀ ਸ਼ੁਰੂਆਤ ਹੋ ਜਾਵੇ, ਤੇ ਜਿਹੜੀ ਔਰਤ ਹੈ ਉਹਨੂੰ ਸਰਸਵਤੀ ਦਾ ਵੀ ਰੂਪ ਕਿਹਾ ਜਾਂਦਾ, ਤੇ ਤੁਸੀਂ ਸਾਡੇ ਵਾਸਤੇ ਸਾਡੇ ਮਿਊਜ਼ਿਕ ਨੂੰ ਸੰਭਾਲ ਕੇ ਰੱਖਿਆ, ਤੇ ਸਾਡੀ ਸਾਡੇ ਲਈ ਤੁਸੀਂ ਸਾਡੀ ਫੀਮੇਲ ਸਰਸਵਤੀ ਹੋ। ਥੈਂਕ ਯੂ ਸੋ ਮਚ, ਮੇਰੇ ਵਾਸਤੇ ਬਹੁਤ ਵੱਡਾ ਕੰਪਲੀਮੈਂਟ ਹੈ। ਥੈਂਕ ਯੂ। ਦਿਲ ਦੇ ਮੈਂ ਸਜਣਾ ਤੱਕ ਤੱਕ ਹਾਰੀਆਂ, ਦਿਲ ਦੇ ਮੈਂ
आगे चलना तेरे सदरा को सजना तेरा तक तक नैना सजना क्या बात है। ट्रस्ट मी रूबी, मैं सारे दिन सारी रात तुहाडी आवाज सुन सकती हां, और पिछले कुछ दिन मेरे ऐसे गुजरे ने कि मैं रोज ही तुहाडे गाने सुन रही हां। लोग असी मतलब मैं अपनी तरफों कहांगी, मैनू माफ करना अगर मैं कुछ गलत भी कह दवा, कि असी हफशा जी दे बड़े बड़े ही मुरीद हाँ, असी मुरीद ही कहांगे, क्योंकि उस टाइम दे विच गुलाम अली खान साहब ने जो फीमेल वॉइस सी नाल शुरुआत की थी जोड़ी दे नाल, उस टाइम दे विच मैडम नूर जहां छाए हुए सी, वो हले तक छाए हुए ने, वो हमेशा ही छाए रहेंगे, या इस पासों साढ़े पंजाब या साढ़े हिंदुस्तान वाले साइड ते लता मंगेशकर जी, तो उहदे विच आके एक वक्री जी आवाज़, एक वक्रा जिहा टैक्सचर लैके आए हफशा जी। ਜਦੋਂ ਮੈਂ ਤੁਹਾਡੀ ਗਾਇਕੀ ਸੁਣੀ ਤੇ ਤੁਸੀਂ ਜ਼ਿਆਦਾਤਰ ਉਹਨਾਂ ਨੂੰ ਗਾਉਂਦੇ ਸੀ ਅਫਸ਼ਾ ਜੀ ਨੂੰ, ਪਰ ਮੈਂ ਇਹ ਆਪਣੀ ਮੇਰੀ ਜਿੰਨੀ ਕੁ ਨੌਲੇਜ ਹੈ 뮤직 ਦੀ ਮੈਂ ਕਹਿ ਸਕਦੀ ਹਾਂ ਯੂ ਆਰ ਬੈਟਰ ਦੈਨ ਅਫਸ਼ਾ ਜੀ। ਮੈਨੂੰ ਮਾਫੀ ਦੇਣਾ ਅਗਰ ਮੈਂ ਕੁਝ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਡਿਸਹਾਰਟਨ ਕਰ ਦਵਾਂ, ਪਰ ਇਹ ਮੇਰੀ ਆਪਣੀ ਫੀਲਿੰਗਸ ਨੇ, ਹਰੇਕ ਇਨਸਾਨ ਨੂੰ ਫੀਲਿੰਗਸ ਜ਼ਾਹਿਰ ਕਰਨ ਦਾ ਹੱਕ ਹੈਗਾ, ਤੇ ਇਹ ਮੇਰੀ ਫੀਲਿੰਗਸ ਨੇ ਕਿ ਤੁਸੀਂ ਵਾਹਿਗੁਰੂ ਨੇ ਤੁਹਾਨੂੰ ਬਹੁਤ ਨਵਾਜ਼ਿਆ, ਅਗਰ ਅਸੀਂ ਕਹਿੰਦੇ ਹਾਂ ਨਾ ਕਿ ਤੁਸੀਂ ਅਫਸ਼ਾ ਜੀ ਦੀ ਯਾਦ ਤਾਜ਼ਾ ਕਰਦੇ ਹੋ, ਤੇ ਤੁਸੀਂ ਇਹ ਉਹਨਾਂ ਦੇ ਉਹਨਾਂ ਵਾਸਤੇ ਤੁਸੀਂ ਸ਼ਾਨ ਹੋ, ਸਾਡੇ ਵਾਸਤੇ ਤੁਸੀਂ ਸ਼ਾਨ ਹੋ ਕਿ ਤੁਸੀਂ ਯੂ ਆਰ ਬੈਟਰ ਦੈਨ ਹਰ, ਤੁਸੀਂ ਉਹ ਉਹਨਾਂ ਤੋਂ ਵੀ ਜ਼ਿਆਦਾ ਤਿਆਰ ਹੋ, ਸੋ ਇਹ ਕੰਪਲੀਮੈਂਟ ਮੇਰੇ ਵੱਲੋਂ। ਲੇਕਿਨ ਉਹਨਾਂ ਦਾ ਰੁਤਬਾ ਜਿਹੜਾ ਉਹ ਤੇ ਮਤਲਬ ਮੈਂ ਜੇ ਆਪਣੀ ਮਾਂ ਤੋਂ ਬਾਅਦ ਕਿਸੇ ਨੂੰ ਸੁਣ ਕੇ ਗਾਣਾ ਸ਼ੁਰੂ ਕੀਤਾ ਤੇ ਉਹ ਅਫਸ਼ਾ ਬੇਗਮ ਜੀ ਨੇ ਔਰ ਖਾਨ ਸਾਹਿਬ ਉਸਤਾਦ ਗੁਲਾਮ ਅਲੀ ਖਾਨ ਸਾਹਿਬ, ਸਾਡੇ ਰੱਬ ਨੇ, ਇਹ ਮੇਰੇ ਮੁਰਸ਼ਦ ਨੇ। ਬਿਲਕੁਲ, ਔਰ ਜਦੋਂ ਕਹਿੰਦੇ ਨਾ ਕਿ ਗੁਰੂ ਵੀ ਉਦੋਂ ਖੁਸ਼ ਹੁੰਦਾ ਜਦੋਂ ਉਹਦੇ ਸਾਹਮਣੇ ਇਹੋ ਜਿਹਾ ਯੂਨੋ ਸ਼ਾਗਿਰਦ ਹੋਵੇ, ਤੇ ਤੁਸੀਂ ਨਾਮ ਵਾਕਈ ਰੋਸ਼ਨ ਕੀਤਾ ਤੇ ਸਾਨੂੰ ਫਕਰ ਦੇ ਨਾਲ ਸੀ। ਪਿਆਰ ਮਿਲਿਆ, ਬਹੁਤ ਪਿਆਰ ਮਿਲਿਆ ਮੀ ਅਫਸ਼ਾ ਜੀ ਕੋਲੋਂ, ਬੜਾ ਹੀ ਪਿਆਰ ਮਿਲਿਆ, ਉਹ ਬੜੇ ਇਮਾਨਦਾਰ ਤੇ ਬੜੇ ਸੱਚੇ ਫਨਕਾਰ ਨੇ ਜੀ। ਕੀ ਬਾਤ ਹੈ, ਔਰ ਬੜੀ ਇਮਾਨਦਾਰੀ ਉਹਨਾਂ ਦੇ ਵਿੱਚ, ਮਤਲਬ ਉਹ ਇੰਨੇ ਜ਼ਿਆਦਾ ਮੁਨਸਫ ਨੇ ਗਾਣੇ ਨੂੰ ਲੈ ਕੇ। ਉਹਨਾਂ ਨੇ ਮੈਨੂੰ ਖੁਦ ਜਦੋਂ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਤੇ ਮੈਨੂੰ ਕਹਿੰਦੇ ਰੂਬੀ ਇਹ ਸਥਾਈ ਤੇ ਤੂੰ ਮੇਰੇ ਤੋਂ ਵੀ ਜ਼ਿਆਦਾ ਅੱਛੀ ਕਹੀ ਹੈ। ਇੰਨਾ ਕੁਛ ਹੋ ਕੇ ਵੀ ਹੋਮੇ ਨਾ ਕਰੋ, ਔਰ ਆਰਟ ਐਸੀ ਚੀਜ਼ ਹੈ ਜਿਨ੍ਹਾਂ ਵਿੱਚ ਵੜਦੇ ਜਾਓ, ਜਿਨ੍ਹਾਂ ਵਿੱਚ ਵੜਦੇ ਜਾਓ ਉਹਨਾਂ ਤੁਸੀਂ ਸਿੱਖਦੇ ਜਾਂਦੇ ਹੋ। ਗਾਣਾ ਵੀ ਉਦੋਂ ਅੱਛਾ ਹੁੰਦਾ ਜੇ ਤੁਹਾਡੇ ਰੂਹ ਦੇ ਵਿੱਚ ਇਮਾਨਦਾਰੀ ਹੈ, ਤੁਹਾਡਾ ਸੁਰ, ਤੁਹਾਡਾ ਗਾਣਾ, ਉੱਥੋਂ ਵੈਸੇ ਤੁਹਾਡਾ ਸੁਭਾਅ ਕਾਫੀ ਪਤਾ ਚੱਲ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ, ਕਿਉਂਕਿ ਸੁਰ ਈਸ਼ਵਰ ਹੈ, ਸੁਰ ਅੱਲਾ ਹੈ, ਸੁਰ ਭਗਵਾਨ ਹੈ, ਸੁਰ ਪਰਮਾਤਮਾ ਹੈ, ਜਿਸਦਾ ਸੁਰ ਅੱਛਾ ਹੈ ਉਹ ਇਨਸਾਨ ਅੱਛਾ ਹੈ। ਕਿਆ ਬਾਤ ਹੈ, ਬਸ ਇਸ ਤੋਂ ਜ਼ਿਆਦਾ ਕੋਈ ਵੱਡੀ ਗੱਲ ਹੈ ਨਹੀਂ ਗੀ। ਜਿਹੜਾ ਕੋਈ ਵੀ ਫਨਕਾਰ ਹੈ ਜੋ ਇਮਾਨਦਾਰ ਹੁੰਦਾ, ਮੁਨਸਫ ਹੁੰਦਾ ਕਿਸੇ ਦੇ ਗਾਣੇ ਨੂੰ ਲੈ ਕੇ,
ਇਹਦਾ ਮਤਲਬ ਉਹ ਬਹੁਤ ਖੁਦ ਇਮਾਨਦਾਰ ਇਨਸਾਨ ਹੈ, ਬਹੁਤ ਅੱਛਾ ਇਨਸਾਨ ਹੈ। ਕਿਆ ਕਿਉਂਕਿ ਬਾਤ ਕਿਸੇ ਹੈ, ਨੂੰ ਵਾਹ ਕਹਿਣਾ ਬਹੁਤ ਮੁਸ਼ਕਿਲ ਮੁਸ਼ਕਿਲ ਹੈ। ਕੁਝ ਲੋਕ ਹੁੰਦੇ ਅੰਦਰੋਂ ਉਹਨਾਂ ਦੇ ਚੱਲ ਰਿਹਾ ਹੁੰਦਾ ਵੀ ਵਾਹ ਕਹੀਏ, ਪਰ ਇੱਥੇ ਤੱਕ ਜ਼ਬਾਨ ਪਹੁੰਚ, ਤੇ ਨਹੀਂ ਜ਼ਬਾਨ ਲਿਆਉਂਦੇ ਤੇ ਪਹੁੰਚ ਹੀ ਨਹੀਂ ਪਾਉਂਦੀ। ਜੇ ਉਹ ਬੜਾ ਸਹੀ ਮੁਸ਼ਕਿਲ ਆਰਟਿਸਟ ਹੈ ਨਾ, ਜੇ ਕੋਈ ਵੀ ਭਾਵਾਂ ਉਹ ਕਲਾਕਾਰ ਹੈ, ਭਾਵਾਂ ਪੇਂਟਰ ਹੈ ਜਾਂ ਰਾਈਟਰ ਹੈ ਜਾਂ ਸਿੰਗਰ ਹੈ ਜਾਂ ਕੰਪੋਜੀਸ਼ਨ, ਜਿਹੜੇ ਕੰਪੋਜੀਸ਼ਨ ਬਣਾਉਂਦੇ ਨੇ, ਮਿਊਜ਼ਿਕ ਪ੍ਰੋਡਿਊਸਰ ਹੈ, ਅਗਰ ਉਹ ਦੇਖ ਰਹੇ ਨੇ ਨਾ ਕਿ ਇਹ ਵਧੀਆ ਕੰਮ ਕਰ ਰਿਹਾ ਹੈ, ਔਰ ਅਗਰ ਉਹਨਾਂ ਦੇ ਮੂੰਹ 'ਚ ਵਾਹ ਨਾ ਨਿਕਲੇ, ਫਿਰ ਉਹ ਆਰਟਿਸਟ ਨਹੀਂ ਹੈਗਾ। ਇਹ ਇਮਾਨਦਾਰੀ ਹੈ ਨਾ, ਇਮਾਨਦਾਰੀ ਦੇ ਨਾਲ ਇਹ ਇਹ ਕੰਮ। ਮੈਂ ਵੈਸੇ ਬੜੇ ਸਾਰੇ ਉਸਤਾਦ ਵੀ ਵੇਖੇ ਨੇ ਮੈਂ, ਬਹੁਤ ਇੱਕ ਦੂਸਰੇ ਨੂੰ ਪ੍ਰੇਸ ਕਰਦੇ ਨੇ, ਅਤੇ ਉਹੀ ਗੱਲ ਆਉਂਦੀ ਹੈ ਕਿ ਜੀ ਜਿਹੜੇ ਫਨਕਾਰ ਉਹੀ ਫਨਕਾਰ ਹੈ ਜਿਹੜਾ ਦੂਜੇ ਫਨਕਾਰ ਦੀ ਕਦਰ ਕਰੇ। ਜੀ ਬਿਲਕੁਲ। ਤੇ ਹੁਣ ਹਿਮਾਂਸ਼ੂ ਜੀ, ਹਿਮਾਂਸ਼ੂ ਜੀ ਤੁਸੀਂ ਤੁਸੀਂ ਵੀ ਆਪਣੇ ਥੋੜੇ ਗੁਰੂ ਬੈਕਗ੍ਰਾਉਂਡ ਬਾਰੇ ਦੱਸੋ, ਤੁਹਾਡੀ ਮਿਊਜ਼ਿਕ ਜਰਨੀ ਕਿੱਦਾਂ ਸ਼ੁਰੂ ਹੋਈ? ਜਰਨੀ ਕਿਵੇਂ ਸ਼ੁਰੂ ਹੋਈ? ਜੀ ਹਾਂ ਜੀ, ਮੈਂ ਤੁਹਾਨੂੰ ਦੱਸਦਾ ਕਿ ਮੇਰੀ ਵੀ ਫੈਮਿਲੀ 'ਚ ਜਿਹੜਾ ਸਾਰੇ ਲੋਕ ਮਿਊਜ਼ਿਕ ਦੇ ਨਾਲ ਹੀ ਕੰਸਰਨ ਨੇ, ਅਤੇ ਮੈਨੂੰ ਸ਼ੁਰੂਆਤ ਕਰਵਾਉਣ ਵਾਲੇ ਮੇਰੇ ਫਾਦਰ ਸੀਗੇ, ਔਰ ਮੇਰੇ ਪਹਿਲੇ ਗੁਰੂ ਵੀ ਮੇਰੇ ਪਿਤਾ ਜੀ ਰਹੇ। ਨਾਮ ਵੀ ਦੱਸੋ ਜੀ। ਸ਼੍ਰੀ ਓਮ ਪ੍ਰਕਾਸ਼ ਸ਼ਰਮਾ। ਅਤੇ ਉਹਨਾਂ ਨੇ ਮੈਨੂੰ ਯਾਦ ਹੈ ਕਿ ਮੈਂ ਸ਼ਾਇਦ ਫਸਟ ਵਿੱਚ ਹੋਵਾਂਗਾ, ਫਸਟ ਸਟੈਂਡਰਡ ਵਿੱਚ, ਜਦੋਂ ਦਾ ਮੈਨੂੰ ਉਹਨਾਂ ਨੇ ਹਾਰਮੋਨੀਅਮ 'ਤੇ ਹੱਥ ਰਖਾਇਆ ਸੀ। ਉਸ ਤੋਂ ਬਾਅਦ ਕਰਦੇ ਕਰਦੇ ਫਿਰ ਉਹਨਾਂ ਤੋਂ ਬਾਅਦ ਮੇਰੇ ਗੁਰੂ ਜੀ ਡਾਕਟਰ ਸੁਰੇਸ਼ ਗੋਪਾਲ ਸ਼੍ਰੀ ਖੰਡੇ ਜੀ, ਉਹਨਾਂ ਦੇ ਕੋਲ ਮੈਂ ਸਿੱਖਦਾ ਰਿਹਾ ਕੁਛ ਟਾਈਮ। ਫਿਰ ਟਾਈਮਲੀ ਮੈਨੂੰ ਮੇਰੀ ਕਿਸਮਤ ਅੱਛੀ ਰਹੀ ਕਿ ਮੈਨੂੰ ਟੀਚਰ ਅੱਛੇ ਮਿਲਦੇ, ਗੁਰੂ ਅੱਛੇ ਮਿਲਦੇ। ਅਤੇ ਇਹ ਵੀ ਲਾਈਫ ਦੇ ਵਿੱਚ ਇੱਕ ਬੜਾ ਵੱਡਾ ਰੋਲ ਹੁੰਦਾ ਕਿ ਸਾਨੂੰ ਟੀਚਰ ਅੱਛਾ ਮਿਲ ਜਾਵੇ, ਸਾਨੂੰ ਗੁਰੂ ਅੱਛਾ ਮਿਲ ਜਾਵੇ, ਨਹੀਂ ਤਾਂ ਕਈ ਵਾਰੀ ਬੰਦਾ ਭਟਕ ਜਾਂਦਾ ਇਸ ਚੀਜ਼ ਤੋਂ ਕਿ ਜਾਂ ਤੁਹਾਨੂੰ ਗਾਈਡ ਅੱਛਾ ਨਾ ਮਿਲੇ ਤਾਂ ਉਹ ਚੀਜ਼ਾਂ ਨਹੀਂ ਹੋ ਪਾਉਂਦੀਆਂ। ਲੇਕਿਨ ਮੇਰਾ ਗੁੱਡ ਲੱਕ ਰਿਹਾ ਬੜਾ ਕਿ ਮੈਨੂੰ ਘਰ ਤੋਂ ਹੀ ਪਹਿਲੇ ਸਟਾਰਟ ਹੋ ਗਿਆ ਕਿ ਮੇਰੇ ਫਾਦਰ ਨੇ ਸ਼ੁਰੂ ਕਰਵਾ ਦਿੱਤਾ, ਉਹਨਾਂ ਤੋਂ ਬਾਅਦ ਮੈਨੂੰ ਗੁਰੂ ਅੱਛੇ ਮਿਲ ਗਏ, ਇਹ ਸਿਲਸਿਲਾ ਚੱਲਦਾ ਰਿਹਾ ਅਤੇ ਹਜੇ ਤੱਕ ਵੀ ਮੈਂ ਸਿੱਖ ਹੀ ਰਿਹਾ। ਇਹ ਸਿੱਖਣਾ ਤਾਂ ਉਮਰ ਚੱਲਦਾ ਰਹੇਗਾ, ਇਹ ਲਰਨਿੰਗ ਪ੍ਰੋਸੈਸ ਹੈ, ਕਦੇ ਵੀ ਨਹੀਂ ਖਤਮ ਹੋ ਸਕਦਾ। ਹਰ ਇੱਕ ਦਿਨ ਜਿਹੜਾ ਸਿੱਖਣ ਵਾਲਾ ਹੈ, ਹਰ ਇੱਕ ਦਿਨ। ਬਹੁਤ ਬਹੁਤ ਅੱਛੀ ਗੱਲ ਕੀਤੀ। ਅਸੀਂ ਆਉਣ ਵਾਲੇ ਜਿੰਨੇ ਯੰਗ ਬੱਚੇ ਨੇ, ਜਿੰਨੇ ਯੰਗ ਆਰਟਿਸਟ ਨੇ ਜਿਹੜੇ ਸੁਣ ਰਹੇ ਨੇ, ਉਹਨਾਂ ਨੂੰ ਇੱਕ ਬਹੁਤ ਅੱਛਾ ਮੈਸੇਜ ਦਿੱਤਾ ਤੁਸੀਂ ਕਿ ਸਾਰੀ ਜ਼ਿੰਦਗੀ ਆਪਾਂ ਸਿੱਖੀ ਜਾਣਾ। ਇਨਸਾਨ ਇਹ ਸੋਚ ਲਏ ਕਿ ਮੈਂ ਟੌਪ 'ਤੇ ਪਹੁੰਚ ਗਿਆ, ਹੁਣ ਮੇਰੇ ਤੋਂ ਅੱਗੇ ਕੋਈ ਨਹੀਂ ਹੈਗਾ, ਫਿਰ ਆਈ ਥਿੰਕ ਉਹਦਾ ਡਾਊਨਫੋਲ ਹੋਣਾ ਸ਼ੁਰੂ ਹੋ ਜਾਂਦਾ। ਔਰ ਅਸੀਂ ਬਥੇਰੇ ਆਰਟਿਸਟ ਦੇਖੇ ਨੇ ਇਹੋ ਜਿਹੇ। ਸੋ ਜਿੰਨਾ ਡਾਊਨ ਟੂ ਅਰਥ ਰਹੋ, ਜਿਵੇਂ ਰੂਬੀ ਜੀ ਨੇ ਕਿਹਾ, ਔਰ ਸਿੱਖਦੇ ਰਹੋ, ਕਾਮਯਾਬ ਹੋ ਗਏ। ਹੁਣ ਮੈਨੂੰ ਇਹ ਦੱਸੋ, ਹਿਮਾਂਸ਼ੂ ਸ਼ਰਮਾ ਤੇ ਰੂਬੀ ਖਾਨ ਕਦੋਂ ਆਪਸ ਚ ਮਿਲਾਪ ਕਿਸ ਤਰ੍ਹਾਂ ਹੋਇਆ? ਕਿਉਂ ਕਿਚੜੀ ਕਦੋਂ ਬਣੇ? ਇਹ ਮਿਲਾਪ ਜਿਹੜਾ ਹੈ ਫੋਨ ਆਇਆ ਤੇ ਇਹਨਾਂ ਨੇ ਫੋਨ ਤੇ ਮੈਨੂੰ ਪੁੱਛਿਆ ਕਿ ਤੁਸੀਂ ਹਿਮਾਂਸ਼ੂ ਜੀ ਬੋਲ ਰਹੇ ਹੋ? ਮੈਂ ਕਿਹਾ ਹਾਂਜੀ, ਹਿਮਾਂਸ਼ੂ ਬੋਲ ਰਿਹਾ। ਔਰ ਇਸ ਤਰ੍ਹਾਂ ਹੀ ਗੱਲਾਂ ਸ਼ੁਰੂ ਹੋਈਆਂ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨਾ ਜਿਹੜੀ ਗਜ਼ਲ ਉੱਥੇ ਪਰਫਾਰਮ ਕੀਤੀ ਸੀ ਉਹਦੇ ਵਿੱਚ, ਹੁਣ ਗਜ਼ਲ ਦੇ ਸਾਰੇ ਦੱਸ ਦਿੰਦੇ ਕਿ ਤੁਸੀਂ ਇਹ ਗਾਇਆ ਸੀ ਉੱਥੇ, ਹੈ ਨਾ, ਕੋਈ ਵੀ ਗਾਣਾ ਲੈ ਕੇ ਆ ਜੋ ਵੀ ਮੈਂ ਉੱਥੇ ਪਰਫਾਰਮ ਕੀਤਾ, ਲੋਕ ਕਹਿੰਦੇ ਆ ਅਜਨਬੀ ਤੁਮ। ਲੇਕਿਨ ਉਹਦੇ ਵਿੱਚ ਜਿਹੜੀ ਜਗ੍ਹਾ ਦੱਸਣੀ ਹੁੰਦੀ ਹੈ ਨਾ ਕਿ ਇਹ ਜਗ੍ਹਾ ਬਹੁਤ ਅੱਛੀ ਸੀ ਜਾਂ ਇਹ ਤੁਸੀਂ ਫਰੇਜ਼ ਬਹੁਤ ਅੱਛਾ ਕਿਹਾ, ਉਹ ਸਾਰੇ ਨਹੀਂ ਦੱਸ ਸਕਦੇ। ਉਹ ਜਿਹੜਾ ਬਹੁਤ ਬਰੀਕ ਹੋਏਗਾ, ਜਿਹੜਾ ਬਰੀਕ ਸੁਣਦਾ ਹੋਏਗਾ ਜਾਂ ਜਿਹੜਾ ਜਿਹੜਾ ਆਪ ਫਨਕਾਰ ਹੋਏਗਾ, ਉਹ ਦੱਸ ਸਕਦਾ। ਇਹਨਾਂ ਨੇ ਮੈਨੂੰ ਮਤਲਬ ਗਜ਼ਲ ਦੇ ਵਿੱਚੋਂ ਸਿਰਫ ਉਹੀ ਚੀਜ਼ਾਂ ਦੱਸੀਆਂ ਕਿ ਤੁਸੀਂ ਇਹ ਬੜਾ ਅੱਛਾ ਕਿਸ ਮੈਂ ਕਹਿ ਕੇ ਦਿਖਾਣਾ। ਜਿਹੜੀ ਛੋਟੀ ਛੋਟੀਆਂ ਫਰੇਜ਼ ਸੀਗੇ ਇਹਨਾਂ ਨੇ, ਉਹ ਮੈਨੂੰ ਕਿਹਾ ਕਿ ਤੁਸੀਂ ਇਹ ਫਰੇਜ਼ ਬਹੁਤ ਅੱਛੇ ਕਹੇ ਹੈ। ਫਿਰ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕੀ ਕਰਦੇ ਹੋ ਪਹਿਲੇ ਮੈਨੂੰ ਇਹ ਦੱਸੋ। ਕਹਿੰਦੇ ਮੈਂ ਵੀ ਗਾ ਲੈਂਦੀ ਹਾਂ। ਮੈਂ ਕਿਹਾ ਨਹੀਂ, ਜਿਹੜਾ ਬੰਦਾ ਇੰਨਾ ਛੋਟੀ ਜਗ੍ਹਾ ਨੂੰ ਫੜ ਸਕਦਾ ਉਹ ਬਹੁਤ ਅੱਛਾ ਅੱਛਾ ਫਨਕਾਰ ਹੋਏਗਾ। ਬਸ ਇੱਥੋਂ ਹੀ ਸ਼ੁਰੂ ਹੋਈ ਗੱਲਬਾਤ ਤੇ ਵਧੀ 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 ਫਾਈਨਲੀ ਫਿਰ ਸਾਨੂੰ ਮੈਡਮ ਨੂਰਜਾਂ ਦਾ ਸੁਣਿਆ ਤੁਸੀਂ, ਉਹਦੇ ਵਿੱਚ ਜੇ ਅਸੀਂ 2.5-3 ਘੰਟੇ ਵੀ ਗੱਲ ਕੀਤੀ ਤੇ ਉਹਦੇ ਵਿੱਚ ਸਿਰਫ ਗਾਣੇ ਦੀ ਗੱਲਾਂ ਹੋਈਆਂ। ਤੁਸੀਂ ਇਹਨਾਂ ਨੂੰ ਸੁਣਿਆ, ਕੰਪੋਜੀਸ਼ਨ ਸੁਣੀਏ, ਉਹ ਕਰਦੇ ਕਰਦੇ ਉਹ ਕੰਪੋਜੀਸ਼ਨ ਫਿਰ ਬਣਦੀ ਬਣਦੀ ਬਣ ਗਈ ਆਪਣੀ ਬਣ ਗਈ ਹੈ। ਜਿਹੜਾ ਕੋਈ ਅੱਛਾ ਸੁਣਨ ਵਾਲਾ ਜਾਂ ਗਾਣ ਵਜਾਉਣ ਵਾਲਾ ਬੰਦਾ ਹੁੰਦਾ ਉਹਨੂੰ
उस तरह कोई भी किसी भी आर्ट आर्ट फॉर्म है या कोई भी फील्ड है उधर विच जो उन्हें कोई साथी चंगा मिल जावे तो उदियां चीजें जड़ियां वो 50 तो 100 हो जाती है, डबल हो जाती है सारी चीज। बिल्कुल बिल्कुल सही, वो सपोर्ट भी रहती है जे कोई थोड़ा कई बारी साथ ठीक ना मिले तो फिर वो चीजा कट मतलब हो नहीं पाती है कि मैं कहूं मैं वजह लेके बैठन लगा अगले कह नहीं तुसी किलो दूध लेके आओ पहले ऐदा हुंदा साडे घर च नहीं नहीं पर कुलदीप जी दी गलबात बिल्कुल बहुत बहुत सुरीले लग रहे हैं और उन्हें गल्ला चढ़िया फनकार वाली है एक किलो दूध ले आने वाले लगते नहीं हाँ हैगा तो फनकार ही है पर फन है जरा सुता ही रहता है तो एनीवेज हुन रूबी जी फिर जदों हिमांशु ने तो अपनी स्टोरी दस दी तानू लग्या कि ये मेरा लाइफ पार्टनर यही बन सकता है या ऐसी की फीलिंग आई है कि लग्या कि ही इज द वन जो मैं इन्हों का गाना सुनती सी तो मैं लगता से भी क्या बात है कोई जवाब ही नहीं है किसी भी तरह पर विच विच सोचती भी सी मुंडा गलबात घट करता है बोलना शुरू कर मतलब रियाज ठीक हो रूबी वर्गी पर्सनैलिटी हो खानदान वाले होन जो रूहदारी वाले होन गाने का ओपिनियन मिलना चाहिए कि जिहड़ी चीज इन्हां नूं पसंद होए मैनूं पसंद है उन्हें कहते कि नहीं यह कंपोजिशन है मैडम ने गाई है तुहानूं किवें लगदी है उन्नी पसंद मैनूं है उन्नी इन्हां नूं पसंद है दिखाओ फिर असने की मिलती आपस थैंक यू पिंकी पारस इशार जी थैंक यू आप देख रहे हैं और थैंक यू फॉर ब्यूटीफुल आर्टिस्ट कोई सरिता राज जी ओ कह रहे तनु प्यार करा दे नराती हां जी सारी फरमाइश आ गई है जी सरिता जी जरूर प्यार कर दे जी केडी गल है पवन हंस जी वाह वाह कह रहे ने थैंक यू पवन हंस जी थैंक यू सो मच सरिता जी पिंकी जी इशार भाई हरविंदर सरिता जी ਸਾਰੇ ਸੁਰੀਲੇ ਫਨਕਾਰ ਨੇ ਜਿੰਨੇ ਲੋਕਾਂ ਦੇ ਕਮੈਂਟਸ ਆ ਰਹੇ ਨੇ ਸਭ ਸੁਰੀਲੇ ਫਨਕਾਰ ਰਣਜੀਤ ਸਿੰਘ ਜੀ ਥੈਂਕ ਯੂ ਤੁਸੀਂ ਵੀ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਹੋ ਫਰੋਮ ਕੈਨੇਡਾ ਅਮਰਪ੍ਰੀਤ ਤਾਨ ਲਿਖ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮੈਸੇਜਸ ਆ ਰਹੇ ਨੇ ਆ ਸਰੀਤਾ ਜੀ ਨੂੰ ਮੈਂ ਕਹੂੰਗਾ ਤੈਨੂੰ ਪਿਆਰ ਕਰਾਂ ਦਿਨ ਰਾਤੀ ਅਗਲੀ ਵਾਰੀ ਲਿਖਣਾ ਤੇ ਪਲੀਜ਼ ਬੰਦੇ ਦਾ ਨਾਂ ਜ਼ਰੂਰ ਲਿਖੋ ਐਵੇਂ ਸਾਰੇ ਕਨਫਿਊਜ਼ ਹੋ ਜਾਂਦੇ ਨੇ ਪਰ ਇਹ ਗੱਲ ਬਿਲਕੁਲ ਸਹੀ ਹੈ ਮਿਸਟਰ ਅਸੀਂ ਐਵੇਂ ਤਿਆਰ ਹੋ ਕੇ ਬੈਠੇ ਰਹੀ ਅਗਲਾ ਕਿਸੇ ਹੋਰ ਨੂੰ ਪਿਆਰ ਕਰਦਾ ਮਿਸਟਰ ਗਿਲ ਸ਼ੋਕੇ ਹੋ ਰਹੇ ਨੇ ਮਿਸਟਰ ਗਿਲ ਪੂਰੀ ਵਾਹ 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 ਜੀ ਹਾਂ ਜੀ ਅੱਜ ਇਹ ਬੜੀ ਜ਼ਰੂਰੀ ਗੱਲ ਹੈ ਜੀ ਇਹ ਤਾਂ ਉਹ ਗੱਲ ਹੋ ਗਈ ਇੱਕ ਸਿੰਗਰ ਇੱਕ ਆਰਟਿਸਟ ਸਟੇਜ ਤੇ ਪਰਫਾਰਮ ਕਰਨਾ ਸੀ ਉਸਨੇ ਤੇ ਕੀਬੋਰਡ ਵਾਲੇ ਨੂੰ ਕਹਿੰਦੀ ਆਪਣਾ ਸਕੇਲ ਦੱਸਿਆ ਜਾ ਕੇ ਉਹਨੇ ਉਹਨੇ ਸਕੇਲ ਨਹੀਂ ਦੱਸਿਆ ਕਿ ਪਹਿਲਾ ਕਾਲਾ ਜਾਂ ਦੂਸਰਾ ਕਾਲਾ ਜਾਂ ਬੀ ਜਾਂ ਕੁਛ ਵੀ ਹੈ ਨਾ ਉਹਨੇ ਸਿੱਧਾ ਜਾ ਕੇ ਕਹਿੰਦੀ ਆ ਜਾ ਦੋਵੇਂ ਨੱਚੀਏ ਕਹਿੰਦਾ ਤੇਰਾ ਦਿਮਾਗ ਖਰਾਬ ਹੈ ਮੈਂ ਤਾਂ ਦਿਹਾੜੀ ਲਾਣ ਆਇਆ ਕਰੋ ਮੈਂ ਜੇ ਹੁਣ ਨੱਚਣ ਲੱਗਿਆ ਕੀਬੋਰਡ ਤੇਰਾ ਪਿਓ ਵਜਾਉ ਕਰਾ ਕੇ ਉਹ ਤਾਂ ਹੈ ਸਹੀ ਗੱਲ ਹੈ ਬੇ ਤੂੰ ਪਾ ਕੇ ਜੁਦਾ ਗਈ ਬੋਲੇ ਹੋ ਗਈ ਮੈਂ
मैनू सुन तेरी ले मैनू सारा जगवाना सारा जगवाना मैनू सुन तेरी ते सारा जगवाना सारा जगवाना दसा किवें दिल रे दसा किवें लड़े वे मेरी जे मैं या गुजारा जगवा मैनू सौते सारा जगवाना सारा क्या बात है, क्या मजा आ गया। सारा जग वारा दा पता नहीं, मैं असि दोनों तड़ते वारे भाई, क्या कमाल गाया। मेहरबानी, बहुत बहुत शुक्रिया। इन्नो कहिदा इंग्लिश मेड फॉर ईच अदर। थैंक यू, थैंक यू। हम बने तुम बने एक दूजे के लिए, क्या बात। रब बनांदा है जोड़ियां, लेकिन कई जोड़ियां ऐसी होंदे ने कि वाकई एक दूजे के लिए होंदी। बहुत अच्छा नाम रेफर किया इरशाद एंड पिंकी पारस। तो जोवन जोत पारस जी भी तुहानू ए भी साडे खानदान दा जी सब तो छोटा साहिबजादे साडे खानदान दे पारस खानदान दे। ते रूबी जी तुहाडी फैमिली च किन्ने क लोग ने? मेरी फैमिली च मेरे मदर ने जी, दो मेरी सिस्टर ने, और बस। तो तीन बहन, तीनों बहन हो तुसी? हां जी, तीनों बहन है जी। तो वो भी गांदियां ने दूजी? हां जी, वो भी गांदियां ने, मतलब सुरीलियां ने, सुर दे विच ने। प्रोफेशनल नहीं गांदी? प्रोफेशनल नहीं गांदियां। हां, सुर दे विच ने। अच्छी गल। ते हुण जदों तुहाडे दोनों दी गल आई कि तुसी 8 साल हो गए ब्याह नूं जी? हां जी, हां जी।
8 साल ਦੇ ਵਿੱਚ ਤਾਂ ਤੁਸੀਂ ਫਿਰ ਬੜਾ ਹੀ ਆਲਮੋਸਟ ਰਿਆਜ਼ ਰੋਜ਼ ਕਰ ਲੈਂਦੇ ਹੋ ਜਾਂ ਕਿੱਦਾਂ ਤੁਹਾਡੇ ਰਿਆਜ਼ ਦੀ ਕੀ ਸਕੈਡਿਊਲਸ ਨੇ ਟਾਈਮਿੰਗ ਕੀ ਨੇ ਅਸ ਰਿਆਜ਼ ਜਦੋਂ ਟਾਈਮ ਮਿਲਦਾ ਜਦੋਂ ਕਰ ਲਈਦਾ ਵਾ ਜ਼ਿਆਦਾ ਲੜਾਈ ਕਰੀਦੀ ਅੱਜ ਕੱਲ ਹਾਂ ਲੜਾਈ ਵੀ ਸਾਡੀ ਇਸ ਤਰ੍ਹਾਂ ਦੀ ਗਾ ਕੇ ਮਨ ਜਾਂਦਾ ਬੰਦਾ ਹੁਣ ਗੁੱਸੇ ਚ ਬੈਠੇ ਦੂਸਰੇ ਉਹ ਮੈਂ ਇਧਰੋਂ ਕਹਿ ਦੇਣਾ ਲੁਤਫ ਵੋ ਇਸ਼ਕ ਮੇ ਪਾਏ के जी जाता है रंज हमने भी उठाए हैं के जी जाता है इधर वाले मसला हम लोग ज्यादा वाले बना जाता है ਲੜਾਈ ਹੋਵੇ ਤੀਸਰੇ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਤੀਸਰਾ ਵਿਚਾਰਾ ਬੁਰਾ ਹੀ ਬਣਦਾ ਹੁੰਦਾ ਵਿੱਚ ਮੈਂ ਕਿਹਾ ਤੁਸੀਂ ਕਿਹਨੂੰ ਮੈਸੇਜ ਦੇਣਾ ਚਾਹ ਰਹੇ ਹੋ ਮਿਸਟਰ ਗਿੱਲ ਦੁੱਧ ਬਾਲ ਲੈਣਾ ਕੰਮ ਹੈ ਕਿਉਂਕਿ ਦੁੱਧ ਬਾਹਰ ਡੁੱਲਣਾ ਨੀ ਚਾਹੀਦਾ ਵੱਡਾ ਕੰਮ ਹੈ ਮੋਸਟ ਡਿਫਿਕਲਟ ਤੇ ਬਾਕੀ ਖਾਣੇ ਦੀ ਤੇ ਮੈਂ ਤਾਰੀਫ ਕਰ ਹੀ ਨਹੀਂ ਸਕਦਾ ਜੀ ਕਿ ਜਿੰਨਾ ਗਾਣਾ ਅੱਛਾ ਹੈ ਉਹਦੇ ਨਾਲੋਂ ਵੱਧ ਖਾਣਾ ਅੱਛਾ ਕੀ ਬਾਤ ਹੈ ਵੀ ਤਾਂ ਕੋਈ ਜਵਾਬ ਨਹੀਂ ਗਾ ਕੁਕਿੰਗ ਦੇ ਵਿੱਚ ਔਰ ਚਾਹ ਨਾਲ ਕਿਸੇ ਨੂੰ ਖਾਣਾ ਖਵਾਉਣਾ ਤੇ ਇਹ ਇਹ ਜ਼ਿਆਦਾ ਵੱਡੀ ਗੱਲ ਹੁੰਦੀ ਕਿਉਂਕਿ ਜਦੋਂ ਕੋਈ ਆਇਆ ਹੋਵੇ ਕੁਛ ਕੁਝ ਜਨਾਨੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਬਸ ਉਹ ਕਿੱਥੇ ਆ ਗਿਆ ਫਟਾਫਟ ਮੰਗਾਓ ਇਹਦੇ ਵਾਸਤੇ ਖਾਣਾ ਤੇ ਖਤਮ ਕਰ ਹਨਾ ਇਹਨਾਂ ਨੂੰ ਚਾਹ ਹੁੰਦਾ ਕਿ ਜੇ ਕੋਈ ਆਇਆ ਇਹਨੂੰ ਮੈਂ ਆਪਣੇ ਹੱਥ ਨਾਲ ਬਣਾ ਕੇ ਖਵਾਵਾਂ ਤਾਂ ਕਿ ਉਹਦੀ ਵੀ ਭੁੱਖ ਮਿਟ ਸਕੇ ਤੇ ਨਾਲੇ ਜਦੋਂ ਬੰਦਾ ਨੀਤ ਨਾਲ ਕਿਸੇ ਵਾਸਤੇ ਕੁਛ ਤਿਆਰ ਕਰਦਾ ਚੀਜ਼ ਉਹਦਾ ਮਜ਼ਾ ਹੀ ਦੁੱਗਣਾ ਹੋ ਜਾਂਦਾ ਇਹ ਤਾਂ ਹੈ ਇਸ ਕਰਕੇ ਮੈਂ ਤੇ ਇਹਦੇ ਵਾਸਤੇ ਇਹਨਾਂ ਨੂੰ 5 ਸਟਾਰ ਦੇ ਸਕਦਾ ਵਾਹ ਜੀ ਕੀ ਬਾਤ ਸਿੰਗਿੰਗ ਲਈ 7 ਸਟਾਰ ਤੇ ਕੁਕਿੰਗ ਲਈ 5 ਸਟਾਰ ਬਹੁਤ ਅੱਛਾ ਅੱਛਾ ਤੇ ਹੁਣ ਤੁਹਾਡੀ ਫੇਵਰਿਟ ਡਿਸ਼ ਕਿਹੜੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਮੈਂ ਮੇਰੀ ਜਿਹੜੀ ਰੂਬੀ ਮੇਰੇ ਲਈ ਬਣਾਉਂਦੀ ਤੇ ਇਹ ਬੈਸਟ ਹੈ ਦੇਖੋ ਜੀ ਖੁੱਲ ਗਿਆ ਉਹ ਪਹਿਲੇ ਹਾਂ ਸ਼ਰਮੇ ਨਹੀਂ ਹੋ ਸਕਦਾ ਕੋਈ ਗੱਲ ਲੁਕੋ ਵੀ ਜਾਣਾ ਨਹੀਂ 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 ਲੁਕਾਉਣ ਵਾਲੀ ਗੱਲ ਜੀ ਦੇਖੋ ਪਹਿਲੇ ਤੇ ਮਾਮਲਾ ਕੁਛ ਹੋਰ ਸੀਗਾ ਪਰ ਹੁਣ ਫਾਈਨਲੀ ਜਿਹੜਾ ਉਹ ਗੋਸਤ ਜਿਹੜਾ ਉਹਦੇ ਨਾਲੋਂ ਵਧੀਆ ਕੋਈ ਚੀਜ਼ ਨਹੀਂ ਲੱਗਦੀ ਉਹ ਫਿਰ ਜਿਹੜੀ ਇਹਨਾਂ ਦੇ ਹੱਥ ਦਾ ਹੋਵੇ ਤੇ ਭਾਵੇਂ ਦਿਨ ਰਾਤ ਹੋਵੇ ਸਵੇਰ ਸ਼ਾਮ ਹੋਵੇ ਉਹਦੇ ਤੇ ਟਿਕਿਆ ਹੋਇਆ ਮਾਮਲਾ ਸਾਰਾ ਉਸ ਤੋਂ ਬਾਅਦ ਗਾਣਾ ਵਜਾਣਾ ਹੋਣਾ ਚਾਹੀਦਾ ਤੇ ਗਾਣੇ ਤੋਂ ਬਾਅਦ ਖਾਣਾ ਖਾਣੇ ਤੋਂ ਬਾਅਦ ਫਿਰ ਗਾਣਾ ਕੀ ਬਾਤ ਹੈ ਤੇ ਰੂਬੀ ਜੀ ਅਗਰ ਤੁਹਾਡੀ ਗੱਲ ਕੀਤੀ ਜਾਏ ਕਿ ਤੁਹਾਨੂੰ ਮੇਜ਼ਬਾਨੀ ਕਿਹਦਾ ਹਿੰਦੀ ਦੇ ਵਿੱਚ ਹਾਂਜੀ ਹੈ ਨਾ ਹੁਣ ਮੈਂ ਅਸੀਂ ਨਾ ਹੁਣ ਬਾਹਰ ਰਹਿ ਕੇ ਅਸੀਂ ਹਿੰਦੀ ਦੇ ਕੁਝ ਲਫ਼ਜ਼ ਭੁੱਲਦੇ ਜਾ ਰਹੇ ਹਾਂ ਪੰਜਾਬੀ ਇੰਨੀ ਜ਼ਿਆਦਾ ਮੂੰਹ ਚੜ੍ਹ ਕੇ ਹੈ ਕਿ ਪੰਜਾਬੀ ਇਸ ਜ਼ਿਆਦਾ ਸਾਡੀ ਡੋਮੀਨੇਟ ਹੋ ਗਈ ਹੈ ਨਾ ਤੇ ਜੇ ਮਤਲਬ ਤੁਸੀਂ ਮਹਿਮਾਨ ਨਵਾਜ਼ੀ ਇਹ ਕਿਸਾ ਦੇ ਉਹ ਪਸੰਦ ਕਰਦੇ ਹੋ ਤੇ ਉਹਦਾ ਕੀ ਰੀਜ਼ਨ ਹੈ ਰੀਜ਼ਨ ਇਹ ਹੈ ਵੀ ਮੈਨੂੰ ਲੱਗਦਾ ਹੁੰਦਾ ਕਿ ਜੇ ਕੋਈ ਚੱਲ ਕੇ ਆਇਆ ਘਰ ਉਹ ਪਿਆਰ ਦੀ ਖਾਤਰ ਆਇਆ ਉਹ ਖਾਣ ਵਾਸਤੇ ਨਹੀਂ ਆਇਆ ਉਹਨੂੰ ਇਹ ਨਹੀਂ ਕਿ ਮੈਂ ਇਹਦੇ ਘਰ ਰੋਟੀ ਖਾਣ ਜਾ ਰਿਹਾ ਹਾਂ ਉਹ ਮੇਰੀ ਰੂਹ ਵਾਸਤੇ ਆਇਆ ਵਾ ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਉਹਨਾਂ ਦੀ ਜਿਹੜੀ ਮਹਿਮਾਨ ਨਵਾਜ਼ੀ ਉਹ ਮੈਂ ਆਪਣੀ ਰੂਹ ਤੋਂ ਕਰਾਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਰਾਂ ਤਾਂ ਕਿ ਉਹਨਾਂ ਨੂੰ ਕਹਿੰਦੇ ਸਿਆਣੇ ਮੇਰੀ ਮਾਂ ਕਹਿੰਦੀ ਹੁੰਦੀ ਵੀ ਜਿਹੜਾ ਪਿਆਰ ਆ ਨਾ ਉਹ ਢਿੱਡ ਦੇ ਰਾਹੀਂ ਅੰਦਰ ਜਾਂਦਾ ਹੈ ਜ਼ੁਬਾਨ ਦੇ ਸਾਨੂੰ ਖਾਂਦੇ ਹਾਂ ਤੇ ਫਿਰ ਉਹ ਬੰਦਾ ਤੁਹਾਨੂੰ ਤਾਂ ਉਮਰ ਤੱਕ ਯਾਦ ਰੱਖਦਾ ਇਸ ਕਰਕੇ ਮੇਰਾ ਵੈਸੇ ਹੀ ਮੇਰਾ ਸ਼ੌਕ ਹੈ ਕੁਕਿੰਗ ਕਰਨਾ ਬਹੁਤ ਜ਼ਿਆਦਾ ਇਹ ਸ਼ੌਕ ਮੈਨੂੰ ਪਹਿਲਾਂ ਨਹੀਂ ਜੀ ਬਾਅਦ ਚ ਆਇਆ ਸ਼ੌਕ ਜੀ ਜੀ ਮੇਰੇ ਤੋਂ ਬਾਅਦ ਮੈਨੂੰ ਆਪਣੀ ਮਾਂ ਤੋਂ ਜ਼ਿਆਦਾ ਉਹਨਾਂ ਦੇ ਹੱਥਾਂ ਤੋਂ ਜ਼ਿਆਦਾ ਮੈਨੂੰ ਕਿਸੇ ਦਾ ਖਾਣਾ ਪਸੰਦ ਨਹੀਂ ਸੀ
ਨਹੀਂ, ਅਸਲ ਚ ਹੋਇਆ ਕਿ ਰੂਬੀ ਜੀ ਨੂੰ ਅਹਿਸਾਸ ਹੋ ਗਿਆ ਕਿ ਇਹਨੇ ਤੇ 2-2 ਮਿੰਟ ਦੀ ਮਹਿੰਗੀਆਂ ਖਵਾਈ ਜਾਣੀਆਂ ਨੇ ਮੈਨੂੰ, ਸਵੇਰੇ ਵੀ ਤੇ ਸ਼ਾਮੀ ਵੀ ਦੇਖ ਬੈਠ ਰਿਹਾ ਕਿ ਮੈਂ ਖਰਾਬ ਹੋ ਜਾਏਗਾ ਨਾ, ਕਿ ਮੈਂ ਕਿਹਾ ਗੋਸ਼ਤ ਵੱਲ ਤੇ ਮੁੜਨੇ ਨਹੀਂਗੇ, ਤੇ ਮੈਨੂੰ ਕੂੜਾ ਪਾਉਣ ਵਾਸਤੇ ਇਹਨਾਂ ਨੂੰ ਉਧਰ ਲਾਣਾ ਪਿਆ। ਦੇਖੋ ਮੈਂ ਸਵੇਰੇ ਇਹਨਾਂ ਨੂੰ ਐਸੀ ਡਿਸ਼ਸ ਬਣਾ ਕੇ ਦਿੰਦਾ ਬ੍ਰੇਕਫਾਸਟ, ਬ੍ਰੈਡ ਬਟਰ ਕਿੰਨੀ ਮੁਸ਼ਕਲ। ਹਾਂਜੀ ਬਟਰ ਬਸ ਕਿਆ ਕਪਰ ਚੋਪੜ ਕੇ ਫੈਲਾ ਨਹੀਂ ਲੈਣਾ, ਹਰ ਕੋਈ ਨਹੀਂ ਕਰ ਸਕਦਾ, ਕੋਲੇਸਟ੍ਰੋਲ ਵਧਾਓ ਜੀ ਆਪਣਾ, ਸਾਰੀਆਂ ਜਿੰਨੀਆਂ ਚੀਜ਼ਾਂ ਮੈਨੂੰ ਦੱਸ। ਬ੍ਰੈਡ ਕਾ ਪੈਕਟ ਚੋ ਕੱਢਣੀ ਪਤਾ ਕਿੰਨਾ ਮੁਸ਼ਕਲ ਕੰਮ ਹੈ, ਫਿਰ ਉਹ ਕਿੰਨਾ ਮੁਸ਼ਕਲ, ਸਭ ਤੋਂ ਔਖਾ ਕੰਮ, ਬਹੁਤ ਔਖਾ। ਬਟਰ ਨੂੰ ਉਹਦੇ ਲੈਵਲ 'ਚ ਲੈ ਕੇ ਆਣਾ ਹੈ ਨਾ, ਬਹੁਤ ਲੱਗਣਾ ਚਾਹੀਦਾ। ਅਸਲ ਚ 2 ਮਿੰਟਸ ਮੈਗੀ ਜਿਹੜਾ ਬਹੁਤ ਮੁਸ਼ਕਿਲ ਹੈ ਬਣਾਉਣਾ, ਕਿਉਂਕਿ 2 ਮਿੰਟ ਤੋਂ ਜ਼ਿਆਦਾ ਉੱਚ ਹੋ ਜਾਏ ਤਾਂ ਬਣਦਾ ਨਹੀਂ, ਸੋ ਇੰਨਾ ਟਾਈਮ ਦੀ ਟੇਕ ਕੇਅਰ ਕਰਨੀ ਪੈਂਦੀ। ਜੀ 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 ਤੁਸੀਂ ਦੇਖੋ ਨਾ, ਸਭ ਤੋਂ ਮੁਸ਼ਕਿਲ ਕੰਮ ਸਮੇਂ ਦੀ ਕਦਰ ਕਰਦੇ ਨੇ ਸਭ ਤੋਂ ਵੱਡੀ। ਤੇ ਰੂਬੀ, ਅਗਰ ਤੁਹਾਨੂੰ ਅਗਰ ਪੁੱਛਿਆ ਜਾਵੇ ਕਿ ਹਿਮਾਂਸ਼ੂ ਦੀ ਬੈਸਟ ਕੁਆਲਿਟੀ ਕੀ ਨੇ, ਤੇ ਤੁਸੀਂ ਕੀ ਕਹੋਗੇ? ਗਾਣਾ, ਨੇਚਰ, ਜਵਾਬ ਮੈਂ ਦੱਸਦਾ ਫਿਰ ਕਹਿੰਦੇ ਸੀ ਕੋਈ ਨਹੀਂ 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 ਮੈਂ ਇਹ ਨਹੀਂ ਕਹਿੰਦੀ, ਫਿਰ ਮੈਂ ਜ਼ਰੂਰ ਕਹਿੰਦੀ ਕਿ ਇਨਸਾਨ ਬੜੇ ਅੱਛੇ ਨੇ, ਫਿਰ ਸੁਣਕਾਰ ਤੇ ਹੁੰਦੇ ਨਾ ਘੱਟੋ ਘੱਟ, ਜੇ ਸੁਣਕਾਰ ਨਹੀਂ ਹੁੰਦੇ ਫਿਰ ਸੁਣਕਾਰ ਹੋਣਾ ਸੀ, ਇਸ ਤਰ੍ਹਾਂ ਤੇ ਹੋ ਹੀ ਨਹੀਂ ਸਕਦਾ ਕਿ ਮਾਸ਼ੂ ਕੁਛ ਨਾ ਹੋਏ, ਐ ਤੇ ਹੋ ਨਹੀਂ ਸਕਦਾ। ਜੇ ਫਨਕਾਰ ਨਹੀਂ ਹੁੰਦੇ ਫਿਰ ਸੁਣਕਾਰ ਹੁੰਦੇ, ਤੇ ਫਿਰ ਸੁਣਕਾਰ ਇਹ ਬਹੁਤ ਅੱਛੇ ਨੇ, ਇਹ ਬੜੇ ਇਮਾਨਦਾਰ ਨੇ, ਬੜੇ ਮੁਨਸਿਫ ਨੇ, ਜੇ ਕੋਈ ਇਹਨਾਂ ਸਾਹਮਣੇ ਬਹੁਤ ਅੱਛਾ ਗਾਉਂਦਾ ਨੇ ਤੇ ਉਹਨੂੰ ਬੜਾ ਐਪਰੀਸ਼ੀਏਟ ਕਰਦੇ। ਚਲੋ ਇਹਨਾਂ ਦੀ ਬੈਸਟ ਕੁਆਲਿਟੀ ਹੈ। ਸੋ ਹੁਣ ਹਿਮਾਂਸ਼ੂ ਜੀ ਤੁਹਾਡੇ ਤੇ ਇਹੀ ਸਵਾਲ ਆ ਜਾਂਦੇ, ਤੁਸੀਂ ਦੱਸੋ ਕਿ ਰੂਬੀ ਜੀ ਜੇ ਗਾਣਾ ਨਾ ਗਾਉਂਦੇ ਤੇ ਇਹਨਾਂ ਦੀ ਕਿਹੜੀ ਐਸੀ ਕੁਆਲਿਟੀ ਹੈ ਕੁਕਿੰਗ ਤੋਂ ਇਲਾਵਾ? ਅੱਛਾ ਜੀ, ਕੁਕਿੰਗ ਤੋਂ ਇਲਾਵਾ ਦੇਖੋ ਲਾਈਫ ਦੇ ਵਿੱਚ ਨਾ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ, ਕੇਅਰਿੰਗ ਹੋਣਾ। ਤੇ ਉਹ ਸ਼ਾਇਦ ਮੈਨੂੰ ਲੱਗਦਾ ਮੈਂ ਬਹੁਤ ਘੱਟ ਹਾਂ, ਤੇ ਇਹ ਕੇਅਰਿੰਗ ਬਹੁਤ ਨੇ ਹਰ ਇੱਕ ਚੀਜ਼ ਨੂੰ ਲੈ ਕੇ, ਰਿਸ਼ਤਿਆਂ ਨੂੰ ਲੈ ਕੇ, ਤੇ ਇੱਕ ਕਿਸੇ ਇਨਸਾਨ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ, ਤੇ ਫੈਮਿਲੀਜ਼ ਨੂੰ ਲੈ ਕੇ। ਇਹ ਇਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਕੇਅਰ ਕਰਨਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਹਰ ਬੰਦਾ ਆਪਣਾ ਸੋਚਦਾ ਕਿ ਨਹੀਂ ਮੈਂ ਆਪਣਾ ਹੀ ਠੀਕ ਕਰ ਲਵਾਂ ਪਹਿਲੇ, ਹੈ ਨਾ, ਚਾਹੇ ਉਹ ਕੱਪੜੇ ਹੈ ਤੇ ਚਾਹੇ ਉਹ ਲਾਈਫ ਹੈ ਤੇ ਚਾਹੇ ਉਹ ਖਾਣਾ ਪੀਣਾ ਹੈ, ਪਰ ਇਹਨਾਂ ਨੂੰ ਆਪਣੇ ਤੋਂ ਜ਼ਿਆਦਾ ਫਿਕਰ ਦੂਸਰਿਆਂ ਦਾ ਹੁੰਦਾ ਕਿ ਨਹੀਂ ਇਹਦਾ ਕੁਛ ਹੋਇਆ, ਨਹੀਂ ਕੀ ਕੀਤਾ ਕੀ ਨਹੀਂ। ਤੇ ਇਹ ਕੇਅਰਿੰਗ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਹੈ ਕਿ ਇਹ ਬਹੁਤ ਮਤਲਬ ਹੱਦ ਵਾਲੀ ਜਿਹੜੀ ਲਿਮਿਟਸ ਵੀ ਕ੍ਰੋਸ ਕਰ ਜਾਂਦੀ ਹੈ ਕੇਅਰਿੰਗ, ਇੰਨੀ ਕੇਅਰਿੰਗ। ਵਾਕਈ ਬਹੁਤ ਅੱਛਾ ਬਟਰ ਲਾ ਲੈਂਦੇ ਤੁਸੀਂ ਸਰ, ਰਿਸਪੈਕਟ ਕਰਨਾ ਮੈਂ ਤੁਹਾਡੀ। ਮੈਨੂੰ ਪਿੰਕੀ ਦੇ ਥਰੂ ਥੋੜਾ ਜਿਹਾ ਪਤਾ ਚੱਲਿਆ ਸੀ ਕਿ ਤੁਸੀਂ ਆਪਣੀ ਫੈਮਿਲੀ ਨੂੰ ਔਰ ਆਪਣੀ ਭੈਣਾਂ ਦੀ ਫੈਮਿਲੀ ਨੂੰ ਜਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ, ਸੋ ਹੈਟਸ ਆਫ ਟੂ ਯੂ। ਸੋ ਇੱਥੋਂ ਪਤਾ ਚੱਲਦਾ ਹੈ ਕਿ ਯੂ ਆਰ ਵੈਰੀ ਕੇਅਰਿੰਗ ਪਰਸਨ, ਔਰ ਜਿਸ ਤਰੀਕੇ ਨਾਲ ਤੁਸੀਂ ਹਿਮਾਂਸ਼ੂ ਦੀ ਕੇਅਰ ਕਰਦੇ ਹੋ ਉਹ ਤੋਂ ਵੀ ਪਤਾ ਚੱਲਦਾ ਹੈ ਕਿ ਯੂ ਆਰ ਵੈਰੀ ਕੇਅਰਿੰਗ। ਚਲੋ ਰੂਬੀ ਜੀ, ਜੀ ਜੀ ਰੂਬੀ ਜੀ, ਹੁਣ ਆਪਾਂ ਫੇਰ ਸਿਲਸਿਲਾ ਲੈ ਕੇ ਚੱਲੇ ਸੁਰਾਂ ਵਾਲੇ ਪਾਸੇ। ਹਾਂਜੀ, ਤੇ ਤੁਸੀਂ ਸਿਰਫ ਜਵਨਜੋਤ ਜੀ ਤੁਸੀਂ ਕਹਿ ਰਹੇ ਹੋ ਮਹਿੰਦੀ ਹਸਨ ਜੀ, ਜਵਨ ਜੀ ਸਾਡੇ ਨਾਲ ਮਹਿੰਦੀ ਹਸਨ ਦੇ ਲਈ ਕਰੇਜ਼ੀ ਨੇ, ਉਹਨਾਂ ਦੇ ਲਵ ਦੇ ਵਿੱਚ ਡੁੱਬੇ ਰਹਿੰਦੇ ਨੇ 24 ਘੰਟੇ। ਹਬੀਬਾ ਜਾਨ, ਬਹੁਤ ਅੱਛਾ। ਹਬੀਬਾ ਜਾਨ ਜੀ, ਆਪ ਕਹਾਂ ਸੇ ਹੈ ਜ਼ਰੂਰ ਬਤਾਏ, ਇੰਡੀਆ ਸੇ, ਪਾਕਿਸਤਾਨ ਸੇ, ਦੁਬਈ ਸੇ, ਕੈਨੇਡਾ ਸੇ, ਜਹਾਂ ਸੇ ਵੀ ਆਪ ਜ਼ਰੂਰ ਬਤਾਇਆ ਕਰੇ। ਕਵਲ ਸਚਦੇਵਾ ਜੀ, ਵੈਰੀ ਗੁੱਡ, ਕਿਆ ਬਾਤ, ਥੈਂਕ ਯੂ ਕਵਲ ਜੀ। ਮਿਲਕੀ ਤਾਨ ਵਾਚਿੰਗ ਮੋਨੀ ਗਿੱਲ ਦੀਦੀ, ਮਾਇੰਡ ਬਲੋਇੰਗ, ਮਾਇੰਡ ਬਲੋਇੰਗ ਬੇਟਾ, ਮੈਂ ਹਿੰਦੀ ਬੋਲੀ ਸੀ ਵਿੱਚ, ਮੈਨੂੰ ਤਾਂ ਯਾਦ ਹੀ ਨਹੀਂ ਮੈਂ ਹਿੰਦੀ ਬੋਲੀ ਹੈ। ਹਾਂਜੀ ਹਾਂਜੀ, ਪਰ ਥੈਂਕ ਯੂ, ਮੈਂ ਇੱਕੋ ਹੀ ਵਰਡ ਬੋਲੀ ਸੀ, ਮੈਂ ਨਾ ਕਿ ਮਹਿਮਾਨ ਨਵਾਜ਼ੀ। ਹਿਮਾਂਸ਼ੂ ਭਾਜੀ, ਲੋਕ ਕਹਤੇ ਹੈ ਅਜਨਬੀ ਤੁਮਕੋ, ਇਹ ਮਿਲਕੀ ਤਾਨ ਕਹਿ ਰਹੇ ਨੇ ਤੁਹਾਡੇ ਵਾਸਤੇ। ਅਮਰਪ੍ਰੀਤ ਤਾਨ, ਅਮਰਪ੍ਰੀਤ ਤਾਨ ਰਿੰਸੀ, ਮੇਰੇ ਬੜੇ ਹੀ ਸੁਰੀਲੇ ਮੇਰੇ ਭਰਾ ਨੇ ਰਿੰਸੀ ਜੀ, ਵੀਰ ਜੀ ਕੀ ਬਾਤ ਹੈ, ਬਹੁਤ ਸੁਣਾਓ ਸਾਡੀ ਭੈਣ ਮਿਲਕੀ ਦੇ ਫਾਦਰ ਸਾਹਿਬ ਮੇਰੇ ਚਾਚਾ ਜੀ ਲੱਗਦੇ ਨੇ, ਗੁਜ਼ਰ ਗਏ, ਹੀ ਇਜ਼ ਨੋ ਮੋਰ, ਉਹ ਕਮਾਲ ਆਰਟਿਸਟ, ਕਮਾਲ ਬੇਸੁਰੀ ਆਰਟਿਸਟ, ਬੇਸੁਰੀ ਅਮੇਜ਼ਿੰਗ ਪਰਸਨੈਲਿਟੀ, ਮਤਲਬ ਪਟਿਆਲਾ ਘਰਾਣੇ ਤੋਂ ਵਨ ਆਫ ਦੀ ਬੈਸਟ ਪਰਸਨ, ਜਿਹਨੂੰ ਕਹਿੰਦਾ ਨਾ ਜੈਮ, ਜੈਮ ਹੁੰਦਾ ਹੈ ਡਾਇਮੰਡ ਕਹਿ ਲਓ ਜਾਂ ਖਜ਼ਾਨਾ ਕਹਿ ਲਓ, ਸਾਡੇ ਘਰ ਦਾ ਖਜ਼ਾਨਾ ਵਾਹਿਗੁਰੂ ਨੇ ਆਪਣੇ ਕੋਲ ਰੱਖ ਲਿਆ। ਮੈਨੂੰ ਬੜਾ ਅਫਸੋਸ ਹੋਇਆ ਜਦੋਂ ਇਸ ਦੁਨੀਆਂ ਨੂੰ ਛੱਡ ਕੇ ਗਏ, ਕਿਉਂਕਿ ਉਹ ਫਨਕਾਰ ਤਾਂ ਅੱਛੇ ਹੈਗੇ ਹੀ ਸੀਗੇ,
लेकिन दिल दे भी बहुत ही अच्छे इंसान सीगे। जे अगर मैं अपनी झाती मारा अपने खानदान दे विचों ते मैनू लगता है उस बंदे ने कदी किसी नू गाल नहीं कढ़ी, कदी किसी नू हर्ट नहीं किया, कदी कोई ऐसे लफ्ज़ नहीं बोले कि किसी नू दुख पहुँचाण। सो चाचा जी जिथे भी हो तुसी साडा सत श्री अकाल, साडा प्रणाम स्वीकार करना, और अगों ये उन्हां दी औलादां ने मिलकी होरी मिलकी सिलकी सारे भैणां बहुत ही हिमाचल दीआं भैणां ने जी बिल्कुल, और बड़ी प्यार वाली पूरी फैमिली बहुत प्यार वाली है, भोली चाची बड़ी प्यार वाली, सारी सीधी फैमिली बड़ा प्यार दिता इन्होंने सानू, असीं इन्हां कोल मिले सीगे बॉम्बे गए सीगे ते माता जी बहुत ज्यादा प्यार कीता इन्होंने, मतलब इन्ने सुरीले लोग ने, कमाल है। रिंसी जी तुसी लिखदे हो शाम जब सगन में धर की है लिखिया, एक तो मेरी हिंदी नहीं इन्नी अच्छी, अच्छा शाम जब फिदा हुसैन दी शगरों में ढलती ढलती फिदा हुसैन, चलो फिदा हुसैन जी दा ये भी हैगा जी फरमाइश, चलो चलो आपा फरमाइश नहीं आपा पब्लिक नू, रूबी जी तोड़ते आइए। अच्छा जी शाम जी कहंदे ने वो ही पलकों का झपकना, आहा क्या बात है भाई, मुंडा आया दूधारी वाला, वैसे कोई जवाब नहीं, मैंने तो मैनू पहला लगा सी रूह है नहीं सिर्फ दारीदारी है, पर रूह दारी दोनों हैगी ने। योगेश जी लिख रहे हो तुसी, हिमांशु जी आपकी आवाज में जो रूह और सुरों की वो जन्नत का काम सकूं। वो कितने क्या वो जन्नत से कम नहीं, क्या बात है भाई क्या बात है, बड़ी अच्छी बात लिखी आपने। हामी सिंह जी की लिखा खान दा एक सॉन्ग रूबी भाभी दा, मैंने समझ नहीं आई हामी जी तुसी की लिखना चाह रहे हो, समझ नहीं आई। हेमी जी भी हेमी हेमी मेरे बड़े अच्छे ब्रदर ने, बहुत ही रूहदार ने, बड़े सुनकार ने, गाना बड़ा अच्छे सुनते ने। अच्छा हां बट ऐसी एक फरमाइशा क्योंकि बहुत सारी ने, एक दी गावांगे दूजा कहेगा मेरी नहीं गाई, जो थोड़ा रूह इस वक्त करदा है तुसी ओ गाओ, क्योंकि जो तुसी गाओगे ओ सानू डेफिनेटली पसंद आएगा। एक्चुअल च जिहड़ी फरमाइशा कर रहे ने ਉਹੀ ਅਸੀਂ ਗਾਉਂਦੇ ਆ, ਯਾਨੀ ਕਿ ਤੁਹਾਡੇ ਜਿਹੜੇ ਫਨਕਾਰ ਮਤਲਬ ਤੁਹਾਨੂੰ ਜਿਹੜੇ ਫਨਕਾਰ ਤੇ ਸੁਰੀਲਾ ਹੈ ਹੀ ਹੈ, ਜਿਹੜੇ ਸੁਣਕਾਰ ਨੇ ਜਿਹੜੇ ਸੁਣਨਾ ਪਸੰਦ ਕਰਦੇ ਨੇ ਉਹ ਵੀ ਸੁਰੀਲੇ ਨੇ, ਉਹ ਵੀ ਸੁਰੀਲੇ ਨੇ, ਕੀ ਬਾਤ ਸੋਰਾ ਜੀ ਸਹੀਆਂ ਸਾਰੀਆਂ ਹੀ ਅਸੀਂ ਮੋਸਟਲੀ ਗਾਣੇ ਹੁੰਦੇ ਆ ਤੇ ਚਲੋ ਆ ਵਿੱਚੋਂ ਹਾਂ क्या बात है प्यार दे सजरे पर दे मेरी जावे पक्के कर ले तू मेरे पक्के कर ले तू मेरे जा सजना क्या बात है जबरदस्त।
ਰੂਬੀ ਜੀ, ਵੈਸੇ ਇਹ ਦੱਸੋ ਤੁਸੀਂ ਆਪਣੇ ਗਲੇ ਦਾ ਧਿਆਨ ਕਿਸ ਤਰ੍ਹਾਂ ਰੱਖਦੇ ਹੋ? ਕੋਈ ਸਪੈਸ਼ਲ ਡਾਈਟ ਫਾਲੋ ਕਰਦੇ ਹੋ? ਕੋਈ ਕੁਝ ਧਿਆਨ ਐਸਾ ਐਸਾ ਹੈ ਕਿ ਕੋਈ ਚੀਜ਼ ਅਵੋਇਡ ਕਰਦੇ ਹੋ ਕਿ ਮੈਂ ਆਹ ਨਾ ਖਾਵਾਂ, ਖੱਟਾ ਨਾ ਖਾਵਾਂ, ਠੰਡਾ ਨਾ ਖਾਵਾਂ? ਮੈਂ ਬਸ ਇੱਕ ਗੱਲ ਕਹਿੰਦੀ ਹਾਂ ਕਿ ਜਿਸ ਤੇ ਅੱਲਾ ਦਾ ਕਰਮ ਹੋਵੇ ਨਾ, ਉਹਨੂੰ ਤਾਂ ਕਿਸੇ ਚੀਜ਼ ਦੇ ਪ੍ਰੇਜ਼ ਕਰਨ ਦੀ ਲੋੜ ਨਹੀਂ। ਜਦੋਂ ਉਸ ਦਾ ਕਰਮ ਹੋਏ ਫਿਰ ਖੱਟਾ ਖਾਓ ਮਿੱਠਾ ਖਾਓ ਕੋਈ ਫਰਕ ਨਹੀਂ ਪੈਂਦਾ। ਵਾਹ! ਤੇ ਜਦੋਂ ਉਹਦਾ ਕਰਮ ਨਹੀਂ ਹੈ ਤੇ ਫਿਰ ਤੇ ਤੁਹਾਨੂੰ ਪਤਾ ਬੰਦਾ ਰੋਟੀ ਤੋਂ ਵੀ ਡਰਦਾ ਖਾਣ ਤੋਂ, ਹੈ ਨਾ, ਵੀ ਨਾ ਖਾਵਾਂ ਪਤਾ ਨਹੀਂ ਗਲਤ ਕਰਾਂ। ਸਹੀ ਗੱਲ, ਸਹੀ ਗੱਲ। ਇਹ ਬਸ ਉਹਦਾ ਕਰਮ ਹੈ, ਮੌਲਾ ਦਾ ਕਰਮ ਹੈ, ਸੱਚੇ ਪਾਤਸ਼ਾਹ ਦਾ ਕਰਮ। ਬਸ ਜਦੋਂ ਅਸੀਂ ਇਕੱਠੇ ਹਾਂ ਤੇ ਮੈਂ ਇਹਨੂੰ ਕਦੇ ਦੇਖਿਆ ਨਹੀਂ ਕਿਸੇ ਚੀਜ਼ ਦਾ ਪ੍ਰੇਜ਼ ਕਰਦੇ, ਕਿਸੇ ਵੀ ਚੀਜ਼ ਦਾ। ਪਾਣੀ ਪੀਣਾ ਉਹ ਵੀ ਰੱਜ ਕੇ ਠੰਡਾ, ਭਾਵੇਂ ਸਟੇਜ ਤੇ ਤੇ ਭਾਵੇਂ ਘਰ, ਤੇ ਖਾਣਾ ਪੀਣਾ ਵੀ ਸਭ ਕੁਝ ਚੰਗੀ ਤਰ੍ਹਾਂ। ਤੇ ਤੁਹਾਡੇ ਵਾਸਤੇ ਵੀ ਇਹ ਰੂਲ ਅਪਲਾਈ ਹੁੰਦਾ ਕਿ ਤੁਹਾਨੂੰ ਵੀ ਧਿਆਨ ਰੱਖਣਾ ਪੈਂਦਾ ਹੈ ਮਾਨਸ਼ੂ? ਮੈਨੂੰ ਜੀ ਸਿਰਫ ਇੱਕੋ ਹੀ ਗੱਲ ਦਾ, ਮੈਂ ਠੰਡਾ ਪਾਣੀ ਘੱਟ ਪੀਣਾ, ਇਸ ਤੋਂ ਜ਼ਿਆਦਾ ਨਹੀਂ ਕੁਛ। ਬਾਕੀ ਵੀ ਖਾਣਾ ਪੀਣਾ ਕੁਛ। ਸਾਡੇ ਜਿੰਨੇ ਬਜ਼ੁਰਗ ਨੇ ਮੈਂ ਸਾਰੇ ਵੇਖੇ ਨੇ ਕਿ ਠੰਡਾ ਪਾਣੀ ਜਾਂ ਕੋਈ ਵੀ ਠੰਡੀ ਚੀਜ਼ ਅਵੋਇਡ ਕਰਦੇ ਆ। ਸੋ ਇਹ ਲੱਕੀ, ਬਹੁਤ ਲੱਕੀ ਨੇ ਜਿਹੜੇ ਕਿ ਲੈਮਨ ਲੈਮਨ ਦਹੀਂ ਵਗੈਰਾ ਨਹੀਂ ਖਾਉਂਦੇ। ਨਹੀਂ ਸੀ, ਮੈਨੂੰ ਮੈਂ ਬਸ ਇੱਕ ਚੀਜ਼ ਦਾ ਪ੍ਰੇਜ਼ ਕਰਦੀ ਹਾਂ ਹਮੇਸ਼ਾ ਕਿ ਮੈਂ ਰੋਵਾਂ ਨਾ ਕਦੀ ਜ਼ਿੰਦਗੀ ਦੇ ਵਿੱਚ। ਜੇ ਮੈਂ ਰੋ ਲਵਾਂ ਤੇ ਫਿਰ ਮੇਰੇ ਗਲੇ ਤੇ ਜ਼ਰੂਰ ਇਫੈਕਟ ਹੁੰਦਾ, ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਕਦੀ ਹੋਰ ਕਿਸੇ ਚੀਜ਼ ਨਾਲ ਵੀ ਇਫੈਕਟ ਹੁੰਦਾ। ਚਲੋ ਵਾਹਿਗੁਰੂ, ਅਸੀਂ ਕਹਾਂਗੇ ਕਿ ਤੁਹਾਡੇ ਜਿੰਨੇ ਵੀ ਦੁੱਖ ਨੇ ਸਾਡੇ ਸਾਰਿਆਂ ਚ ਵੰਡੇ ਜਾਣ, ਤੁਹਾਨੂੰ ਕਦੀ ਵੀ ਕਿਸੇ ਦੁੱਖ ਦਾ ਅਹਿਸਾਸ ਨਾ ਹੋਵੇ, ਕਿਉਂਕਿ ਜਿਹੜਾ ਫਨਕਾਰ ਹੈ ਉਹ ਸਾਡੇ ਸਾਰਿਆਂ ਦਾ ਸਾਂਝਾ ਹੈ, ਤੇ ਉਹਦੇ ਦੁੱਖ ਸੁੱਖ ਸਾਡੇ ਸਾਡੇ ਵੀ ਉਹਦੇ ਉਹਦੇ ਦੁੱਖ ਸੁੱਖ ਸਾਡੇ ਵੀ ਉਨੇ ਹੀ ਨੇ। ਸੋ ਵਾਹਿਗੁਰੂ ਕਰੇ ਤੁਹਾਨੂੰ ਬਸ ਹਮੇਸ਼ਾ ਸੁਖੀ ਮਿਲੇ। ਦੁੱਖ ਹੋਣਾ ਹੀ ਨਹੀਂ ਜੀ, ਸਿਰ ਤੇ ਤੁਹਾਡੇ ਗਣੇਸ਼ ਬੈਠਾ, ਪਿੱਛੇ ਸੁਰ ਅੱਗੇ ਨੇ, ਤੇ ਦੁੱਖ ਆਣਾ ਕਿੱਥੋਂ ਮੈਨੂੰ ਇਹ ਦੱਸੋ। ਗਲੇ ਚ ਤੁਹਾਡੇ ਸਰਸਵਤੀ ਦੋਨਾਂ ਦੇ ਦੋਵਾਂ ਚਾਹੀਦੀ ਤੁਹਾਨੂੰ। ਅੱਛਾ, ਹੁਣ ਹੁਣ ਇੱਕ ਮਸਾਲੇ ਵਾਲੀ ਗੱਲ ਹੈ। ਅਗਰ ਦੋਨਾਂ ਦੀ ਪਹਿਲਾਂ ਪਹਿਲਾਂ ਰੂਬੀ ਬੋਲਣਗੇ ਇੱਕ ਬੈਡ ਕੁਆਲਿਟੀ ਜਿਹੜੀ ਤੁਹਾਨੂੰ ਪਿਸ ਆਫ ਕਰਦੀ ਹੈ ਕਿ ਹਿਮਾਂਸ਼ੂ ਵਾਈ ਯੂ ਡਿਡ ਦਿਸ, ਕਿ ਇਹ ਕਿਉਂ ਕੀਤਾ ਤੂੰ, ਜਾਂ ਇਹ ਕਿਉਂ ਕਰਦਾ ਤੂੰ, ਇੱਕ ਇੱਕ ਐਸੀ ਕੋਈ ਖਾਸੀਅਤ, ਮਤਲਬ ਬੈਡ ਹੈਬਿਟ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਹਿਮਾਂਸ਼ੂ ਦੀ ਮੈਂ ਚੇਂਜ ਕਰ ਦਿਆਂ। ਜੀ, ਉਹ ਇਹ ਹੈ ਕਿ ਇੱਕ ਤਾਂ ਜਦੋਂ ਇਹ ਸ਼ਾਵਰ ਲੈਂਦੇ ਨੇ ਉਸ ਤੋਂ ਬਾਅਦ ਜਿਹੜਾ ਟਾਵਲ ਹੈ ਉਹਨੂੰ ਬੈੱਡ ਤੇ ਰੱਖ ਦਿੰਦੇ ਨੇ ਉਸੇ ਤਰ੍ਹਾਂ। ਸੈਕਿੰਡਲੀ ਜਿਹੜੇ ਸ਼ੂ ਉਤਾਰ ਕੇ ਸੌਕਸ ਜਿਹੜੀਆਂ ਉਹਨੂੰ ਉਹ ਇੰਜ ਹੀ ਫੈਂਕ ਸੁੱਟ ਦਿੰਦੇ ਨੇ ਇੱਧਰ ਉੱਧਰ। ਇਹ ਗੱਲ ਮੈਨੂੰ ਇਹਨਾਂ ਦੀ ਅੱਛੀ ਨਹੀਂ ਲੱਗਦੀ, ਬਾਕੀ ਤੇ ਮਾਸ਼ਾਅੱਲਾ ਕਿਆ ਬਾਤ। ਹਾਂ, ਹੁਣ ਹੁਣ ਤੁਹਾਡੇ ਤੇ ਸੇਮ ਇਹੀ ਕੁਐਸਚਨ ਆਉਂਦਾ, ਚੁੰਡੀ ਚੁੰਡੀ ਜਿਹੜਾ ਤਿਆਰ ਰੱਖਣਾ ਰੂਬੀ ਜੀ, ਅੱਛਾ ਜੇ ਗੱਲ ਇਹਦੀ ਪਸੰਦ ਆਵੇ ਨਾ ਨਾਲ ਹੀ ਚੁੰਡੀ ਹਿਮਾਂਸ਼ੂ ਤੁਹਾਡੇ ਲਈ ਸੇਮ ਆਉਂਦਾ ਕਿ ਐਸੀ ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਕਿ ਉਹ ਹੋ ਮੈਨੂੰ ਆ ਰੂਬੀ ਦੀ ਆ ਹੈਬਿਟ ਬਿਲਕੁਲ ਨਹੀਂ ਪਸੰਦ। ਬਸ ਇਹ ਦੇਖੋ ਜੀ, ਇਹਨਾਂ ਇਹ ਤੇ ਇੱਕੋ ਹੀ ਪ੍ਰੋਬਲਮ ਹੁੰਦੀ ਹੈ ਜਿਹੜੀਆਂ ਇਹ ਤਿਆਰ ਹੋਣ ਚ ਬਹੁਤ ਟਾਈਮ ਲਾਉਂਦੇ। ਰੋਟੀ ਖਾ ਕੇ ਭਾਂਡੇ ਵੀ ਮਾਂ ਚ ਬੈਠੇ ਹੁੰਦੇ ਨੇ ਤੇ ਤਾਂ ਐਂਟਰੀ ਹੁੰਦੀ ਕਿ ਬਈ ਇੱਥੇ ਗੱਲ ਪਤਾ ਕੀ ਹੈ ਜੀ, ਦੇਖੋ ਕੁਲਦੀਪ ਜੀ, ਅਸੀਂ ਭਾਜੀ 10 ਮਿੰਟ ਵੀ ਨਹੀਂ ਲਾਉਂਦੇ ਤਿਆਰ, ਕਿਉਂਕਿ ਤੁਸੀਂ ਸੋਹਣੇ ਬਹੁਤ ਹੈ, ਤੁਹਾਨੂੰ ਰੱਬ ਨੇ ਸੋਹਣੇ ਬਹੁਤ ਜ਼ਿਆਦਾ ਬਣਾਇਆ ਹੈ। ਤੁਸੀਂ ਦੇਖੋ ਕਿੰਨੇ ਸੋਹਣੇ, ਮਤਲਬ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੀ ਕਰੇ ਵੇਖਦੀ ਰਵਾਂ। ਦੇਖੋ ਨਾ, ਬੰਦੇ ਨੂੰ ਥੋੜਾ ਬਹੁਤ ਸਾਨੂੰ ਐਫਰਟ ਕਰਨੇ ਪੈਣਗੇ ਨਾ ਜੀ, ਉਹ ਅਸੀਂ ਕਰਦੇ ਹਾਂ। ਮੇਕਅਪ ਵਾਸਤੇ ਬਸ ਕੁਛ ਵੀ ਹੋ ਸਕਦਾ, ਮਤਲਬ ਪਸੰਦ ਆਉਣਾ ਚਾਹੀਦਾ ਬਸ ਉੱਥੇ, ਭਾਵੇਂ ਸਾਨੂੰ ਸਾਰਾ ਦਿਨ ਨਾ ਲੱਗ ਜਾਏ ਉੱਥੇ, ਜਿੰਨਾ ਮਰਜ਼ੀ ਜ਼ਰੂਰ। ਕਈ ਵਾਰੀ ਤਾਂ ਅਸੀਂ ਮਾਲ ਬੰਦ ਕਰਵਾ ਕੇ ਆਈਦੇ ਨੇ ਉਹਨਾਂ ਦੇ, ਮਤਲਬ ਸੀ ਉਹ ਹੱਥ ਜੋੜਦੇ ਵੀ ਬਸ ਹੁਣ ਬਹੁਤ ਹੋ ਗਿਆ ਚਲੋ ਜਾਓ। ਅੱਛਾ, ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਅਸੀਂ ਦਿੱਲੀ ਗਏ ਤੇ ਇਹ ਕਹਿੰਦੀ ਤੂੰ ਸ਼ਾਪਿੰਗ ਤੇ ਨਹੀਂ ਜਾਂਦਾ ਮੇਰੇ ਨਾਲ, ਮੈਂ ਕਿਹਾ ਮੈਂ ਨਹੀਂ ਜਾ ਸਕਦਾ ਸ਼ਾਪਿੰਗ ਤੇ ਨਾ, ਤੇ ਕਹਿੰਦੀ ਮੈਂ ਚੁੱਪ, ਮੈਂ ਨਹੀਂ ਜਾਂਦਾ ਸ਼ਾਪਿੰਗ। ਅੱਛਾ ਜੀ, ਤੇ ਚੂੜੀਆਂ ਦੀ ਦੁਕਾਨ ਤੇ ਚਲੀ ਗਈ ਤੇ ਕਦੀ ਆਹ ਦੇਖੇ ਕਦੀ ਆਹ ਦੇਖੇ, ਉਹਨੂੰ ਪਸੰਦ ਨਾ ਆਵੇ। 2 ਘੰਟੇ ਬਾਅਦ ਇਹਨੂੰ ਇੱਕ ਚੂੜੀ ਦਾ ਪੈਟਰਨ ਪਸੰਦ ਆਇਆ ਤੇ ਕਹਿੰਦੀ ਮੈਂ ਆਹ ਲੈਣੀਆਂ ਨੇ। ਮੈਂ ਦੁਕਾਨਦਾਰ ਨੂੰ ਕਿਹਾ ਇਹ ਚੂੜੀ ਜਿੰਨੇ ਰੰਗਾਂ ਚ ਮੈਨੂੰ ਸਾਰੀਆਂ ਪੈਕ ਕਰ ਦੇ, ਕਹਿੰਦੀ ਬਸ ਚਲੋ
ਤੇ ਇੰਜ ਸ਼ਾਪਿੰਗ ਹੋਣੀ ਚਾਹੀਦੀ। ਸੱਜਣਾ ਨੇ ਫੁੱਲ ਮੰਗਿਆ, ਸਾਰਾ ਬਾਗ ਹਵਾਲੇ ਕੀਤਾ ਕੁਲਦੀਪ ਜੀ ਤੁਸੀਂ ਤੇ। ਕਿਆ ਇਹ ਖਾਸੀਅਤ ਹੈ ਜੀ। ਸ਼ੁਕਰ ਹੈ ਉਹ ਜੋਕ ਸੁਣਿਆ ਸੀ। ਇੱਕ ਬੰਦਾ ਲਓ ਲਵੰਤ ਹੋ ਰਿਹਾ ਆ ਰਿਹਾ ਹੁੰਦਾ, ਕਹਿੰਦਾ ਕੀ ਹੋਇਆ, ਕਹਿੰਦਾ ਸੱਜਣਾ ਨੇ ਫੁੱਲ ਮਾਰਿਆ, ਕਹਿੰਦਾ ਲਓ ਕਿਉਂ ਆ ਰਿਹਾ, ਕਹਿੰਦਾ ਗਮਲੇ ਸਮੇਤ ਕੱਢ ਮਾਰਿਆ। ਮੈਂ ਉਹੀ ਕਹਿਣਾ ਚਾਹੁੰਦੀ ਹਾਂ, ਤੁਸੀਂ ਮੇਰੇ ਦਿਲ ਦਾ ਹਾਲ ਸਮਝ ਰਹੇ ਹੋ। ਆਏ ਦੱਸ ਸੋ ਫੁੱਲ ਮੇਰੇ ਕੋਲ ਹੁੰਦਾ, ਗਮਲਾ ਦਾ ਸਿਰ ਤੇ ਹੁੰਦਾ। ਕੀ ਬਾਤ ਹੈ। ਅੱਛਾ ਹੁਣ ਹੁਣ ਮੈਂ ਪੁੱਛਣਾ ਇਹ ਚਾਹਾਂਗੀ ਕਿ ਪਹਿਲੀ ਗੱਲ ਤੇ ਤੁਹਾਨੂੰ ਦੋਨੋਂ ਜਿਹੜੇ ਇੱਥੇ ਮਰਦ ਬੈਠੇ ਨੇ ਜਾਂ ਜਿਹੜੇ ਸਾਨੂੰ ਦੇਖ ਰਹੇ ਨੇ, ਕਿਉਂਕਿ ਸਾਡੇ ਤੇ ਮੇਕਅਪ ਦਾ ਅਟੈਕ ਹੋ ਰਿਹਾ ਮੇਕਅਪ ਦਾ, ਤੇ ਜੀ 16 ਸ਼ਿੰਗਾਰ ਅਗਰ ਕਿਸੇ ਨੇ ਨਹੀਂ ਸੁਣਿਆ ਨਾ ਤਾਂ ਜਾ ਕੇ ਗੂਗਲ ਕਰੋ, ਉਹ ਵੁਮੈਨ ਦੇ ਹੀ ਰਸ ਨੇ ਸਾਰੇ, ਹਨਾ। ਤੇ ਅਸੀਂ ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਦੱਸਣਾ, 16 ਸ਼ਿੰਗਾਰ ਕੀ ਹੈ ਉਹ ਜਾ ਕੇ ਤੁਸੀਂ ਗੂਗਲ ਕਰੋ, ਤੁਹਾਨੂੰ ਆਪ ਹੀ ਪਤਾ ਚੱਲ ਜਾਏਗਾ। ਤੇ ਹੁਣ ਅਸੀਂ ਗੱਲ ਕਰਦੇ ਹਾਂ, ਜਦੋਂ ਤੁਸੀਂ ਆਪਸ ਦੇ ਵਿੱਚ ਕੁਛ ਜਿਵੇਂ ਸਮਝ ਲਓ ਜਿਵੇਂ ਕਿਤੇ ਬਾਹਰ ਜਾਣਾ ਹੈ ਕੋਈ ਅੱਜ ਦੀ ਲਾ ਲਓ, ਤੇ ਕਿੱਦਾਂ ਤੁਸੀਂ ਤਿਆਰੀ ਕਰਦੇ ਹੋ, ਮਤਲਬ ਆਪਸ 'ਚ ਪਹਿਲਾਂ ਪ੍ਰੈਕਟਿਸ ਕਰਦੇ ਹੋ ਕਿ ਆਹ ਲਾਈਨ ਮੇਰੀ ਹੈ ਤੇ ਆਹ ਲਾਈਨ ਤੇਰੀ ਹੈ, ਕਿਸ ਤਰ੍ਹਾਂ ਤੁਸੀਂ ਉਹ ਸਾਂਝੇਦਾਰੀ ਕਿਸ ਤਰ੍ਹਾਂ ਕਰਦੇ ਹੋ? ਕਿ ਕਈ ਵਾਰ ਗੜਬੜ ਹੋ ਜਾਂਦਾ ਹੈ, ਫੀਮੇਲ ਦੀ ਲਾਈਨਾਂ ਵੀ ਇਹੀ ਗਾ ਰਿਹਾ ਤੇ ਮੇਲ ਦੀ ਵੀ ਇਹੀ ਗਾ ਰਿਹਾ। ਇਮਾਨ ਨਾਲ ਦੱਸਦੀ ਹਾਂ ਤੁਹਾਨੂੰ, ਇਮਾਨਦਾਰੀ ਨਾਲ, ਕਿ ਕਦੀ ਕੋਈ ਤਿਆਰੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਔਰ ਹਿਮਾਂਸ਼ੂ ਜੀ ਤੇ ਐਡੇ ਐਕਸਾਈਟਮੈਂਟ ਇੰਨੀ ਜ਼ਿਆਦਾ ਹੋ ਜਾਂਦੀ ਨੀ ਇਹਨਾਂ ਨੂੰ ਕਿ ਜਿਹੜੀਆਂ ਲਾਈਨਾਂ ਮੇਰੀਆਂ ਹੁੰਦੀਆਂ ਇਹ ਗਾ ਲੈਂਦੇ ਨੇ, ਜਿਹੜੀਆਂ ਮੇਲ ਵਾਲਾ ਮੇਲ ਵਾਲੀਆਂ ਲਾਈਨਾਂ ਹੁੰਦੀਆਂ ਨੇ ਗਾਣੀਆਂ ਪੈਂਦੀਆਂ ਨੇ, ਤੇ ਫਿਰ ਮੈਨੂੰ ਪੈਰ ਦਬਾਉਣਾ ਪੈਂਦਾ ਵੀ ਤੁਹਾਡਾ ਨਹੀਂ ਸੀ ਇਹ, ਮੇਰਾ ਸੀਗਾ। ਤੇ ਮੈਨੂੰ ਕਹਿੰਦੇ ਕੋਈ ਨੀ ਚੱਲਣ ਦੇ। ਔਰ ਸਭ ਤੋਂ ਮਜ਼ੇਦਾਰ ਗੱਲ ਇਹ ਕਿ ਜਦੋਂ ਅਸੀਂ ਸ਼ੋਅ ਤੇ ਜਾਂਦੇ ਹਾਂ ਦੋਨੋਂ, ਮੈਂ ਤਾਂ ਬਿਲਕੁਲ ਮੈਂਟਲੀ ਪ੍ਰਪੇਅਰ ਹੁੰਦੀ ਹਾਂ, ਪਹਿਲਾਂ ਹੀ ਮੈਨੂੰ ਪਤਾ ਹੁੰਦਾ ਕਿ ਹਰ ਇੱਕ ਚੀਜ਼, ਹਨਾ, ਵੀ ਜਿਸ ਤਰ੍ਹਾਂ ਮੇਰਾ ਇੱਕ ਸੁਭਾਅ ਹੈ ਨਾ, ਮੇਰੀ ਮਤਲਬ ਪੂਰੀ ਪੂਰੀ ਤਿਆਰੀ ਕਰ ਰਹੀ ਹਾਂ ਹਮੇਸ਼ਾ ਹਮੇਸ਼ਾ। ਔਰ ਹਿਮਾਂਸ਼ੂ ਜੀ ਦੇ ਸਦਕੇ ਜਾਈਏ, ਇਹ ਇਸ ਤਰ੍ਹਾਂ ਕਰਦੇ ਨੇ ਜਦੋਂ ਅਸੀਂ ਸ਼ੋਅ ਤੇ ਪਹੁੰਚਣ ਵਾਲੇ ਹੁੰਨੇ, ਜਦੋਂ ਬਿਲਕੁਲ ਰੈਡੀ ਵੀ ਬਸ ਹੁਣ ਅੱਧੇ ਘੰਟੇ ਬਾਅਦ ਤੁਸੀਂ ਸਟੇਜ ਤੇ ਜਾਣਾ, ਔਰ ਹਿਮਾਂਸ਼ੂ ਜੀ ਕਹਿ ਰਹੇ ਨੇ ਉਹ ਰੂਬੀ ਯਾਰ, ਮੈਂ ਕਿਹਾ ਕੀ ਹੋਇਆ, ਉਹ ਕੋਸਟਿਊਮ ਤਾਂ ਮੇਰਾ ਘਰ ਹੀ ਰਹਿ ਗਿਆ, ਮੈਂ ਪ੍ਰੈਸ ਕਰਕੇ ਉੱਥੇ ਟੰਗਿਆ ਉੱਥੇ ਰਹਿ ਗਿਆ, ਰੂਬੀ ਮੇਰੇ ਸ਼ੂ ਹੀ ਨਹੀਂ ਹੈਗੇ ਯਾਰ, ਉਹ ਹੋ ਯਾਰ ਮੇਰਾ ਮੇਰਾ ਮਤਲਬ ਕਮਾਲ ਕਮਾਲ ਦੀਆਂ ਚੀਜ਼ਾਂ ਨੇ, ਕਮਾਲ ਦੀਆਂ। ਵਾਹ ਜੀ ਵਾਹ, ਇਹ ਜ਼ਿਆਦਾ ਬਹੁਤ ਇੱਕ ਹੋਰ ਕੁਆਲਿਟੀ ਹੈ ਇਹ। ਚਲੋ ਫਿਰ ਇੱਕ ਕੰਮ ਕਰੋ, ਇੰਨੀ ਕੁ ਕੁਆਲਿਟੀ ਇੱਕ ਦੂਜੇ ਨੂੰ ਕੋਈ ਐਸਾ ਪਿਆਰ ਭਰਿਆ ਡੂਇਟ ਸੁਣਾਓ ਕਿ ਲੋਕੀ ਇੱਥੇ ਫਰਮਾਇਸ਼ ਕਰ ਰਹੇ ਨੇ, ਕੋਈ ਕਹਿ ਰਿਹਾ ਹਿੰਦੀ ਚ ਸੁਣਾਓ, ਕੋਈ ਕਹਿ ਰਿਹਾ ਪੰਜਾਬੀ ਚ, ਕੋਈ ਡੂਇਟ। ਚਲੋ ਹਿੰਦੀ ਚ ਹੋ ਗਿਆ, ਹਿੰਦੀ ਚ ਸੁਣਾਓ, ਹਿੰਦੀ ਚ ਹੈਗਾ ਤੇ, ਕਿਉਂਕਿ ਹਿੰਦੀ ਦੀ ਆਡੀਅੰਸ ਬਹੁਤ ਸਾਰੀ ਜੁੜ ਗਈ ਹੈ। ਹਿੰਦੀ ਇਧਰ, ਹਿੰਦੀ ਇਧਰ, ਚਲੋ ਭਾਈ ਹਿੰਦੀ ਇਧਰ। ਮੈਂ ਹੁਣੇ ਹਿਮਾਂਸ਼ੂ ਜੀ ਨਾਲ ਰਿਆਜ਼ ਕਰਦੀ ਹਾਂ। ਲਗਤਾ ਹੈ ਯੇ ਕਿਉਂ ਮੁਝੇ ਸਦੀਆਂ ਸੇ ਜਾਣਾ, ਲਗਤਾ ਹੈ ਯੇ ਕਿਉਂ ਮੁਝੇ ਸਦੀਆਂ ਸੇ ਜਾਣਾ, ਮੇਰੇ ਸੁਪਨੋ ਮੇ ਆ ਕਰ ਅਪਨਾ ਮੁਝੇ ਬਣਾ ਕਰ, ਕਹਿਣਾ ਕਭੀ ਤੋ ਮੇਰਾ ਮਾਨ ਹਾਏ, ਜੀਆ ਧੜਕ ਧੜਕ ਜੀਆ, ਧੜਕ ਧੜਕ ਜੀਆ, ਧੜਕ ਧੜਕ ਜਾਏ, ਜੀਆ ਧੜਕ ਧੜਕ ਜੀਆ, ਧੜਕ ਧੜਕ ਜੀਆ, ਧੜਕ ਧੜਕ ਜਾਏ, तुझे देख देख सोना, तुझे देख कर है जगना, मैंने ये जिंदगानी संग तेरे बितानी, तुझ में बसी है मेरी जान, हाय जिया धड़क धड़क जिया, धड़क धड़क जिया, धड़क धड़क जाए, जिया धड़क धड़क जिया, धड़क धड़क जिया, धड़क धड़क जाए। क्या बात है, वाकई जिया धड़क 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 जावे। ਕਦੇ ਇਸ ਤਰ੍ਹਾਂ ਹੋਇਆ ਕਿ ਕੋਈ ਬਹੁਤ ਹੀ ਡੀਪ ਲਾਈਕ ਕਲਾਸੀਕਲ ਟਾਈਪ ਦੀ ਕੋਈ ਤੁਸੀਂ ਦੋਨਾਂ ਨੇ ਕੋਈ ਅਟੈਂਪਟ ਕੀਤੀ, ਜਾਂ ਰੂਬੀ ਜੀ ਤੁਸੀਂ ਤਾਂ ਕਾਫੀ ਗਾਉਂਦੇ ਹੋ ਉਸ ਟਾਈਪ ਦੇ, ਕੋਈ ਐਸਾ ਕਿ ਬਹੁਤ ਕੋਈ ਠੁਮਰੀ ਜਾਂ ਕੋਈ ਐਸੀ ਯੂ ਨੋ ਕੋਈ ਗਜ਼ਲ ਐਸੀ ਕਿ ਬੜੀ ਕੋਈ ਕਲਾਸੀਕਲ ਟਾਈਪ ਦੀ ਕੋਈ ਚੀਜ਼ ਹੋਵੇ? ਜ਼ਿਆਦਾਤਰ ਇਹ ਕੋਸ਼ਿਸ਼ ਕਰਦੀ ਹੁੰਦੀ ਕਿ ਮੈਂ ਲਾਈਟ ਗਾਵਾਂ, ਮੈਨੂੰ ਲੱਗਦਾ ਹੁੰਦਾ ਕਿ ਵੱਡੀਆਂ ਚੀਜ਼ਾਂ ਨੂੰ ਕਈ ਲੋਕ ਨਜਾਇਜ਼ ਹੀ ਪਾ ਲੈਂਦੇ ਨੇ ਨਾ, ਉਹਨਾਂ ਨੂੰ ਹਾਂਜੀ ਵੀ ਆਉਂਦੀਆਂ ਜੀ ਅਸੀਂ ਕਰ ਲੈਂਦੇ ਹਾਂ, ਪਰ ਮੈਨੂੰ ਲੱਗਦਾ ਹੁੰਦਾ ਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਚੀਜ਼ ਵਿੱਚ ਪਰਫੈਕਟ ਨਹੀਂ ਹੋ, ਤੁਹਾਨੂੰ ਹੱਥ ਨਹੀਂ ਪਾਉਣਾ ਚਾਹੀਦਾ ਉਸ ਚੀਜ਼ ਨੂੰ।
ਬਿਲਕੁਲ ਸਹੀ, ਬਿਲਕੁਲ ਸਹੀ। ਤੇ ਮੁਸ਼ਕਿਲ ਚੀਜ਼ਾਂ ਵਾਸਤੇ, ਮੁਸ਼ਕਿਲ ਚੀਜ਼ਾਂ ਵਾਸਤੇ ਮਤਲਬ ਰਿਆਜ਼ ਦੀ ਜ਼ਰੂਰਤ ਰਿਆਜ਼ ਦੀ ਜ਼ਰੂਰਤ ਬਹੁਤ ਹੈ, ਮਿਹਨਤ ਕਰਨੀ। ਔਰ ਮੈਂ ਤੇ ਮਤਲਬ ਜਿੰਨਾ ਵੀ ਇਹ ਹੁਣ ਤੱਕ ਗਾ ਰਹੀ ਹਾਂ ਮੈਂ ਬਿਲਕੁਲ ਲਾਈਟ ਗਾ ਰਹੀ ਹਾਂ, ਬਿਲਕੁਲ। ਔਰ ਐਕਚੁਅਲੀ ਬਹੁਤ ਕਮਾਲ ਗਾ ਰਹੇ ਹੋ ਕਿ ਲਾਈਟ ਦੇ ਵਿੱਚ ਹਰ ਰਸ ਹੈ, ਹਰ ਚੀਜ਼ ਹੈ ਉਹਦੇ ਵਿੱਚ, ਉਹਦੇ ਚ ਸੂਫੀ ਹੈ, ਉਹਦੇ ਲੱਗਦਾ ਹੁੰਦਾ ਕਿ ਵਿੱਚ ਜਿੰਨੀ ਸਿੱਧੀ ਗੱਲ ਜਿਸ ਤਰ੍ਹਾਂ ਕਿਸੇ ਨੂੰ ਪਸੰਦ ਹੈ, ਜਦੋਂ ਆਪਾਂ ਕਹਿੰਦੇ ਕਿ ਸਾਨੂੰ ਗੱਲ ਘੁਮਾ ਕੇ ਨਾ ਕਹੇ ਭਈ, ਜਿਹੜੀ ਗੱਲ ਹੈ ਸਿੱਧੀ ਕਹੇ, ਮੈਨੂੰ ਲੱਗਦਾ ਗਾਣਾ ਵੀ ਸਿੱਧਾ ਹੋਣਾ ਚਾਹੀਦਾ ਔਰ ਫੀਲ ਹੋਣਾ ਚਾਹੀਦਾ, ਭਾਵ ਹੋਣੇ ਚਾਹੀਦੇ। ਮੈਨੂੰ ਲੱਗਦਾ ਤੁਸੀਂ ਉਹ ਚ ਵੀ ਛਾ ਜਾਓਗੇ, ਟਰਸਟ ਮੀ, ਕਦੇ ਟਰਾਈ ਕਰਨਾ। ਮੈਂ ਜ਼ਰੂਰ ਚਾਹਾਂਗੀ ਕਿ ਮੈਂ ਕਦੀ ਤੁਹਾਡੀ ਆਵਾਜ਼ ਦੇ ਵਿੱਚ ਉਸ ਟਾਈਪ ਦੀ ਕੋਈ ਗਾਇਕੀ ਸੁਣਾ। ਤੇ ਹੁਣ ਹਿਮਾਂਸ਼ੂ, ਜਦੋਂ ਤੁਸੀਂ ਵਿਆਹ ਕੀਤਾ ਤੇ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਮੇਰੀ ਵਾਈਫ ਤੇ ਭਾਈ ਇਹ ਤਾਂ ਬੜੀ ਸਫਾਈ ਵਾਲੀ ਹੈ, ਫਿਰ ਤੁਹਾਨੂੰ ਏਦਾਂ ਹੋਇਆ ਨਾ ਕਿ ਹੁਣ ਮੈਂ ਕੀ ਕਰਾਂਗਾ, ਮੇਰਾ ਕੀ ਹੋਏਗਾ? ਹੌਲੀ ਹੌਲੀ ਫਿਰ ਠੀਕ ਕਰ ਰਿਹਾ ਬੰਦਾ ਨਾ, ਇਹਦੇ ਅਸਰ ਰੱਖਣ ਦੇ ਵੀ ਗੁੱਸੇ ਹੋ ਜਾਂਦੇ ਸੀ ਵੀ ਇੱਥੇ ਗਲਾਸ ਵੀ ਕਿਉਂ ਰੱਖਿਆ, ਇੱਥੇ ਜਗ੍ਹਾ ਥੋੜੀ ਹੈ ਨਾ, ਹਨਾ ਸਾਰੀਆਂ ਚੀਜ਼ਾਂ। ਉਹ ਤਾਂ ਤੁਹਾਨੂੰ ਪਤਾ ਇੱਕ ਪਹਿਲੀ ਲਾਈਫ ਚ ਕੀ ਹੁੰਦਾ ਹੈ, ਜਦੋਂ ਬੰਦਾ ਸਿੰਗਲ ਹੁੰਦਾ ਹੈ ਜਿਸ ਤਰ੍ਹਾਂ ਵੀ ਹੋਇਆ ਕੋਈ ਵੀ ਚੀਜ਼ ਹੈ, ਘਰ ਪਹੁੰਚੇ ਕੱਪੜੇ ਲਾ ਕੇ ਇੱਧਰ ਤੇ ਸ਼ੂਜ਼ ਇੱਧਰ ਸੁੱਟ ਦਿੱਤੇ, ਜੋ ਵੀ ਮਤਲਬ ਮੈਂ ਉਸ ਤੋਂ ਮੈਂ ਇਕੱਲਾ ਹੀ ਰਹਿੰਦਾ ਸੀ ਪਹਿਲੇ ਥੋੜਾ ਜਿਹਾ, ਯਾਨੀ ਕਿ ਮੈਂ ਆਪਣੇ ਜਿੱਥੇ ਮੈਂ ਕੰਮ ਕਰਦਾ ਸੀ ਜਾਂ ਯੂਨੀਵਰਸਿਟੀ ਪੜ੍ਹਦਾ ਸੀ, ਉਸ ਤੋਂ ਬਾਅਦ ਮੈਂ ਕਾਫੀ ਟਾਈਮ ਇਕੱਲਾ ਰਿਹਾ ਤੇ ਬਸ ਘਰ ਪਹੁੰਚ ਕੇ ਸਿਰਫ ਇੰਨੀ ਕੁ ਜਗ੍ਹਾ ਬਣਾਉਂਦੇ ਸੀ ਕਿ ਇੱਥੇ ਮੈਂ ਸੌ ਸਕਾਂ ਬਸ, ਲਾਰੇ ਵਿੱਚੋਂ, ਹੈ ਨਾ, ਮਤਲਬ ਇੰਨੀ ਕੁ ਜਗ੍ਹਾ ਬਣਾ ਲੈਣੀ। ਬਚਪਨ ਸੀ ਤੁਹਾਡਾ, ਦੇਖੋ ਕਿੰਨਾ ਮੁਸ਼ਕਿਲ ਕੰਮ ਹੈ ਨਾ, ਇੰਨੇ ਖਲਾਰੇ ਵਿੱਚੋਂ ਜਗ੍ਹਾ ਬਣਾਉਣੀ ਕਿ ਇੱਥੇ ਮੈਂ ਪੂਰਾ ਲੰਮਾ ਪੈ ਸਕਾਂ। ਸਾਡੇ ਬੱਚੇ ਵੀ ਇੰਜ ਕਰਦੇ। ਉਸ ਤੋਂ ਬਾਅਦ ਫਿਰ ਹੁਣ ਉਲਟਾ ਹੋ ਗਿਆ, ਹੁਣ ਤੇ ਸਵੇਰੇ ਉੱਠ ਕੇ ਜੀ ਸਭ ਤੋਂ ਪਹਿਲੇ ਮੈਂ ਬੈਡਸ਼ੀਟ ਸੈੱਟ ਕਰਨਾ ਪੈਂਦਾ ਵੀ ਖਲਾਰਾ ਹੈ ਕਿੱਥੇ। ਅੱਛੀ ਗੱਲ ਹੈ, ਸਾਰਾ ਕੁਝ ਜਿਹੜਾ ਮਤਲਬ ਜੋ ਵੀ ਹੈਗਾ, ਹੁਣ ਤੇ ਮੈਨੂੰ ਵੀ ਆਦਤ ਪੈ ਗਈ ਬਾਰ ਬਾਰ ਉੱਠ ਕੇ ਕਰਟਨ ਸੈੱਟ ਕਰਨ ਦੀ, ਹੈ ਨਾ, ਕੋਈ ਚੀਜ਼ਾਂ ਜਿਹੜੀਆਂ ਠੀਕ ਨਹੀਂ ਹੈਗੀਆਂ ਉਹਨਾਂ ਨੂੰ ਸਿੱਧੇ ਕਰਨਾ, ਅਲਾਈਨ ਕਰਨਾ ਉਹਨਾਂ ਨੂੰ। ਕੀ ਬਾਤ ਹੈ ਬਈ, ਮਤਲਬ ਲਾਈਫ ਵੀ ਥੋੜਾ ਜਿਹਾ ਪੈ ਚੁੱਕੀ, ਲਾਈਫ ਦਾ ਮਤਲਬ ਹੀ ਚੇਂਜ ਹੈਗਾ, ਸ਼ਾਦੀ ਤੋਂ ਬਾਅਦ ਦੇ ਨਾਲ ਚੇਂਜ ਹੋਣਾ ਉਹ ਬਹੁਤ ਇੰਪੋਰਟੈਂਟ ਹੈ, ਉਮਰ ਦੇ ਹਿਸਾਬ ਨਾਲ ਚੇਂਜ ਹੁੰਦਾ ਹੈ, ਇਹ ਚੇਂਜ ਹੀ ਬਹੁਤ ਜ਼ਰੂਰੀ ਹੈ। ਹੁਣ ਮੈਨੂੰ ਹਿਮਾਂਸ਼ੂ ਇਹ ਦੱਸੋ, ਤੁਸੀਂ ਗਾ ਤਾਂ ਅੱਛਾ ਲੈਂਦੇ ਹੀ ਹੋ, ਸੁਣ ਵੀ ਅੱਛਾ ਲੈਂਦੇ ਹੋ, ਹੁਣ ਤਾਂ ਸਫਾਈ ਵੀ ਸਿੱਖ ਗਏ ਹੋ, ਵਾਜੇ ਦਾ ਕੀ, ਬਾਜਾ ਇੰਨਾ ਸੋਹਣਾ ਕਿੱਥੋਂ ਵਜਾਉਣਾ ਸਿੱਖਿਆ? ਬਾਜਾ ਤੁਸੀਂ, ਮੈਂ ਕੀ ਦੱਸਾਂ ਤੁਹਾਨੂੰ, ਮੈਂ ਤੁਹਾਨੂੰ ਦੱਸਿਆ ਮੈਂ ਪਹਿਲੇ ਫਾਦਰ ਸਾਹਿਬ ਨੇ ਸ਼ੁਰੂ ਕਰਵਾਇਆ ਸੀ, ਉਸ ਤੋਂ ਬਾਅਦ ਮੈਂ ਸੀਰੀਅਸਲੀ ਮੈਂ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨੂੰ ਆਪਣਾ ਆਈਡਲ ਮੰਨਦਾ ਤੇ ਉਹਨਾਂ ਨੂੰ ਬਹੁਤ ਬਹੁਤ ਹੀ ਪਿਆਰ ਕਰਦਾ, ਯਾਨੀ ਕਿ ਉਹਨਾਂ ਨੂੰ ਪੀਰ ਮੁਰਸ਼ਿਦ ਵਾਲੀ ਜਗ੍ਹਾ ਉਹ ਨੇ ਮਿਲੀ। ਕੀ ਬਾਤ ਹੈ, ਖਾਨ ਸਾਹਿਬ ਦਾ ਗਾਣਾ ਜਿੰਨਾ ਅੱਛਾ ਹੈ, ਉਹਨਾਂ ਦਾ ਹਾਰਮੋਨੀਅਮ ਉਹ ਵੀ ਉਹਨਾਂ ਹੀ ਅੱਛਾ ਹੈ, ਤੇ ਮੈਂ ਖਾਨ ਸਾਹਿਬ ਨੂੰ ਸੁਣ ਕੇ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕੁਛ ਜੋ ਉਹਨਾਂ ਨੇ ਵਜਾਇਆ ਮੈਂ ਉਹ ਥੋੜਾ ਜਿਹਾ ਉੱਥੋਂ ਸਿੱਖਦਾ ਰਹਿਣਾ, ਜਾਂ ਮਤਲਬ ਮੇਰੇ ਆਈਡੀਅਲ ਓਨ ਹੈ, ਮੈਂ ਕਹਿ ਸਕਦਾ ਕਿ ਮੈਂ ਖਾਨ ਸਾਹਿਬ ਦੇ ਹਾਰਮੋਨੀਅਮ ਤੋਂ ਇਨਸਪਾਇਰ। ਕੀ ਬਾਤ ਹੈ, ਸੁਣ ਕੇ ਹਾਰਮੋਨੀਅਮ ਜਿਹੜੀ, ਮੇਰੇ ਮੇਰੇ ਫਾਦਰ ਸਾਹਿਬ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਨੇ, ਉਹ ਇੱਕ ਦੋ ਹੋਰ ਉਸਤਾਦਾਂ ਤੋਂ ਵੀ ਸਿੱਖਿਆ, ਲੇਕਿਨ ਉਹਨਾਂ ਨੇ ਜਿਹੜਾ ਗੰਢਾ ਬਣਵਾਇਆ ਉਹ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਤੋਂ। ਔਰ ਸਾਡੇ ਇੱਦਾਂ ਨੇ, ਜਿੱਦਾਂ ਸਾਡੇ ਫੈਮਿਲੀ ਮੈਂਬਰ ਨੇ ਇੱਦਾਂ ਹੀ ਨੇ ਗੁਲਾਮ ਅਲੀ ਖਾਨ ਸਾਹਿਬ, ਜਿੰਨਾ ਵਾਜਾ ਉਹਨਾਂ ਦਾ ਤਿਆਰ ਹੈ। ਸ਼ਾਇਦ ਇਹ ਰੀਜ਼ਨ ਹੋ ਸਕਦਾ ਕਿ ਮੇਰੇ ਫਾਦਰ ਸਾਹਿਬ ਨੇ ਗੁਲਾਮ ਅਲੀ ਖਾਨ ਸਾਹਿਬ ਨੂੰ ਆਪਣਾ ਗੁਰੂ ਧਾਰਿਆ, ਕਿਉਂਕਿ ਮੇਰੇ ਦਾਦਾ ਜੀ ਸੀ, ਮੇਰੇ ਦਾਦਾ ਜੀ ਵਨ ਆਫ ਦੀ ਬੈਸਟ 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 ਵਾਜਾ ਪਲੇਅਰ, ਹੁਣ ਇਸ ਦੁਨੀਆਂ ਤਾਂ ਨਹੀਂ ਰਹੇ, ਲੇਕਿਨ ਉਹਨਾਂ ਵਰਗਾ ਜਦੋਂ ਸੁਣਦੀ ਹੈ, ਕਿਉਂਕਿ ਮੈਂ ਬਹੁਤ ਛੋਟੀ ਸੀਗੀ ਜਦੋਂ ਗੁਜ਼ਰ ਗਏ, ਤੇ ਉਹਨਾਂ ਦੀ ਜਦੋਂ ਜਿੰਨੀ ਮੈਨੂੰ ਯਾਦ ਤਾਜ਼ਾ, ਉਹਨਾਂ ਦੀ ਯਾਦਾਂ ਜਾ ਚੁੱਕੀ ਸੀ ਉਸ ਟਾਈਮ 'ਚ, ਲੇਕਿਨ ਉਹਨਾਂ ਦਾ ਵਾਜਾ ਕਹਿੰਦੇ ਸੀ ਕਿ ਜਿਵੇਂ ਪਾਣੀ ਨਹੀਂ ਵਸ ਪਾਣੀ ਵਾਂਗੂ ਉਹਨਾਂ ਦੇ ਹੱਥ ਚੱਲਦੇ ਸੀਗੇ, ਕਿ ਇੰਨਾ ਤਿਆਰ ਸੀਗੇ। ਸਾਡਾ ਖਾਨਦਾਨ ਤੇ ਭਾਈ ਇੱਕ ਤੋਂ ਇੱਕ ਖਾਨਦਾਨ ਸਾਡਾ ਮਾਹਿਰ ਹੈ ਮਿਊਜ਼ਿਕ ਦੇ ਵਿੱਚ, ਭਾਵਾਂ ਫਗਵਾੜੀਆ ਖਾਨਦਾਨ ਹੋਵੇ ਜਾਂ ਪਟਿਆਲੀਆ ਖਾਨਦਾਨ ਹੋਵੇ, ਸਾਡੇ ਬੜੇ ਵੱਡੇ ਵੱਡੇ ਦਿੱਗਜ ਨੇ ਉਹਦੇ 'ਚ ਮਿਊਜ਼ਿਕ ਦੇ। ਤੇ ਤੁਸੀਂ ਜਦੋਂ ਗੁਲਾਮ ਅਲੀ ਖਾਨ ਸਾਹਿਬ ਦੀ ਜ਼ਿਕਰ ਹੁੰਦਾ ਤਾਂ ਉਹਨਾਂ ਦੇ ਵਾਜੇ ਦੀ ਕੀ ਬਾਤ ਹੈ, ਔਰ ਉਹ ਝਲਕ ਮੈਨੂੰ ਐਕਚੁਅਲੀ ਤੁਹਾਡੇ 'ਚ ਨਜ਼ਰ ਆਉਂਦੀ ਹੈ, ਤੁਹਾਡੇ ਵਾਜੇ ਦੀ। ਕਈ ਵਾਰੀ ਸਾਡੀ ਜਿਹੜੀ ਦਾਦ ਹੈ ਉਹ ਵਾਜੇ ਤੇ ਨਿਕਲਦੀ ਹੈ ਤੁਹਾਡੇ, ਕਿ ਤੁਹਾਡਾ ਸੁਰ ਕੁਛ ਹੋਰ ਗਾ ਰਿਹਾ ਹੁੰਦਾ, ਲੇਕਿਨ ਤੁਹਾਡੇ ਵਾਜਾ ਕੁਛ ਹੋਰ ਕਰ ਰਿਹਾ ਹੁੰਦਾ, ਤੇ ਉਹ ਵੀ ਸਾਡੀ ਬਾਹਰ ਨਿਕਲਦੀ ਹੈ, ਕਿ ਕੀ ਬਾਤ ਹੈ ਜੀ। ਵੈਰੀ ਨਾਈਸ, ਔਰ ਅਸੀਂ ਚਾਹਾਂਗੇ ਗੁਲਾਮ ਅਲੀ ਖਾਨ ਸਾਹਿਬ ਤੱਕ ਇੱਕ ਵੀਡੀਓ ਜ਼ਰੂਰ ਪਹੁੰਚੇ, ਤਾਂ ਕਿ ਅਸੀਂ ਦੱਸੀਏ ਕਿ ਤੁਹਾਡੇ ਅਸੀਂ ਮੁਰਸ਼ਦ ਹਾਂ, ਤੁਹਾਡੇ ਅਸੀਂ ਮਿਊਜ਼ਿਕ ਦੇ ਅਸੀਂ ਇੰਨੇ ਕੁ ਲਿਸਨਰ ਆ ਕਿ ਤੁਹਾਡੀ ਹਰ ਇੱਕ ਚੀਜ਼ ਪਸੰਦ ਕਰਦੇ ਹਾਂ। ਕਿਉਂ ਨਾ ਆਪਾਂ ਫਿਰ ਗੁਲਾਮ ਅਲੀ ਖਾਨ ਸਾਹਿਬ ਤੇ ਹਫਸ਼ਾ ਜੀ ਦਾ ਕੋਈ ਡੂਇਟ ਤੁਹਾਨੂੰ ਦੋਵਾਂ ਨੂੰ ਯਾਦ ਹੈ? ਸੁਣਾਇਆ ਸੀ ਨਾ ਤੁਹਾਨੂੰ ਮੈਂ, ਜਿਹੜਾ ਪਹਿਲਾਂ ਜਾਨ ਦਾ ਮੁਗਲਾ ਸੀਗਾ, ਬਿਲਕੁਲ, ਪਾ ਕੇ ਜੁਦਾਈਆਂ, ਤੇ ਮੈਂ ਚਾਰੀ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ, ਅੰਮੀ ਅਫਸ਼ਾ ਬੇਗਮ ਜੀ, ਜਿਨ੍ਹਾਂ ਤੋਂ ਮੈਂ ਬਹੁਤ ਇਨਸਪਾਇਰ ਹਾਂ, ਮੈਂ ਉਹਨਾਂ ਦਾ ਕੁਛ ਤੁਹਾਡੀ ਨਜ਼ਰ ਕਰਨਾ ਚਾਹੁੰਦੀ ਹਾਂ ਜੀ।
आई होप साडी ऑडियंस नू आवाज़ सही आ रही है सब नू साडी दोनों की आवाज़ सही आ रही है उस साइड दी भी ते इस साइड दी भी जरूर दसना पिंकी पारस जान कट ये जान वाली गल करके हमरे क्यों डर लगदा है मैं बह जावां जान कट दिया ये जान वाली गल करके तेरे बाजों पर सुने आई कर दा बिछोड़ा बुरा हाल बिछोड़ा बुरा हाल तू जिन्नी देर बखरा तू जिन्नी देर बखरा जीना है समझ के जान कट दिया जान वाली गल करके हमरे क्यों डर लगदा मैं बह जान के जान कट दिया जान वाली गल करके सिद्धी तरह जय लगदी नी प्यारी सिद्धी तरह जय प्यारी जागी जित के मैं हारी बाजी मैं हारी बेसिन ऐसी जिंद रोड़ लांगे जुदाई वाला जान कट दिया जान वाली गल करके उबरे क्यों डर लगदा मैं बह जावां के जान वाह जी और रूबी जी तुसी ये गाना मैं पहले भी सुन चुकिया लेकिन जिवें तुसी जान दी जान कढ़ी है ना अज इंज नहीं मैं सुनिया कभी ध्यान ऑडियंस नूं दसांगे कि जिन्नी वारी तुसीं जान कहा मैनूं इंज लगा तुसीं जान दी भी जान कढ़ती फड़ के बहुत ही सुरीले बहुत ही सुरीले बहुत बहुत शुक्रिया और हालांकि बड़ी मुश्किल उचले उतले सुर ते जाना बड़ा मुश्किल है जी इस उत्तों दी इहनां दी खासियत की है कि आवाज भारी है उत्तों मुरकियां भी ने उत्तों द बेस्ट पार्ट इज एक्सप्रेशन एक्सप्रेशन इहनां दे कमाल ने अमेजिंग एक्सप्रेशन है ना मेरे विच डांस दा एक्सप्रेशन निकल जांदा ने जदों गा रही हुंदी रूबी मैं इत्थे इहनूं बेल्ट इहनूं मैं कुर्सी ते बेल्ट ला के बिठाया होया मैं नचण लग पिया
वाहिगुरु ने जो मिलाया ना तुहानू बड़ा सोच समझ के मिलाया ते ए नाम जी ए दोनों की पहचान सारी जिंदगी जिवें असीं अज याद करदे ना पुराणियां नू जोड़ियां नू ते इन्हां दी इदां ही मैं चाहवांगी कि वाहिगुरु करे ए रीजन है कि असीं चाहुंदे सी कि हर हाल च माई टीवी तक ये आन ताकि जिहड़ी साडी खानदान है उहदे विच इह शामिल हो सकन और उहनां नू भुल्लण ना। सॉरी गाइस मैं मम्मा फोन नहीं चक सकदी क्योंकि मैं लाइव ते हैगी हाँ ते तुहाडे नाल बाद च गल करांगी ते फेसबुक ते तुसीं देख सकदे हो असीं लाइव हैगे हाँ। एनीवेज हुण वापस असीं गल करदे हां कि हुण आने वाले टाइम दे विच तुसीं की तैयारी कर रहे हो की प्रोजेक्ट्स की ने सोच रहे सी लेकिन फाइनली हुण असीं की कीता है कि रूबी दे कुछ ट्रैक्स ने सूफी ते उस तरह दे इन्हां ने दो तीन ट्रैक्स रेडी कीते नवे और मैं भी कुछ रोमांटिक और कुछ गजलां नवीं रिकॉर्ड कीतियां क्या बात दो तीन गजलां ने और एक यानी कि एक कमर्शियल ट्रैक है जिहड़ा अजकल दी ऑडियंस वास्ते या यंगस्टर्स वास्ते उस तरह दा गाना ते ओ मतलब चार पांच चीजा मेरिया तैयार कीतियां ते तीन चार ट्रैक रूबी दे यानी कि एक साडा डुएट है सूफी जी। वाओ लुकिंग फॉरवर्ड क्योंकि मैं सूफी लवर हां पता नहीं मैं तो हर चीज लवर हाँ मैं हर चीज अच्छी लगती है जी चीज चीज सुरीली हो सुरुदारी हो एक्सप्रैशन होने आई लव दोज काइंड ऑफ मेरे दिल च उतरते पावा बॉलीवुड सॉन्ग्स हो या फिर कोई क्लासिकल हो हर किस्म का सुनना पसंद करती हूँ और हूँ अगर गल की जाए कि फ्यूचर के दस दिता तो अपना की तुम पसंद करते हो मतलब अपनी जो सोचते ना कि मेरी आ चीज़ मेरी पसंद है जिम्मे मैं कह रही हूँ कि मैं सूफी ज्यादा पसंद है परसनली पसंद तो सब कुछ है लेकिन ज्यादा जरा मैं क्लोज हाँ एनीथिंग सूफी हो मैं ज्यादा पहली मैं मेरा ध्यान पहला वो जाना सो एदा हिमाचल थोड़े वास्ते है कि फर्स्ट केड़ी चीज़ पसंद है लाइक गजल्स पसंद ने या फिर कवाली पसंद पसंद ने या हिप हॉप पसंद है रॉक पसंद है मतलब फर्स्ट चीज केड़ी पसंद है। देखो जे मैं अपनी गल करा कि मैं जेड़ी चीज प्रोड्यूस करना चाहना या जो गाना चाहना वो फर्स्ट प्रेफरेंस मेरा रहता है कि मैं कुछ गजल्स पहले नंबर ते या फिर कुछ रोमांटिक इस तरह का जेड़ा मेरी वोकल नु सूट करता है क्योंकि सिंगर नु अपने अपनी साउंड का पता होता है कि केड़ी चीज नाल हां जी केड़ी चीज नाल वो जा रही है या केड़ी चीज नाल जस्टिस कर सकते हैं कि जरूरी पद रही सॉरी कुलदीप जी पता की हैबिट है ना लत बैठे बैठे लत हलांदे हलांदे रहना कितने भजना कितने भजना। चलो हिमांशु जी तुसी रोमांटिक सॉन्ग के रोमांटिक में से कोई मैं इस करके चाह रही हूँ कि थोड़ी वर्सटैलिटी है ना जी जरूर नजर आनी चाहिए जो सा स्रोते ने उसके हर किस्म के स्रोते ने भावें म्यूजिक डायरेक्टर होन राइटर होन सिंगर होन या सुनकार होन यू नो तो मैं चाहवागी कि वो थोड़ी वॉइस की हर किस्म की देख सकते हैं कि यह बंदा आ भी गा सकता है। मैं एक सवाल पूछना चाहता हूँ बेनती हिमांशु जी ਕੋਈ ਵੀ ਬਾਲੀਵੁੱਡ ਦਾ ਸਿੰਗਰ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹਦਾ ਕੁਛ ਸੁਣਾਓ ਤੇ ਰੂਬੀ ਜੀ ਉਸ ਤੋਂ ਬਾਅਦ ਤੁਸੀਂ ਬਾਲੀਵੁੱਡ ਦੀ ਕੋਈ ਵੀ ਫੀਮੇਲ ਸਿੰਗਰ ਉਹਦਾ ਕੁਛ ਸੁਣਾਓ ਜੇ ਇਟਸ ਓਕੇ ਮੂਵੀ ਦਾ ਕੋਈ ਸੌਂਗ ਜਿਹੜਾ ਕਿ ਸੰਤਨ ਲੱਗੇ ਕਿ ਯੂ نو ਕਿ ਇਹ ਮੈਂ ਜਾਂ ਜੇ ਮੈਂ ਗਾਉਂਦਾ ਤੇ ਮੈਂ ਗਾਣਾ ਸੀ ਜੇ ਮੈਂ ਗਾਉਂਦੀ ਤੇ ਮੈਂ ਗਾਣਾ ਸੀ ਬਾਲੀਵੁੱਡ ਚ ਬੜੇ ਸਾਰੇ ਬੜੇ ਕਮਾਲ ਦੇ ਫਨਕਾਰ ਨੇ ਮੈਨੂੰ ਜਿਹੜੇ ਪਸੰਦ ਨੇ ਉਹਨਾਂ ਵਿੱਚੋਂ ਹਰੀਹਰਨ ਸਾਹਿਬ ਔਰ ਸੁਰੇਸ਼ ਵਾਡਕਰ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦਾ ਕੀ ਬਾਤ ਉਹਨਾਂ ਦੇ ਗਾਣੇ ਗਾਉਣਾ ਵੀ ਆ ਰੂਪ ਕੁਮਾਰ ਰਾਠੌਰ ਜੀ ਬੜੇ ਕਮਾਲ ਦੇ ਸਿੰਗਰ ਨੇ ਕੁਝ ਕੁਝ ਇੱਕ ਆਵਾਜ਼ਾਂ ਇਸ ਤਰ੍ਹਾਂ ਦੀ ਸੋਨੂ ਨਿਗਮ ਸਾਹਿਬ ਮਤਲਬ ਇਹ ਇੱਕ ਕਮਾਲ ਲੋਕ ਮੈਂ ਮੇਰੇ ਫੇਵਰੇਟ ਗਾਣਾ ਮੈਂ ਤੁਹਾਨੂੰ ਸੁਣਾ ਜੀ
इन सांसों का देखो तुम पागल बनके आए नहीं मुझसे ये बोले मैं राहों में तेरी अपने बिछा दूं ये नैन इन ऊंचे पहाड़ों से जा दे दूंगा मैं अगर तुम ना आए कहीं तुम उधर जाना उम्मीद मेरी जो तुम अड़ो इधर ये जहां छोड़ू मैं मौत और जिंदगी क्या बात तेरे हाथों में दे दिया आई रे ले मैं आई हूँ तेरे लिए तोड़ा रे हर बंधन को प्यार के लिए चांद रे आजा दिल की सभी चाहत है आके मुझसे मिल जा तू या फिर सुनकर धरती से मिला दे मुझको तू धीरे तेरे बिना क्या बात है रोटी खान जाकिर भाई तबले ਹੈਗੇ ਤਾਂ ਸਾਊਥ ਦੇ ਨੇ ਪਰ ਖਾਣਾ ਪੀਣ ਦਾ ਸਟਾਈਲ ਉਹਨਾਂ ਦਾ ਪੰਜਾਬੀਆਂ ਵਰਗਾ ਹੀ ਹੈ ਉਹਨਾਂ ਨੇ ਜੀ ਰੈਸਟੋਰੈਂਟ ਦੇ ਅਸੀਂ ਬੜੇ 5 ਸਟਾਰ ਹੋਟਲ 'ਚ ਗਏ ਡਿਨਰ ਵਾਸਤੇ ਅਤੇ ਉਹਨਾਂ ਨੇ ਵੇਟਰ ਨੂੰ ਬੁਲਾਇਆ ਆਈ ਨੀਡ ਅਨੀਅਨ ਅਤੇ ਉਹ ਅਨੀਅਨ ਕੱਟ ਕੇ ਲਾਏ ਕਹਿੰਦਾ ਨੋ ਆਈ ਨੀਡ ਅਨੀਅਨ ਸਮੈਸ਼ਡ ਬਾਈ ਹੈਂਡ ਮਤਲਬ ਸਾਹਮਣੇ ਮੁੱਕੀ ਮਾਰ ਕੇ ਕਹਿੰਦਾ ਖਾ ਲੈ ਤੂੰ ਮੁੱਕੀ ਮਰਵਾਈ ਔਰ ਫਿਰ ਉਹ ਖਾਦਾ ਤਿੰਨ ਅਨੀਅਨ ਫੇਲ ਹੋਏ ਜੀ ਤੇ ਚੌਥਾ ਅਨੀਅਨ ਪਾਸ ਹੋਇਆ ਕਿਉਂਕਿ ਪ੍ਰੋਪਰ ਮੁੱਕੀ ਨਹੀਂ ਵੱਜ ਰਹੀ ਸੀ ਉਹਦੇ ਤਾਂ ਭਾਈ ਤੋਂ ਤੁਸੀਂ ਉਹਦੇ ਨਾਸਾਂ ਤੇ ਮੁੱਕੀ ਮਾਰਨੀ ਸੀ ਨਾ ਜਿੱਦ ਕੋਲ ਪਿਆਜ਼ ਤੇ ਨਹੀਂ ਵੱਜ ਰਹੀ ਸੀ ਲੇਕਿਨ ਬਹੁਤ ਬਹੁਤ ਰੂਹਦਾਰ ਵਾਲੇ ਲੋਕ ਨੇ ਔਰ ਬੜਾ ਮਜ਼ਾ ਆਉਂਦਾ ਹੋ ਜੇ ਲੋਕਾਂ ਨੂੰ ਔਰ ਦੇ ਆਰ ਡਾਊਨ ਟੂ ਅਰਥ ਇਹ ਸਿੱਖਣ ਨੂੰ ਮਿਲਦਾ ਕਿ ਦੇ ਆਰ ਵੈਰੀ ਮੱਚ ਲਾਈਕ ਨਾਰਮਲ ਜਸਟ ਲਾਈਕ ਅਸ ਯੂ ਨੋ ਇਹ ਇਹ ਬੜਾ ਸੁਣ ਦੇਖ ਕੇ ਅੱਛਾ ਲੱਗਦਾ ਕਿਸੇ ਵੀ ਫੀਲਡ 'ਚ ਅੱਗੇ ਵੱਧਦਾ ਜਾਂਦਾ ਹੈ ਜਾਂ ਉਹ ਕਿਸੇ ਇਲਮ ਨੂੰ ਹੁੰਦਾ ਜਾਂਦਾ ਚੀਜ਼ਾਂ ਦਾ ਉਹ ਆਪਣੇ ਆਪ ਹੀ ਨੀਵਾਂ ਹੁੰਦਾ ਰਹਿੰਦਾ ਸਹੀ ਗੱਲ ਹੈ ਆਈ ਥਿੰਕ ਯੂ ਆਰ ਰਾਈਟ ਅੱਛਾ ਹਾਂਜੀ ਹੁਣ ਰੂਬੀ ਜੀ ਤੁਹਾਡੀ ਫੇਵਰੇਟ ਫੀਮੇਲ ਕੋਈ ਸਿੰਗਰ ਇੰਡਸਟਰੀ ਦੀ ਅੱਛਾ ਪਾਕਿਸਤਾਨੀ ਵੀ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਇੰਡੀਆ ਹੀ ਹੋਵੇ ਸੋ ਅਗਰ ਤੁਹਾਨੂੰ ਲੱਗਦਾ ਕਿ ਇਹ ਮੇਰਾ ਬੜਾ ਫੇਵਰੇਟ ਸੌਂਗ ਹੈ ਆਈ ਵਿਸ਼ ਕਿ ਮਤਲਬ ਜਿਵੇਂ ਫੇਵਰੇਟ ਸੌਂਗ ਲੰਬੀ ਜੁਦਾਈ बिछड़े
वाह क्या बात है। मैं क्या मिल रहा था नाम पता कि रख देना चाहिए एक्सप्रेशन क्वीन। ऐसा जबरदस्त ऐसा कि सुर भी बरकरार रखना और उदे विच एक्सप्रेशन पाना। जिन जेड़े सारे म्यूजिक जिनो समझ ने उन्होंने शायद पता होगा इस चीज का, जेड़े नहीं समझ रहे जी एक्सप्रेशन बना के रखना और सुर नु बरकरार रखना बहुत डिफिकल्ट है। जे लोकां ने तुहाडे प्रोग्राम वगैरह बुक करने होण या तुहाडा टूर बनाना होवे ते उहदा की प्रोसेस है, किवें तुहानूं फड़ सकदे आ, लभ किद्दां सकदे आ, तुहानूं कॉन्टैक्ट किद्दां करीए? ਸਾਡਾ ਕੰਟੈਕਟ ਤੁਸੀਂ ਬਹੁਤ ਮਿਹਰਬਾਨੀ ਹੋ ਤਾਂ ਹੁਣ ਅਸੀਂ ਬਣ ਗਏ ਆ ਤੁਹਾਡੇ। ਅਸੀਂ ਕੰਟੈਕਟ ਨਹੀਂ, ਅਸੀਂ ਤੁਹਾਡੇ ਫੈਨ ਆ। ਫਿਰ ਵੀ ਕੋਈ ਵੈਬਸਾਈਟ ਹੈ, ਕੋਈ ਫੋਨ ਕਿਦਾਂ ਤੁਹਾਨੂੰ ਰੀਚ ਕਿਦਾਂ ਕਰ ਸਕਦੇ ਹੋ? ਲੋਕਲ ਬੰਦੇ ਕਿਵੇਂ ਰੀਚ ਕਰ ਸਕਦੇ? ਸਾਨੂੰ ਫੇਸਬੁੱਕ ਦੇ ਸੀ ਜ਼ਰੀਏ ਵੀ ਰੀਚ ਕਰ ਸਕਦੇ ਹੋ, ਇੰਸਟਾਗ੍ਰam ਦੇ ਵੀ, ਕਿਉਂਕਿ ਉਹਦੇ ਤੇ ਸਾਰੀ ਕੰਟੈਕਟ ਡਿਟੇਲਸ ਹੈ। ਓਕੇ, ਪੇਜ ਤੁਹਾਡਾ ਪੇਜ ਹੈ ਜਾਂ? ਹਾਂਜੀ, ਪੇਜ ਕੀ ਨਾਂ ਕੀ ਪੇਜ ਦਾ? ਹਿਮਾਂਸ਼ੂ ਸ਼ਰਮਾ ਔਰ ਇਹਨਾਂ ਦਾ ਪੇਜ ਹੈ ਰੂਬੀ ਖਾਨ। ऑफिशियल आई थिंक ऑफिशियल रूबी खान है इंस्टाग्राम पे। हां, लेकिन अगर अगर जेडे भी अगर अमेरिकन्स या एनआरआईज ने और डेफिनेटली मोनी गिल नु कांटेक्ट कर सकते ने, ते आई विल हैप्पी टू फॉरवर्ड यू हिज और हर पर्सनल नंबर। ते हुन जेडे मैं ता चाहवांगी कि बहुत जल्दी ए जोड़ी सानू सारेयां नु आके एंटरटेन करे अमेरिका दे विच। मैं जरूर चाहवांगी कि लॉकडाउन जदों खत्म होवे ते इस तरह दे फनकार आने चाहिदे ने जेडे अपनी मिट्टी दी धरोहर नु संभाल के रखदे है। और इस तरह के लोग देखो जी, जो मेरे ख्याल आ जोड़ी जी ऐसी कमाल की जोड़ी है, इन्हों की गायकी का स्टाइल ही अलग है। इन्हों की गायकी ऐसी है जी रूह से उतर उतर जाने वाली गायकी है। और हैट्स ऑफ टू यू गाइस, हैट्स ऑफ टू यू वाइक ने अगर जोड़ी बनाई है ना, कुछ सोच के बनाई होनी। तो राणी जी तुम की लिखते हो? राणी जी लिख रहे हैं वाह वाह, जोरा जोरी जा लड़िया।
ਇਹਨਾਂ ਅੱਖੀਆਂ ਨੂੰ ਪੇਸ਼ ਅੱਛਾ ਅੱਛਾ ਸੁਣੋ ਤੁਸੀਂ ਰਾਣੀ ਕਿਸੇ ਰਾਣੀ ਕਿਸੇ ਨੇ ਪਰਸ ਬਹੁਤ ਬੜੀ ਸੁਰੀਲੀ ਫਨਕਾਰ ਹੈ ਬੜਾ ਅੱਛਾ ਬਹੁਤ ਉਹਦੇ ਅੱਛਾ ਨਾਲ ਮੈਂ ਸੁਣਦੀ ਬਹੁਤ ਰਹਿੰਦੀ ਅੱਛਾ ਹਾਂ ਹਿਮਾਂਸ਼ੂ ਜੀ ਕਿਸੇ ਨੇ ਲਿਖਿਆ ਚਮਕੀਲੇ ਦਾ ਗਾਣਾ ਸੁਣਾਓ ਕਿਆ ਬਾਤ ਹੈ ਤੇ ਕਦੀ ਤੁਹਾਡੇ ਨਾਲ ਇੰਜ ਹੋਇਆ ਰੂਬੀ ਜੀ ਹਿਮਾਂਸ਼ੂ ਜੀ ਕਿ ਤੁਸੀਂ ਸਟੇਜ ਤੇ ਗਾ ਰਹੇ ਹੋ ਤੁਹਾਡਾ ਮਾਈਕ ਫੜ ਕੇ ਕੋਈ ਹੋਰ ਹੀ ਗਾਣ ਲੱਗ ਪਿਆ ਬਹੁਤ ਵਾਰ ਹੋਇਆ ਜੀ ਇਸ ਤਰ੍ਹਾਂ ਸੱਚੀ ਤੇ ਐਜ਼ ਏ ਆਰਟਿਸਟ ਯੂ نو ਕੀ ਇਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਰਿਐਕਸ਼ਨ ਕੀ ਸੀਗਾ ਮਤਲਬ ਤੁਸੀਂ ਗਾ ਰਹੇ ਹੋ ਤੁਸੀਂ ਸੁਰ ਲਾਣਾ ਪਤਾ ਲੱਗਿਆ ਕਿ ਮਾਈਕ ਲੈ ਕੇ ਦੂਜਾ ਗਾਣ ਲੱਗ ਪਿਆ ਮੇਰਾ ਰਿਐਕਸ਼ਨ ਇਹ ਸੀਗਾ ਕਿ ਹੋ ਸਕਦਾ ਮੈਂ ਸੁਰ ਠੀਕ ਨਹੀਂ ਲਾਇਆ ਹੋਣਾ ਕੋਸ਼ਿਸ਼ ਕਰ ਰਿਹਾ ਲੱਗਣਾ ਇਹ ਤੋਂ ਠੀਕ ਹੋ ਸਕਦਾ ਉਹਨੂੰ ਵੀ ਮਾਈਕ ਫਿਰ ਅੱਗੇ ਦੇਣਾ ਪੈ ਜੇ ਹਾਂ ਲੇਕਿਨ ਲੇਕਿਨ ਐਜ਼ ਏ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਮਤਲਬ ਬਹੁਤ ਜ਼ਿਆਦਾ ਲੱਗਦੀ ਨਹੀਂ ਹੈ ਕਿਤੇ ਕਦੀ ਵਾਰੀ ਲੇਕਿਨ ਹਾਂ ਮੇਰੇ ਨਾਲ ਇੱਕ ਵਾਰੀ ਹੋਇਆ ਔਰ ਬਹੁਤ ਮਤਲਬ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਬਹੁਤ ਅੱਛੀ ਫਨਕਾਰ ਹੈ ਬੜਾ ਵੱਡਾ ਨਾਮ ਇੰਡਸਟਰੀ ਦਾ ਤੇ ਉਹ ਮੈਂ ਗਾ ਰਹੀ ਸੀ ਤੇ ਉਹ ਆ ਕੇ ਫਟਾਫਟ ਉਹਨਾਂ ਨੇ ਕਿਹਾ ਅਰੇ ਭਾਈ ਦੂਸਰਾ ਮਾਈਕ ਦੋ ਹਨਾ ਫਿਰ ਮਾਈਕ ਲੈ ਕੇ ਖੁਦ ਗਾਣ ਲੱਗ ਗਏ ਤੇ ਮੈਂ ਉਹਨਾਂ ਦਾ ਬੜਾ ਰਿਗਾਰਡ ਕਰਦੀ ਹਾਂ ਕਿਉਂਕਿ ਸੁਰ ਦਾ ਨਾਂ ਹੀ ਅਦਬ ਹੈ ਰਿਸਪੈਕਟ ਹੈ ਮੈਨੂੰ ਲੱਗਿਆ ਕਿ ਇਹ ਬੈਟਰ ਗਾ ਰਹੇ ਨੇ ਤੇ ਮੈਂ ਫਿਰ ਸਾਈਡ ਤੇ ਬੈਠ ਗਈ ਸੀ ਮੈਂ ਕਿਹਾ ਪਲੀਜ਼ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਇਹੀ ਹੋਇਆ ਸੀ ਮੈਨੂੰ ਬੁਰਾ ਨਹੀਂ ਸੀ ਲੱਗਿਆ ਮੈਨੂੰ ਬੁਰਾ ਨਹੀਂ ਲੱਗਿਆ ਸੀ ਮੈਨੂੰ ਲੱਗਿਆ ਕਿ ਆਪਣੀ ਆਪਣੀ ਸਮਝ ਹੁੰਦੀ ਹੈ ਲੇਕਿਨ ਇਸ ਤਰ੍ਹਾਂ ਮੈਂ ਬੜੇ ਸਾਰੇ ਫਨਕਾਰ ਦੇਖੇ ਹੈ ਕਿ ਉਹ ਮਾਈਕ ਤੁਹਾਡੇ ਹੱਥ 'ਚ ਫੜ ਕੇ ਆਪ ਗਾਣ ਸ਼ੁਰੂ ਹੋ ਜਾਂਦੇ ਆ ਈਵਨ ਤੋਂ ਅਸੀਂ ਵੀ ਸੁਣਕਾਰ ਹਾਂ ਅਸੀਂ ਸੁਣਨਾ ਬਹੁਤ ਪਸੰਦ ਕਰਦੇ ਹਾਂ ਲੇਕਿਨ ਉਸ ਵਕਤ ਜਦੋਂ ਤੁਸੀਂ ਇੱਕ ਆਰਟਿਸਟ ਤੋਂ ਦੂਜੇ ਆਰਟਿਸਟ ਤੋਂ ਮਾਈਕ ਫੜ ਲੈਂਦੇ ਹੋ ਨਾ ਤੇ ਉਹ ਮੈਨੂੰ ਲੱਗਦਾ ਇਹ ਨਹੀਂ ਮੈਂ ਕਹਾਂਗੀ ਕਿ ਬੇਇੱਜ਼ਤੀ ਹੈ ਜਾਂ ਡਿਸਰਿਸਪੈਕਟ ਹੈ ਲੇਕਿਨ ਐਜ਼ ਏ ਆਡੀਅੰਸ ਸਾਨੂੰ ਲੱਗਦਾ ਕਿ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ ਮਤਲਬ ਐਜ਼ ਏ ਆਡੀਅੰਸ ਮੈਂ ਇਹ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿ ਜਦੋਂ ਇੱਕ ਫਨਕਾਰ ਗਾ ਰਿਹਾ ਨਾ ਭਾਵੇਂ ਉਹ ਫਨਕਾਰ ਨਵਾਂ ਹੋਵੇ ਜਾਂ ਪੁਰਾਣਾ ਹੋਵੇ ਯਾ ਜ਼ਰੂਰੀ ਨਹੀਂ ਕਿ ਉਹ ਸਿੰਗਰ ਹੀ ਹੋ ਸਕਦਾ ਹੈ ਉਹ ਐਮਸੀ ਵੀ ਹੋ ਸਕਦਾ ਹੈ ਭਾਵੇਂ ਸਹੀ ਵੀ ਨਾ ਗਾ ਰਿਹਾ ਹੋਵੇ ਫਿਰ ਵੀ ਉਹਨੂੰ ਫਿਰ ਵੀ ਮੌਕਾ ਦਿੱਤਾ ਕਿ ਉਹਨੂੰ ਫਿਨਿਸ਼ ਤੇ ਕਰਨ ਦੋ ਵਿਚਾਰਾ ਜਿਸ ਕੰਮ ਲਈ ਆਇਆ ਉਹਨੂੰ ਖਤਮ ਤੇ ਤੁਹਾਡੇ ਨਾਲ ਇਹ ਮਾਚੂ ਇਦਾਂ ਕਿ ਤੂੰ ਬਾਜਾ ਛੱਡ ਲਿਆ ਮੈਂ ਵਜਾਦਾ ਨਹੀਂ ਕਰ ਰਿਹਾ ਇਸ ਤਰ੍ਹਾਂ ਦੇ ਬਸ ਉਹੀ ਇੱਕੋ ਇਨਸੀਡੈਂਟ ਸੀਗਾ ਇਹਨਾਂ ਨੇ ਦੱਸ ਦਿੱਤਾ ਬਸ ਇਹ ਇੱਕ ਵਾਰੀ ਹੋਇਆ ਇਸ ਤਰ੍ਹਾਂ ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ ਲੋਕ ਵੈਸੇ ਜਿਹੜਾ ਜਿਹੜੇ ਲੋਕ ਸਾਨੂੰ ਇਨਵਾਈਟ ਕਰਦੇ ਉਹ ਆਪ ਵੀ ਬੜੇ ਅਦਬ ਵਾਲੇ ਹੁੰਦੇ ਆ ਤੇ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਕਿ ਅੱਛਾ ਗਾਣਾ ਵਜਾਣਾ ਤੇ ਮਤਲਬ ਅੱਛੀਆਂ ਜਗ੍ਹਾ ਤੇ ਨਹੀਂ ਹੁੰਦਾ ਜ਼ਿਆਦਾਤਰ ਅੱਛੀ ਗੱਲ ਹੈ ਐਟ ਲੀਸਟ ਚਲੋ ਹਾਂ ਅੱਛਾ ਸੁਣਨ ਵਾਲੇ ਹੋਣਗੇ ਉੱਥੇ ਨਹੀਂ ਇਸ ਤਰ੍ਹਾਂ ਦੀ ਗੱਲ ਹੋਏਗੀ ਜਿੱਥੇ ਕੋਈ ਜਿਹੜੇ ਅਨਵਾਂਟਿਡ ਜਿਹੜੀਆਂ ਚੀਜ਼ਾਂ ਹੁੰਦੀਆਂ ਵਿੱਚ ਉਹਨਾਂ 'ਚ ਕਈ ਬੰਦੇ ਵੀ ਹੁੰਦੇ ਕਈ ਵਾਰੀ ਇਸ ਤਰ੍ਹਾਂ ਹੁੰਦੇ ਯਾ ਕਈ ਵਾਰੀ ਹੁੰਦਾ ਨਾ ਆਪਾਂ ਟੀਵੀ 'ਚ ਕ੍ਰਿਕਟ ਦੇਖਨੇ ਹੁੰਨੇ ਤੇ ਯੁਵਰਾਜ ਸਿੰਘ ਤੋਂ ਛੱਕਾ ਨਹੀਂ ਲੱਗਦਾ ਤੇ ਘਰੇ ਬੈਠੇ ਸਾਨੂੰ ਲੱਗਦਾ ਹੁੰਦਾ ਤੇ ਕਿ ਮੈਂ ਮਾਰ ਦੇਣਾ ਫਿਰ ਮੈਨੂੰ ਹਨਾ ਮੈਂ ਮਾਰ ਦੇਣਾ ਸੀ ਉਸ ਤੋਂ ਵਜਾ ਨਹੀਂ ਲੇਕਿਨ ਲੇਕਿਨ ਇਹ ਮੈਸੇਜ ਦੇਣਾ ਚਾਹਾਂਗੇ ਸਾਡੇ ਆਡੀਅੰਸ ਨੂੰ ਪਲੀਜ਼ ਜਿਹੜੇ ਅੱਛੇ ਅੱਛੇ ਵੱਡੇ ਵੱਡੇ ਫਨਕਾਰ ਨੇ ਐਟਲੀਸਟ ਥੋੜ੍ਹਾ ਜਿਹਾ ਉਦੋਂ ਆਪਣੇ ਆਪ ਨੂੰ ਪਤਾ ਸਾਨੂੰ ਸਭ ਨੂੰ ਪਤਾ ਤੁਸੀਂ ਬਹੁਤ ਅੱਛਾ ਗਾਉਂਦੇ ਹੋ ਔਰ ਉਸ ਵਕਤ ਜਿਹੜਾ ਪਰਸਨ ਗਾ ਰਿਹਾ ਨਾ ਉਹਨੂੰ ਗਾ ਲੈਣ ਦਿਓ ਜਦੋਂ ਉਹ ਖਤਮ ਕਰ ਲਵੇ ਨਾ ਆਪਣੀ ਗਾਇਕੀ ਖਤਮ ਕਰ ਲਓ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਹਨਾ ਤੇ ਲਓ ਜੀ ਹੁਣ ਮੈਨੂੰ ਤਾਂ ਲੱਗਦਾ ਆਪਾਂ 1-1.5 ਘੰਟੇ ਤੋਂ ਉੱਪਰ ਨਿਕਲ ਗਏ ਆਲਮੋਸਟ ਹਨਾ ਤੇ ਹੁਣ ਆਪਾਂ ਹੁਣ ਗੱਲ ਕਰਾਂਗੇ ਰੂਬੀ ਜੀ ਕਿ ਹੋਰ ਕੀ ਕਰਨਾ ਪਸੰਦ ਕਰਦੇ ਹੋ ਲਾਈਕ ਫਿਟਨੈਸ ਤੁਸੀਂ ਫਿੱਟ ਬੜੇ ਹੋ ਉਹ ਕਿਸ ਤਰ੍ਹਾਂ ਹੋ ਘੱਟ ਖਾਂਦੇ ਹੋ ਤੁਸੀਂ ਇੰਨਾ ਅੱਛਾ ਪਕਾਉਂਦੇ ਹੋ ਤੇ ਘੱਟ ਕਿਵੇਂ ਖਾਂਦੇ ਹੋ ਫਿਰ ਇਹਦਾ ਫਿੱਟ ਕਿੰਨਾ ਹੋ ਕਿੱਦਾਂ ਹੋ ਫਿੱਟ ਤੇ ਮੈਨੂੰ ਖੁਦ ਨਹੀਂ ਪਤਾ ਮੈਂ ਕਿਵੇਂ ਫਿੱਟ ਹਾਂ ਮੈਂ ਦੱਸਦਾ ਜੀ ਇਹ ਨੀਚੇ ਜਾਂਦੇ ਨੇ ਵਾਕ ਕਰਨ ਵਾਸਤੇ ਫਿਰ 2-2 ਘੰਟੇ ਨਹੀਂ ਮੁੜਦੇ ਓ ਵਾਓ ਅਸੀਂ ਵਾਕ ਹੀ ਕਰਦੇ ਹਾਂ ਤੇ ਜਦੋਂ ਇਹ ਵਾਕ ਕਰਦੇ ਨੇ ਤੇ ਤੁਸੀਂ ਕੀ ਕਰਦੇ ਹੋ ਇਹ ਫਿਰ ਲੋਰੀਆਂ ਨੂੰ ਫੋਨ ਕਰਦੇ ਨੇ ਦੇਖੋ ਜੀ ਕਿੰਨਾ ਵੱਡਾ ਇਹਨੇ ਨਾ ਪਿਆਰ ਕਰਦੇ ਦੇ ਚਾਹਣ ਵਾਲੇ ਅਸੀਂ ਕੱਲੇ ਨਹੀਂ ਦੁਨੀਆਂ ਹੈ ਤੇ ਇਸ ਤਰ੍ਹਾਂ ਹਿਮਾਂਸ਼ੂ ਜੀ ਨੂੰ ਪਿਆਰ ਕਰਨ ਵਾਲੀਆਂ ਬਹੁਤ ਨੇ ਤੇ ਇਹ ਖੁਸ਼ੀ ਦੀ ਗੱਲ ਆ ਮੈਨੂੰ ਤੇ ਪ੍ਰਾਊਡ ਫੀਲ ਹੋਣਾ ਚਾਹੀਦਾ ਇਸ ਗੱਲ ਤੇ ਦੇਖੋ ਕਿੰਨੀ ਅੱਛੀ ਗੱਲ ਕਰ ਰਹੇ ਹੋ ਹੁਣ ਵਾਕ 4 ਘੰਟੇ ਦੀ ਕਰ ਦੋ ਤੇ ਹੋਰ ਵਿਚਾਰਾ ਖੁਸ਼ ਹੋਊਗਾ ਸਵੇਰੇ ਸ਼ਾਮ 2 ਘੰਟੇ ਸ਼ਾਮ ਅੱਛਾ ਹੁਣ ਮੈਂ ਦੂਜੇ ਪਾਸੇ ਪੁੱਛੂਗਾ ਹਿਮਾਂਸ਼ੂ ਜੀ ਤੁਸੀਂ ਨੀ ਵਾਕ ਕਰਨ ਜਾਂਦੇ 2-2 ਘੰਟੇ ਫਿਰ ਉਹ ਵੀ ਆਪਣੀ ਫੈਨ ਮੇਲ ਦੀ ਗੱਲ ਗੱਲਾਂ ਕਰ ਲਏ ਨਹੀਂ ਮੈਂ ਵੀ ਜਾਣਾ ਸੀ ਵਾਕ ਕਰਨ ਵਾਸਤੇ ਅਲੱਗ ਅਲੱਗ ਜਾਂਦੇ ਆ ਅਲੱਗ ਅਲੱਗ ਜਾਂਦੇ ਆ ਕਿ ਟਾਈਮਿੰਗ ਸੇਮ ਨਹੀਂ ਆ ਸਾਡੇ ਦੋਨਾਂ ਦੀ ਆਣੀ ਆ ਜਾਣੀ ਅਲੱਗ ਅਲੱਗ ਨੇ ਕੋਈ ਗੱਲ ਨਹੀਂ 10-15 ਆਣੀ ਸਾਰੇ ਅਲੱਗ ਅਲੱਗ ਜਿੰਨੀ ਮਰਜ਼ੀ ਗੱਲ
ਹਿਮਾਂਸ਼ੂ ਵੀ ਹੌਲੀ ਹੌਲੀ ਰੂਬੀ ਦੇ ਨਾਲ ਰਹਿ ਰਹਿ ਕੇ ਰੂਹਦਾਰੀ ਵਾਲੀ ਗੱਲਾਂ ਸਿੱਖ ਗਿਆ ਹਿਮਾਂਸ਼ੂ ਵੀ। ਮੈਨੂੰ ਲੱਗਦਾ ਇੱਕ ਫਰਮਾਇਸ਼ ਸੀ ਜਿਹੜੀ, ਹਾਂਜੀ ਪਾਣੀ ਪਾਰਸ ਜੀ, ਜੋਰਾ ਜੋਰੀ ਉਹਨਾਂ ਦੀ ਜ਼ਰੂਰ ਥੋੜਾ ਜਿਹਾ ਸੁਣੋ। ਹਾਂ ਸਾਡਾ ਵੀ ਫੇਵਰੇਟ ਗਾਣਾ, ਔਰ ਮੇਰਾ ਵੀ ਫੇਵਰੇਟ ਹੈ, ਰਾਣੀ ਜੀ ਦਾ ਬਹੁਤ ਫੇਵਰੇਟ ਹੈ, ਔਰ ਤੁਹਾਨੂੰ ਵੀ ਬਹੁਤ ਅੱਛਾ ਲੱਗੇਗਾ ਹੁਣੀ ਜੀ। ਇਰਸ਼ਾਦ ਜੀ ਇੱਕ ਪਰਦੇ ਸੰਗ ਜਾ ਜੁੜੀਆਂ ਮੋੜ ਨਹੀਂ ਮੈਂ ਸੰਗ ਇੱਕ ਪਰਦੇਸੀ ਸੰਗ ਜਾ ਜੁੜੀਆਂ ਅੱਖੀਆਂ ਨੇ ਪੇਸ਼ ਨਾ ਜਾਣ ਦਿੱਤੀ ਪੇਸ਼ ਜਾਣ ਲੜੀਆਂ ਤੇ ਵਕਤਾਂ ਨੂੰ ਲੜੀਆਂ ਤੇ ਵਕਤਾਂ ਨੂੰ ਬੜੀਆਂ ਇਹਨਾਂ ਅੱਖੀਆਂ ਨੇ ਪੇਸ਼ ਜਾਣ ਬਹੁਤ ਅਮੇਜ਼ਿੰਗ। ਔਰ ਜਦੋਂ ਤੁਹਾਡੀ ਦੋਨਾਂ ਦੀ ਮੈਂ ਕਹਾਂਗੀ ਇੱਥੇ ਤੁਸੀਂ ਦੋ ਨਹੀਂ, ਜਿਹੜਾ ਵਾਜਾ ਵੀ ਵਿੱਚ ਰੋਲ ਪਲੇ ਅਦਾ ਕਰਦਾ ਨਾ, ਕਿਆ ਮਜ਼ਾ ਆਉਂਦਾ, ਬਹੁਤ ਮਜ਼ਾ ਆਉਂਦਾ। ਅਗਰ ਤਬਲਾ ਵੀ ਹੁੰਦਾ ਨੈਕਸਟ ਟਾਈਮ ਜਦੋਂ ਕਦੇ ਵੀ ਲੋਕਡਾਊਨ, ਜਦੋਂ ਲੋਕਡਾਊਨ ਖੁੱਲੇਗਾ ਤਾਂ ਜ਼ਰੂਰ ਅਸੀਂ ਚਾਹਵਾਂਗੇ ਕਿ ਕਦੇ ਅਸੀਂ ਤੁਹਾਨੂੰ ਲਾਈਵ, ਜਾਂ ਅਮੈਰੀਕਾ 'ਚ ਬੁਲਾਈਏ, ਜਾਂ ਅਸੀਂ ਇੰਡੀਆ 'ਚ ਜਾ ਕੇ ਤੁਹਾਨੂੰ ਲਾਈਵ ਜ਼ਰੂਰ ਦੇਖਣਾ ਰੂਬੀ ਜੀ ਐਂਡ ਹਿਮਾਂਸ਼ੂ। ਹਿਮਾਂਸ਼ੂ ਜੀ ਚਾਹ ਰਹੇ ਨੇ ਤੁਹਾਡੇ ਇੰਨੀ ਪਿਆਰੀ ਜੋੜੀ, ਇੰਨੀ ਮਤਲਬ ਸੁਰੀਲੀ ਜੋੜੀ ਤੁਹਾਡੀ, ਕਿਆ ਬਾਤ ਹੈ ਮਾਸ਼ਾਅੱਲਾ। ਹਿਮਾਂਸ਼ੂ ਜੀ ਤੁਹਾਨੂੰ ਇੱਕ ਗਾਣਾ ਡੈਡੀਕੇਟ ਕਰਨਗੇ, ਲੈ ਜਾ ਮੇਰੇ ਕੋਲ ਤੈਨੂੰ ਤੱਕਦਾ ਰਹਾਂ, ਕਿਉਂਕਿ ਕੁਲਦੀਪ ਜੀ ਘੱਟ ਬੋਲਦੇ ਨੇ ਨਾ, ਇਹਨਾਂ ਨੂੰ ਤੱਕੜ ਤੇ ਲਿਖ ਰੱਖੀ। ਜੀ ਖਾਨ ਜੀ ਬਹੁਤ ਬਹੁਤ ਸ਼ੁਕਰੀਆ, ਬਾਈ ਦ ਵੇ ਯੂ ਆਰ ਮਾਈ ਫੇਵਰੇਟ ਟੂ ਆਲਵੇਸ, ਸੋ ਥੈਂਕ ਯੂ। ਥੈਂਕ ਯੂ ਅੰਗਾਰੇ ਦੀ ਕੰਧ ਹੋਵੇ ਸੋਹਣਾ ਭਾਵੇਂ ਨਾਮ ਹੋਵੇ ਘੁਮਾਇਆ ਗਿਆ ਸੋਹਣਾ ਭਾਵੇਂ ਮਾਇਆ ਗਏ ਜਾ ਮੇਰੇ ਕੋਲ ਤੱਕਦਾ ਰਮਾ ਜਾ ਮੇਰੇ ਕੋਲ ਜਾ ਮੇਰੇ ਕੋਲ ਤੱਕਦਾ ਰਮਾ ਕੁਝ ਨਾ ਕਮਾ ਮੁਖ ਤੇ ਸਵੇਰ ਤੇਰੀ ਸੁਨ ਪਾਤ ਸ਼ਾਮ
ਸੋਹਣਿਆ ਚ ਸੋਹਣਾ ਤੇਰਾ ਸੋਹਣੀ ਗੱਲਾਂ ਸੋਹਣਿਆ ਚ ਸੋਹਣਾ ਤੇਰਾ ਸੋਹਣੇ ਤੇਰੇ ਪਿੱਛੇ ਦੁੱਖ ਸਾਰੇ ਹੱਸ ਕੇ ਸਮਾਨ ਤੇਰੇ ਪਿੱਛੇ ਦੁੱਖ ਸਾਰੇ ਹੱਸ ਕੇ ਸਮਾਨ ਤੇਰੇ ਪਿੱਛੇ ਦੁੱਖ ਸਾਰੇ ਹੱਸ ਕੇ ਸਮਾਨ ਤੱਕਦਾ ਰਹਾਂ ਕੁਝ ਨਾ ਕਮਾਏ ਬਹਿ ਜਾ ਮੇਰੀ ਕੰਪਲੀਮੈਂਟ ਤੁਹਾਨੂੰ ਜੀ ਖਾਨ ਸਾਹਿਬ ਨੇ ਲਿਖਿਆ ਹੈ ਕਿ ਹਿਮਾਂਸ਼ੂ ਭਾਜੀ ਵਰਗਾ ਵੀ ਕੋਈ ਨੀ, ਕਿਆ ਬਾਤ ਹੈ ਰੂਬੀ ਖਾਨ ਸਾਹਿਬ, ਥੈਂਕ ਯੂ ਕਮੈਂਟ ਪਾ ਰਹੇ, ਥੈਂਕ ਯੂ ਸੋ ਮਚ। ਸੋ ਅੱਜ ਤੁਸੀਂ ਪ੍ਰੂਵ ਕਰਤਾ ਜੀ, ਆਉਣ ਵਾਲੇ ਸਮੇਂ ਚ ਜਿਵੇਂ ਜੋੜੀਆਂ ਦੇ ਨਾਂ ਲੈ ਜਾਣਗੇ, ਇੱਕ ਜੋੜੀ ਤੁਹਾਡਾ ਵੀ ਨਾਂ ਜ਼ਰੂਰ ਲਿਆ ਜਾਏਗਾ ਸੰਗੀਤ ਦੀ ਜਗਤ ਚ। ਬਿਲਕੁਲ, ਬਹੁਤ ਬਹੁਤ ਹਿਮਾਂਸ਼ੂ। ਇੱਕ ਮੈਂ ਇੱਥੇ ਸੱਚਾਈ ਦੱਸਣਾ ਚਾਹਾਂਗੀ ਜੋ ਮੈਨੂੰ ਫੀਲ ਹੁੰਦਾ ਐਜ਼ ਏ ਲਿਸਨਰ, ਜਿਵੇਂ ਤੁਹਾਨੂੰ ਸੁਣਦੀ ਹੈ, ਜਦੋਂ ਮੈਂ ਤੁਹਾਡੀ ਮੈਂ ਫੈਨ ਉਦੋਂ ਬਣ ਗਈ ਸੀ ਜਦੋਂ ਮੈਂ ਤੁਹਾਨੂੰ ਸਾਰੇ ਗਾਵਾਂ ਪਾ ਚ ਸੁਣਿਆ ਸੀ, ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ ਨਾਲ ਜਾਂ ਤੁਹਾਡਾ ਰਿਆਜ਼ ਹੈ ਜਾਂ ਰੂਬੀ ਦੇ ਨਾਲ ਰਹਿਣ ਨਾਲ ਰੂਹ ਆ ਰਹੀ ਹੈ, ਤੁਹਾਡੇ 'ਚ ਮੈਂ ਇੰਪਰੂਵਮੈਂਟ, ਹਿਊਜ ਇੰਪਰੂਵਮੈਂਟ ਦੇਖੀ ਹੈ, ਹਿਊਜ, ਹੈਨਾ। ਮਤਲਬ ਇੰਨੀਆਂ ਬਰੀਕੀਆਂ ਤੁਹਾਡੇ 'ਚ ਆ ਗਈਆਂ, ਮੈਂ ਸੋਚਿਆ ਨਹੀਂ ਸੀ ਕਿ ਇਹ ਮੁੰਡਾ ਇੰਨੀ ਬਰੀਕੀ ਗਾਜੇਗਾ, ਔਰ ਹੈਟਸ ਆਫ ਟੂ ਯੂ, ਹੈਟਸ ਆਫ ਟੂ ਯੂ। ਬੜੀ ਬਿਲਕੁਲ ਅੱਛੀ ਗੱਲ ਕੀਤੀ ਹੈ, ਬਿਲਕੁਲ ਸਹੀ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੂਬੀ ਦੇ ਲਾਈਫ 'ਚ ਆਉਣ ਤੋਂ ਬਾਅਦ ਮੈਨੂੰ, ਮਤਲਬ ਕੀ ਕਹਿ ਸਕਦੇ ਕਿ ਇਹਨੇ ਮੈਨੂੰ ਬੜੀਆਂ ਸਾਰੀਆਂ ਚੀਜ਼ਾਂ ਦੱਸੀਆਂ, ਹਨੀ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਇਹ ਵੀ ਕੰਪਲੀਸ਼ਨ ਸੁਣ ਕੇ ਦੇਖੋ। ਟਾਪ ਆਫ ਦੈਟ ਜਿਹੜੀ ਤੁਹਾਡੀ ਕੰਟਰੋਲ ਹੈ ਵੌਇਸ ਤੇ, ਕਿੱਥੇ ਥਰੋ ਕਰਨੀ ਹੈ, ਕਿੱਥੇ ਕੰਟਰੋਲ ਕਰਨੀ ਹੈ, ਕਮੈਂਡੇਬਲ ਜਾਬ, ਕਮੈਂਡੇਬਲ ਜਾਬ। ਇਹ ਝੂਠੀ ਤਾਰੀਫ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਸੁਣਿਆ ਔਰ ਹੁਣ ਸੁਣਿਆ ਤੇ ਬੜਾ ਬੜਾ, ਮਤਲਬ ਇੰਨਾ ਇੰਪਰੂਵਮੈਂਟ, ਇਹਦੇ 'ਚ ਇਨਸਾਨ ਦੀ ਮਿਹਨਤ ਹੁੰਦੀ ਹੈ ਤਾਂ ਇੰਪਰੂਵਮੈਂਟ ਹੁੰਦੀ ਹੈ। ਸੋ ਇਹਦਾ ਕ੍ਰੈਡਿਟ, ਇਹ ਰੋਜ਼ ਦੀ ਗੱਲ ਹੈ ਨਾ, ਰੋਜ਼ ਰੋਜ਼ ਕਰਨ ਵਾਲੀ ਚੀਜ਼ ਹੈ, ਹੌਲੀ ਹੌਲੀ ਹੋ ਸਕਦਾ ਹੈ। ਮੈਂ ਕੋਸ਼ਿਸ਼ ਕਰ ਰਿਹਾ ਕਿ ਹੋਰ ਅੱਛਾ ਕਰਨ ਦੀ ਕੋਸ਼ਿਸ਼ ਕਰਾਂ, ਜੋ ਜੋ ਵੀ ਤੁਹਾਨੂੰ ਅੱਛਾ ਲੱਗਿਆ ਉਹਦੇ ਵਾਸਤੇ ਬਹੁਤ ਹੀ ਮਿਹਰਬਾਨੀ। ਉਹਦੇ 'ਚ ਕਾਫੀ ਕਾਫੀ ਨਹੀਂ, ਬਹੁਤ ਸਾਰਾ ਰੋਲ ਰੂਬੀ ਦਾ ਹੈ। ਇਹ ਦਿਨ ਨਜ਼ਰ ਆ ਰਿਹਾ, ਇਹ ਨਜ਼ਰ ਆ ਰਿਹਾ, ਬਹੁਤ ਸਾਰਾ ਰੋਲ ਇਹਦਾ। ਤੇ ਥੈਂਕ ਯੂ ਸੋ ਮਚ, ਤੁਸੀਂ ਮੇਰੀ ਬੜੀ ਵੱਡੀ ਜਿਹੜੀ ਤੁਸੀਂ ਗੱਲ ਵਿੱਚੋਂ ਲੈਂਦੀ ਹੈ। ਇਸੇ ਖੁਸ਼ੀ ਵਿੱਚ ਮੈਂ ਦੋ ਲਾਈਨਸ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਬੜਾ ਪਲੀਜ਼ ਰੂਬੀ ਹਾਲ ਹੈ ਤੈਨੂੰ ਛੱਡੀ ਦੇ ਮੈਂ ਦਿਲ ਪਿਆ ਤੜੇ ਕੇ ਗੂੜੀ ਅੱਖ ਕਜਲੀ ਦੇ ਤਾਰਾ ਜਦ ਤੈਨੂੰ ਮੈਂ ਕੀਤਾ ਤੈਨੂੰ ਮਾਫ਼
प्यार तेरे बिच जीना मरना मेरा दिल मेरा क्यों कहना है मैं तेन माफ सुने पिछे क्यों कहना है जद तई मैं तेन माफ सुने रूबी तुहाडे कोल ना साडी कहिंदे दुख दी रग तुहाडे हाथ दे विच है इट्टे फेवरेट्स ਤੁਸੀਂ ਜਿੰਨੇ ਵੀ ਗਾ ਰਹੇ ਹੋ ਹਾਲੇ ਤੱਕ ਵਨ ਆਫ ਮਾਈ ਪਰਸਨਲ ਫੇਵਰੇਟ ਔਰ ਮੈਂ ਜਦੋਂ ਦੇਖ ਰਹੀ ਹਾਂ ਮੇਰੀ ਫੈਮਿਲੀ ਵੀ ਤੁਹਾਨੂੰ ਵਾਚ ਕਰ ਰਹੀ ਹੈ ਸਾਰੇ ਅਸੀਂ ਮਿਊਜ਼ਿਕ ਲਵਰ ਹਾਂ ਮਿਊਜ਼ਿਕ ਦੇ ਨਾਲ ਜੁੜੇ ਹੋਏ ਹਾਂ ਔਰ ਮਿਊਜ਼ਿਕ ਨੂੰ ਅੱਛੀ ਤਰ੍ਹਾਂ ਪਹਿਚਾਣਦੇ ਹਾਂ ਸਾਰੀ ਸਾਰਾ ਪੂਰਾ ਖਾਨਦਾਨ ਬਹੁਤ ਛੋਟੇ ਤੋਂ ਛੋਟਾ ਬੱਚਾ ਕਿਉਂ ਨਾ ਹੋਵੇ ਔਰ ਸਾਰੇ ਹੀ ਉਸ ਚੀਜ਼ ਨੂੰ ਪਸੰਦ ਕਰ ਰਹੇ ਨੇ ਥੈਂਕ ਯੂ ਗਾਇਸ ਔਰ ਰਾਣੀ ਪਾਰਸ ਜੀ ਦੀ ਇੱਕ ਹੋਰ ਫਰਮਾਇਸ਼ ਹੈ ਸੱਜਣਾ ਰਾਹ ਤੇਰਾ ਤੱਕ ਤੱਕ ਕਿਹੜਾ ਸੀ ਮੇਰੇ ਖਿਆਲ ਗੁਲਾਮ ਨੀ ਖਾਨ ਸਾਹਿਬ ਸੱਜਣਾ ਰਾਹ ਤੇਰਾ ਤੱਕ ਤੱਕ ਜਾਨੀ ਆ ਦਿਲ ਦੇ ਮੈਂ ਬੂਹੇ ਖੋਲੇ सजना राह तेरा चल एक लाइन सुना दे पांच बारी उन्हें लिख के पाया ठीक है जी दो बारी तो मेरा बंदा ही है ना मैं सुना बहुत वधिया गया बारियां खोलतियां बूहे खोलते कोविड चला जावे ते आपां भी करो बाहर निकलन जोगे हो जाइए ऑलमोस्ट ऑलमोस्ट दो घंटे होने वाले हैं लेकिन जांदे जांदे मैं जरूर चाहवांगी कि तुहाडे दोनों दा इस तरह का है कि इतना तो साड़ी फरमाइशा सुना रहे हो जिहड़ी कि तुहाडी सॉरी तुहाडी भी फरमाइशा ने तुहाडी भी पसंद उही ने जो साड़ी पसंद है लेकिन इस तरह का कुछ है तुहाडी दोहां दी डुओ कोई ऐसी कंपटीशन जिहड़ी तुहानूं लगदी हो कि जी साड़ी बेस्ट है मैनूं लग रहा है तेरे प्यार
तेरे हिजर छ मेरे नीर बहाए रब जाने दिल खुशियाँ क्या बात है वया जदूंगा मैं वक्त मेरी सुंद नायक गोरिये तेन प्यार करूं तेन रंग मैं तेन याद करूं छेती बने छेती बोल बने मेरा लड़के का लुके कहते मैनू चले क्या बात क्या बात है क्या बात ए तुसी लोगों ने दोनों ने ओरिजिनल तो भी अच्छा गाया है लेडी वर्जन दे भी और मेल वर्जन दे भी क्या बात हालांकि बहुत ही तो ते साडे रब है रब रसूल सारा वाला लेकिन जिच्चे तुसी अपना रंग पाया ना जेड़ा इहदे च क्या बात तुहानु दोनों मियां बीबी दा और विच वाजे दा भी क्या बात है मानशो जी वाजे लई तुहानु तालियां और रूबी जी तुहाडे च जेड़ी एक्सप्रेशन है ना जेड़ा ओ तुसी जेड़ा सांह खिच के छड़दे हो एक्सप्रेशन क्या बात ਤੁਸੀਂ ਦੋਵਾਂ ਨੇ ਵਧੀਆ ਸੁਰ ਲਾਇਆ ਇਹ ਤੇ ਗੱਲ ਪੱਕੀ ਇਹ ਗੱਲ ਪੱਕੀ ਹੈ ਰਾਣੀ
इंटरनेट दे भरोसे बैठे हैं दोनों जाने और सरिता राय जी आप बहुत सारे हार्ट भेज रही हैं आई होप मेरे लिए हैं नहीं या हिमांशु ली होने या कुलदीप ली होने लिखिया करो बार 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 सरिता जी कंफ्यूजन कर रही है हाँ सरिता जी आप कंफ्यूज कर रही हैं बहुत अच्छा गाना चलो अच्छी गल है योगेश जी तुसी बड़े अच्छे अच्छे मैसेज लिखे ने बड़ी बड़ी थैंक यू शुक्रिया मेहरबानी किसी का अगर मैसेज मैं ना भी पढ़ पावा क्योंकि लाइव हाँ तो मैं नहीं चाहती साडे आर्टिस्ट नूं असीं इदां चढ़ दईए कोशिश मेरी रणजीत सिंह जी अगैन तुसी थैंक यू पिंकी पारस थैंक यू जी खान जी थैंक यू और ते तुसी कोई छोट बच्चा नूं सिखा भी रहे हो कोई जिवें तुसी दस्सिया कि क्लासां वगैरह दिंदे हो क्लासां वगैरह दिंदे हो कुछ सारे ने म्यूजिक सिखा रहे ने दस्सो थोड़ा अपने स्कूल बारे की कर कितने सिखा रहे हो जी असि कोशिश करते हैं कि चलो सिखाना दे की कह सकते हैं पर है कि थोड़ा गाइड कर देने हैं अच्छा म्यूजिक मतलब चंगा ताकि चंगा म्यूजिक आगे और प्रमोट करें मतलब स्प्रेड हो सके इंपॉर्टेंट है जी तो उसे कुछ क्लास क्लास खोली हुई है स्कूल खोला है या कि मैं कर हां जी बहुत सी क्लासेस इतनी कर रहे हैं जैसे रहने हैं ऐसे के इस तरह की कुछ मैं चाहूंगा रिक्वेस्ट करूंगा चंडीगढ़ के आले दौले पर जो भी ड्राइव करके हिमांशु जी को कांटेक्ट कर सकते हैं जो गुरु अच्छा होंगे ना तो थोड़ा बहुत सुर कि ना कि आ ही जाता है सो जो गाना सीखना है असल गाना सीखना है तो अस रिकमेंड करा कि हिमांशु जी का स्कूल ज्वाइन कर हिमांशु जी तो सीख जाए रूबी जी तो जरूर सीख और मैं जरूर चाहवागी कि जो मैं इंडिया आई मैं अपने बच्चे क्योंकि वैसे इंग्लिश गाँव इंग्लिश क्लासिकल गाँवे मेरा बेटा तो उन्होंने मैं जरूर अगर मैं इंडिया आई तो मैं चाहवागी कि हिमांशु के और रूबी के हवाले करा कि लैनो इन ए थोड़े सुर भर दे पता नहीं चलिया कि 2 घंटे किदां गुजर गए जिस तरह मैं कहा कि मैं इन्हों दिन रात सुन सकती हूँ इन्ने सुरीले फनकार हो क्या बात और अमेजिंग गल पता की है इन्हों की मम्मी बड़ी सुरीली है दोनों के पिछोकड़ देखिए तो दोनों के खानदान के म्यूजिक पिछों आता आ रहा जिमें इन्हों हिमांशु के फादर साहब दादा साहब तो रूबी जी के भी पिछों मम्मी बहुत अच्छा गाते हैं और इन्हों की बेटी तानिया वह भी बहुत अच्छा गाते हैं असं बहुत जल्द एक किड्स किड्स नहीं कहना चाहिए पर बच्चों का भी सैगमेंट शुरू कर रहे हैं ताकि उन्होंने सारे बच्चों को मौका दिता जाए असं अडल्ट नहीं पाना चाह रहे बच्चों फिर कई बार लेकिन असं चाहवे कि जिमें अज इन्हें अनाउंस कर ही दिता है कि जो अच्छे सुरीले बच्चे गा रहे हैं और उन्होंने पेरेंट्स भी गा रहे हैं या मदर गा रही हैं डैड गा रहे हैं या वो उन्होंने बैठ सकते हैं जो मर्जी अप्रोच करो संगीत कभी खत्म नहीं होना जी तो पार्ट 1 पार्ट 2 पार्ट 3 बनी जाना एक कभी नहीं खत्म रूबी तुसी साड़ी मैं कहंगी भैन दोस्त मित्र सब और जो भी तुसी अमेरिका आए साडा घर तुहाडे लई हाजिर है साडा स्टूडियो तुहाडे लई हाजिर है कोई नवी कैसेट नवी सीडी कुछ भी नवा कुछ बनांदे हो तो जरूर शेयर करियो क्योंकि साडे कोल जिहड़ा रेडियो चैनल है 24/7 चलदा है इवन हिमांशु जी जो अपना स्कूल म्यूजिक का कारण है ओदी एक छोटी जी ऐड बना के पाना सी वेबसाइट ते पा रहे के हिमांशु जी ली कांटेक्ट करा माय 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 टीवी दा मतलब है कि मेरा टीवी ए तोदा अपना टीवी है जी
ਇਹ ਸਾਡੀ ਭੈਣ ਹੈ, ਤੂੰ ਸਾਡਾ ਭਰਾ ਹੈ ਮਿੱਤਰਾ, ਜੀਜਾ ਲੱਗਿਆ ਹੁਣ, ਜੀਜਾ ਨਹੀਂ ਭਰਾ ਹੀ ਕਹਿੰਦਾ ਹੁੰਦਾ ਮੈਂ, ਯੂ ਨੋ। ਸੋ ਭੈਣ ਭਰਾ ਹੋ ਤੁਸੀਂ ਮੇਰੇ, ਛੋਟੇ ਜਾਂ ਵੱਡੇ ਆ ਰਹੇ ਨੂੰ ਛੋਟੇ ਹੀ। So, anyways, लेकिन ये है कि माई टीवी का मतलब कि जो फनकार जो सानू रूहदारी म्यूजिक देंगे या मिट्टी सानू जोड़ के रखते हैं, साड़ी धरोहर साड़े नाल संभाल के रखी है, उन्होंने वास्ते ये अवेलेबल है। और तुसी कुछ भी नवा करते हो साड़े नाल शेयर करो, देर इज नो कॉस्ट नो चार्ज, उन्होंने वास्ते कोई चार्ज नहीं है, साड़े वास्ते साड़े लिए एक ऑनर की गल होएगी कि तुहानू असीं रिप्रजेंट कर सकीए, तुहाडे लिए असीं कुछ कर सकीए, इह साड़ी तरफों एक छोटा जिहा। मानसिक संतुलन भी ठीक रहे, मेंटली भी ठीक रहे, बस यही। और दुआ करन, और दुआ करन कि दोबारा माहौल उस तरह लगन, मौसीकी दा फिर उसी तरह सारे लोग एक दूसरे नूं मिलन, एक दूसरे दे घर जा सकन, बैठ सकन, बस यही परमात्मा अगे साडी दुआ है। ते गाने दी महफिल आ शो शो ते पूरे शो च पिछे किसी डॉगी दी आवाज आ रही सी, ओ मल्ले दा डॉग है या अपना डॉग? ओदी मल्ले दा डॉग है, तानू गाने वाले ते रख ही नहीं ना सकदे डॉग, उनां थोड़ा मुश्किल होया। मैं कहना 2 घंटे हो गए उनू बेचारा नु जाके दुध और बिस्कुट उनू भी कोई दे के आवे, ओ भाई टीवी च पूरा पूरा शामिल सीगा, पूरा पिछो पूरा उनदी आवाज आ रही सीगी, बैकग्राउंड करदे रहे कोरस हमेशा पूरा कोरस। अच्छा फिर सुरीला कुत्ता हमेशा साडे नाल लाइव च आंदा ही आंदा। अच्छा चलो क्या बात है, पर चलो एनीवेज तुहानू पता ना कुत्ते कोल सिक्स सेंस हुंदी है, मतलब ओह पहचान जांदा है कि इह बंदा रूहदारी वाला है कि इह यू नो हानू एलो ते उहनां नूं कुत्तिआं नूं ना सेंस हुंदी है इंसान दी। सो मैनूं लगदा है ओह तुहाडे नाल अपनी साझेदारी पेश करदा है। ਤੇ ਮੈਂ ਹੁਣ ਇਹ ਕਹਾਂਗੀ ਕਿ ਜਾਂਦੇ ਜਾਂਦੇ ਜੀ ਅਸੀਂ ਡੈਫੀਨੇਟਲੀ ਦੁਬਾਰਾ ਅਸੀਂ ਰੂਬੀ ਜੀ ਨੂੰ ਇੱਦਾਂ ਨਹੀਂ ਛੱਡਾਂਗੇ, ਅਸੀਂ ਹਮੇਸ਼ਾ ਇਹਨਾਂ ਨੂੰ ਜਦੋਂ ਵੀ ਸਾਡਾ ਦਿਲ ਕਰੇਗਾ ਅਸੀਂ ਇਹਨਾਂ ਨੂੰ ਕਹਾਂਗੇ ਕਿ ਸਾਡੇ ਨਾਲ ਜੁੜ ਕੇ ਰਹਿਣ, ਔਰ ਇਹਨਾਂ ਦੀ ਬੇਟੀ ਨੂੰ ਅਸੀਂ ਵਾਪਸ ਲੈ ਕੇ ਆਉਣਾ, ਔਰ ਮੈਂ ਰਿਕੁਐਸਟ ਕਰਾਂਗੀ ਤੁਹਾਡੀ ਮਾਤਾ ਜੀ ਵੀ ਸਾਡੇ ਨਾਲ ਸ਼ਾਮਿਲ ਹੋਣ ਕਿਸੇ ਟਾਈਮ। ਜਦੋਂ ਵੀ ਇੱਥੇ ਆਏ ਤੇ ਤੁਹਾਨੂੰ ਇਨਫੋਰਮ ਕਰਾਂਗੇ ਤੇ ਤੁਸੀਂ ਇਸ ਸੈਸ਼ਨ ਨਾਲ। ਤੇ ਕੁਝ ਹੋਰ ਕੋਈ ਕੁਝ ਨਹੀਂ, ਬਸ ਸੁਣ ਜਾਂਦੇ ਜਾਂਦੇ ਤੁਸੀਂ ਕੁਝ ਅਗਰ ਦੋ ਲਾਈਨਾਂ ਅਗਰ ਕੁਝ ਹੋਰ ਗਾਣੀਆਂ ਚਾਹੋ ਜੇ ਕੋਈ ਦਿਮਾਗ ਚ ਚੇਤੇ ਹੈਗੀ ਕੋਈ ਚੀਜ਼। ਵੈਸੇ ਫਿਰ ਮੈਂ ਇਦਾਂ ਕਹਾਂਗੀ ਫਿਰ ਤੁਸੀਂ ਉਹ ਗੱਲ ਤੁਹਾਨੂੰ ਮੰਨਣੀ ਪੈਣੀ ਹੈ, ਫਿਰ ਮੈਂ ਤੁਹਾਡੇ ਲਈ ਕੁਝ ਲਾਈਨਸ ਕਹਿਣ ਜਾ ਰਹੀ ਹਾਂ। ਜਾਣਾ ਸੀ ਤੇ ਆਉਣਾ ਨਹੀਂ ਸੀ, ਕਿਆ ਬਾਤ, ਜਾਣਾ ਸੀ ਤੇ ਆਉਣਾ ਕਿਆ ਬਾਤ, ਸਾਡਾ ਦਿਲ ਲੈ ਜਾਵੇ, ਸਾਡਾ ਦਿਲ ਹਰ ਗੱਲ ਫੁੱਲਾਂ ਦੇ ਕਰੇ ਮੇਰੇ ਕੋਲ ਮੇਰੇ ਕੋਲ ਰਹਿ ਜਾਵੇ, ਸਾਡਾ ਦਿਲ ਰਹਿ ਜਾਵੇ, ਸਾਡਾ ਦਿਲ ਰਹਿ ਜਾਵੇ। ਕੀ ਬਾਤ ਹੈ, ਤੁਸੀਂ ਗਾਈ ਜਾਵੋ ਗਾਈ ਜਾਵੋ।
ਮੈਨੂੰ ਪਤਾ ਹੁਣ ਇੰਨੇ ਘੰਟੇ ਬੈਠ ਕੇ 2 ਘੰਟੇ ਤੁਸੀਂ ਵੀ ਬੈਠੇ ਹੋ ਥੱਕ ਗਏ ਹੋਗੇ ਲੇਕਿਨ ਮੈਂ ਇਹ ਚਾਹਾਂਗੀ ਰਾਣੀ ਪਾਰਸ ਤੁਸੀਂ ਕੀ ਕਹਿ ਰਹੇ ਹੋ ਪੱਕੀ ਕਰ ਲੈ ਤੂੰ ਮੇਰੇ ਨਾਲ ਯਾਰੀ ਰਾਣੀ ਤਾਂ ਜਾਣ ਨਹੀਂ ਦੇਣਾ ਰੂਬੀ ਨੂੰ ਲੇਕਿਨ ਬਾਅਦ ਚ ਪੱਕੇ ਹੋ ਜਾਣਗੇ ਆਪਾਂ ਲੇਕਿਨ ਬਹੁਤ ਬਹੁਤ ਅਨੁਰਾਗ ਗੁਲਕੁੰਡੇ ਗੁਲਕੁੰਡੇ ਆਈ ਹੋਪ ਕਿ ਮੈਂ ਆਪਕਾ ਸਹੀ ਨਾਮ ਪ੍ਰੋਨਾਉਂਸ ਕਰ ਰਹੀ ਹਾਂ ਅਗਰ ਨਹੀਂ ਤਾਂ ਸੌਰੀ ਤੋ ਪੜ ਲਓ ਜੀ ਕੁਲਦੀਪ ਗਿੱਲ ਜੀ ਜਿਹੜਾ ਪੜੋ ਜੀਆ ਜਲੇ ਜਾਂ ਜਲੇ ਬਹੁਤ ਅਰੇ ਬਾਪ ਰੇ ਬਾਲੀਵੁੱਡ ਗਾਣੇ ਗਾਏ ਨੇ ਦੋਨਾਂ ਨੇ ਜੀ ਹਿਮਾਂਸ਼ੂ ਜੀ ਸੁਣਾਓ ਅਨੁਰਾਗ ਜੀ ਆਪਕੇ ਲਈ ਗੁਲਕੁੰਡੇ ਸਾਹਿਬ ਦੇਖਤੇ ਹੈ ਤਨ ਮੇਰਾ ਮਨ ਮੇ ਚੁਭਤੀ ਹੈ ਨਜ਼ਰ ਕੋਈ ਚਿਰ ਜਾਂਦੇ ਫੋਟੋ ਸੇ ਮਗਰ ਗਿਣਤੀ ਰਹਿਤੀ ਹੂੰ ਮੈਂ ਆਪਣੀ ਕਰਵਟੋ ਕੇ ਸਿਲਸਿਲੇ ਕੈਸੇ ਕਰੂੰ ਕੈਸੇ ਕਰੂੰ ਰਾਤ ਕਬ ਕੈਸੇ ਢਲੇ ਜੀਆ ਜਲੇ ਜਾ ਜਲੇ ਨੈਨੋ ਤਲੇ ਹਵਾ ਚਲੇ ਧੂੰ ਚਲੇ ਰਾਤ ਭਰ ਧੂੰ ਚਲੇ ਜਾਨੂ ਨਾ ਜਾਨੂ ਨਾ ਜਾਨੂ ਨਾ ਸਕੀ ਜੀਆ ਜਲੇ ਜਾ ਜਲੇ ਨੈਨੋ ਤਲੇ ਧੂੰ ਚਲੇ ਧੂੰ ਚਲੇ ਰਾਤ ਭਰ ਧੂੰ ਚਲੇ ਜਾਨੂ ਨਾ ਜਾਨੂ ਨਾ ਜਾਨੂ ਨਾ ਸਕੀ ਜੀਆ ਜਲੇ ਜਾ ਜਲੇ ਬੜੇ ਸਾਰੇ ਪ੍ਰਮੋਟਰ ਨੇ ਹਰ ਸਾਲ ਇੱਥੇ ਇਹ ਸੀਜ਼ਨ ਐਸਾ ਹੈ ਕਿ ਸਾਡਾ ਮੇਲੇ ਲੱਗਿਆ ਕਰਦੇ ਸੀ ਕਾਨਸਰਟਸ ਹੁੰਦੀਆਂ ਸੀ ਤੇ ਮੈਂ ਚਾਹਾਂਗੀ ਵਾਹਿਗੁਰੂ ਮੇਹਰ ਕਰੇ ਇਹ ਕਰੋਨਾ ਇਹਨੂੰ ਖਤਮ ਕਰੇ ਕਰੋਨਾ ਨੂੰ ਤਾਂ ਕਿ ਅਸੀਂ ਵਾਪਸ ਇਸ ਆਰਟਿਸਟਾਂ ਨੂੰ ਸੁਣ ਸਕੀਏ ਲਾਈਵ ਕਿਉਂਕਿ ਲਾਈਵ ਸੁਣਨ ਦਾ ਮਜ਼ਾ ਹੀ ਕੁਛ ਅਲੱਗ ਹੈ ਇੱਕ ਬਹੁਤ ਮਜ਼ਾ ਆਉਂਦਾ ਜਦੋਂ ਸਾਹਮਣੇ ਅਸੀਂ ਰੂਬਰੂ ਹੁੰਦੇ ਇੱਕ ਦੂਜੇ ਨਾਲ ਤੇ ਕੋਸ਼ਿਸ਼ ਇਹ ਹੈ ਕਿ ਜਦੋਂ ਕਰੋਨਾ ਖੁੱਲ੍ਹੇ ਤੇ ਇਹੋ ਜਿਹੇ ਆਰਟਿਸਟਾਂ ਨੂੰ ਮੌਕਾ ਦਿਓ ਜਿਹੜੇ ਕਿ ਬਹੁਤ ਸੁਰੀਲੇ ਨੇ ਔਰ ਇਸ ਤਰ੍ਹਾਂ ਦੀ ਜੋੜੀ ਰੱਬ ਆਪ ਬਣਾਉਂਦਾ ਤੇ ਮੈਂ ਚਾਹਾਂਗੀ ਇਹ ਜੋੜੀ ਬਹੁਤ ਜਲਦ ਅਮੈਰੀਕਾ 'ਚ ਆਵੇ ਤੇ ਪੂਰੀ ਦੁਨੀਆ 'ਤੇ ਛਾ ਜਾਵੇ ਸਾਡੇ ਵੱਲੋਂ ਦੁਆ ਹੈਗੀ ਹੈ ਔਰ ਜਾਂਦੇ ਜਾਂਦੇ ਹੁਣ ਅਸੀਂ ਇਹੀ ਕਹਾਂਗੇ ਕਿ ਇੱਦਾਂ ਹੀ ਸਾਨੂੰ ਤੁਸੀਂ ਗਾਉਂਦੇ ਰਹੋ ਅਸੀਂ ਸੁਣਦੇ ਰਹੀਏ ਔਰ ਤੁਸੀਂ ਆਪਣੀ ਮਹਿਕ ਦੇ ਨਾਲ ਸਾਨੂੰ ਸਾਰੀ ਦੁਨੀਆ ਨੂੰ ਮਹਿਕਾਉਂਦੇ ਰਹੋ ਤੁਸੀਂ ਦੋਨੋਂ ਜਾਣੇ ਥੈਂਕ ਯੂ ਸੋ ਮਚ ਬਹੁਤ ਬਹੁਤ ਬੇਹੱਦ ਸ਼ੁਕਰੀਆ ਤੁਹਾਡਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਛੇ 뮤직 ਨੂੰ ਪ੍ਰਮੋਟ ਕਰ ਰਹੇ ਹੋ ਅੱਛੇ ਗਾਣੇ ਨੂੰ ਅੱਗੇ ਲੈ ਕੇ ਆ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਔਰ ਤੁਸੀਂ 뮤직 ਨੂੰ ਪਿਆਰ ਕਰਨ ਵਾਲੇ ਹੋ ਇਸ ਤਰ੍ਹਾਂ ਹੀ ਹੈ ਸਜਦਿਆਂ ਦੇ ਮਹਿਫਲਾਂ ਹੋਵੇ ਇੰਟਰਨੈਟ ਤੇ ਸਹੀ ਆ ਜੀ ਇਹ ਦੁਆ ਕਰਦੇ ਹਾਂ ਕਿ ਜਲਦ ਰੂਬਰੂ ਹੋਈ ਥੈਂਕ ਯੂ ਜੀ ਸੋ ਮੋਨਿੰਗ ਗਿੱਲ ਵੱਲੋਂ ਕੁਲਦੀਪ ਵੱਲੋਂ ਸਤਿ ਸ਼੍ਰੀ ਅਕਾਲ ਰੱਬ ਰੱਖਾ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਸਾਰੀ ਆਡੀਅੰਸ ਨੂੰ ਜਿੰਨੇ ਆਵਾਜ਼ ਨੇ ਸਾਨੂੰ ਸੁਣਿਆ ਮੈਂ ਸਭ ਦੇ ਬਹੁਤ ਸ਼ੁਕਰਗੁਜ਼ਾਰ ਥੈਂਕ ਯੂ ਸੋ ਥੈਂਕ ਯੂ ਲਵ ਯੂ ਬੋਥ ਥੈਂਕ ਯੂ ਲਵ ਯੂ ਸੋ ਲੋ ਜੀ ਇਹ ਸੀਗੇ ਸਾਡੇ ਬੜੇ ਪਿਆਰੇ ਰੂਬੀ ਜੀ ਔਰ ਹਿਮਾਂਸ਼ੂ ਔਰ ਮੈਨੂੰ ਤਾਂ ਇੱਦਾਂ ਹੀ ਜਾਪਦਾ ਕਿ ਮੈਂ ਇਹਨਾਂ ਨੂੰ ਸਦੀਆਂ ਤੋਂ ਜਾਣਦੀ ਹਾਂ ਪਤਾ ਨਹੀਂ ਇੱਕ ਐਸਾ ਕਨੈਕਸ਼ਨ ਬਣਿਆ ਕਿ ਇੱਦਾਂ ਲੱਗਦਾ ਕਿ ਰੂਬੀ ਨਾ ਬਿਲਕੁਲ ਸਾਡੇ ਖਾਨਦਾਨ ਦਾ ਹਿੱਸਾ ਕਈ ਵਾਰੀ ਲੋਕੀ ਸੋਚਦੇ ਹੋਣਗੇ ਕਿ ਸਾਡਾ ਪ੍ਰੋਗਰਾਮ ਜਿਹੜਾ ਇੰਟਰਨੈਟ ਦਾ ਪ੍ਰੋਗਰਾਮ ਹੈ 1 hour 1-2 ਘੰਟੇ 3 ਘੰਟੇ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਫਨਕਾਰ ਹੋਣ ਤੇ ਉਹਨਾਂ ਵਾਸਤੇ ਘੰਟੇ ਨੂੰ ਛਾਵਰ ਨੇ ਯਾਰ ਇਸ ਤਰ੍ਹਾਂ ਦਾ ਗਾਇਕੀ ਹੋਵੇ ਇਸ ਤਰ੍ਹਾਂ ਦੀ ਤਿਆਰੀ ਹੋਵੇ ਇਸ ਤਰ੍ਹਾਂ ਦੀ ਰੂਹਦਾਰੀ ਹੋਵੇ ਇਹੋ ਜਿਹੇ ਆਰਟਿਸਟ ਮਿਲਦੇ ਨਹੀਂ ਦੁਬਾਰਾ ਔਰ ਅਸੀਂ ਚਾਹੁੰਦੇ ਕਿ ਇੱਕ ਹਿਸਟਰੀ ਬਣ ਜਾਏ ਇੱਕ ਐਸਾ ਪੈਟਰਨ ਬਣ ਜਾਏ ਕਿ ਉਹ ਵੀ ਸਾਰੀ ਜ਼ਿੰਦਗੀ ਯਾਦ ਰੱਖਣ ਅਸੀਂ ਵੀ ਸਾਰੀ ਜ਼ਿੰਦਗੀ ਯਾਦ ਰੱਖੀਏ ਔਰ ਜਿੰਨੇ ਲੋਕਲ ਨੇ ਉਹ ਆਰਟਿਸਟਾਂ ਦੇ ਆਲੇ ਦੁਆਲੇ ਉਹਨਾਂ ਨੂੰ ਅਪਰੋਚ ਕਰੋ ਪ੍ਰੋਗਰਾਮ ਕਰੋ ਔਰ ਫੀਡਬੈਕ ਦਿਓ ਤੁਸੀਂ ਤੁਹਾਨੂੰ ਕੀ ਅੱਛਾ ਲੱਗਿਆ ਤੁਸੀਂ ਅੱਗੇ ਰੂਬੀ ਤੋਂ ਔਰ ਹਿਮਾਚਲ ਤੋਂ ਕੀ ਸੁਣਨਾ ਪਸੰਦ ਕਰੋਗੇ ਜਿਵੇਂ ਅੱਜ ਅਸੀਂ ਤੁਹਾਨੂੰ ਕਿਹਾ ਸ਼ੋਅ ਤੇ ਕਿ ਤੁਹਾਡੇ ਬੱਚੇ 'ਚ ਅਗਰ ਟੈਲੈਂਟ ਹੈ ਤੁਹਾਡੇ 'ਚ ਟੈਲੈਂਟ ਹੈ ਪੇਰੈਂਟਸ 'ਚ ਟੈਲੈਂਟ ਹੈ ਜਾਂ ਚਾਚੇ ਜਾਂ ਦਾਦੀ ਜਾਂ ਭੂਆ ਜਾਂ ਨਾਲ ਵਾਰੀ ਸਭ ਦੀ ਆਏਗੀ ਲੇਕਿਨ ਪਹਿਲਾਂ ਉਹਨਾਂ ਦੀ ਜਿਨ੍ਹਾਂ ਨੇ ਸਾਡੀ ਧਰੋਹਰ ਸੰਭਾਲ ਕੇ ਰੱਖਿਆ ਖਾਨਦਾਨੀ ਜਿਹੜੇ ਸਿੰਗਰ ਨੇ ਪਹਿਲਾਂ ਉਹਨਾਂ ਦੀ ਵਾਰੀ ਆਏਗੀ ਡਿਸਹਾਰਟਨ ਨਾ ਹੋ ਜਿਹੜੇ ਨਵੇਂ ਸਿੰਗਰ ਨੇ ਉਹਨਾਂ ਦੀ ਵੀ ਵਾਰੀ ਆਏਗੀ ਲੇਕਿਨ ਪਹਿਲਾਂ ਮੇਰੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਜਿੱਥੋਂ ਦੀ ਮਿਊਜ਼ਿਕ ਵਸਦਾ ਆ ਰਿਹਾ ਫੀਲ ਜਿਹੜੀ ਮਰਜ਼ੀ ਹੋਵੇ ਗਜ਼ਲ ਹੋਵੇ ਕਵਾਲੀ ਹੋਵੇ ਧਾਰਮਿਕ ਗਾਣੇ ਹੋ ਕੀਰਤਨ ਹੋਵੇ ਭਜਨ ਹੋਵੇ ਸਾਰਿਆਂ ਤੋਂ ਸਤਿ ਸ਼੍ਰੀ ਅਕਾਲ ਰੱਬ ਰੱਖਾ ਸਤਿ ਸ਼੍ਰੀ ਅਕਾਲ
Ram Ji astrologer, everything begins with faith. We walk by faith, not by sight. Ram Ji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com. Hi, my name is Kuldeep Gill. I'm broker of Sky Realty. The reason we are so successful, because clients trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.